ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ ਐਨਜ਼ੈਂਡ 107 ਐਫਐਮ ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ। ਬੁੱਧਵਾਰ ਹੈ ਜੀ ਅੱਜ ਤੇ 29 ਮਈ ਹੈ। 6:03 ਦਾ ਸਮਾਂ ਹੋਇਆ ਨਿਊਜ਼ੀਲੈਂਡ ਦੇ ਵਿੱਚ ਸਾਡੀਆਂ ਘੜੀਆਂ ਤੇ ਆਸ ਕਰਦੇ ਹਾਂ ਤੁਸੀਂ ਆਪ ਸਾਰੇ ਜਣੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਹਾਂ। ਸਟੂਡੀਓ 'ਚ ਮੈਂ ਹਰਨੇਕ ਸਿੰਘ ਅਤੇ ਨਾਲ ਮੇਰੇ ਸੁਖਵਿੰਦਰ ਸਿੰਘ, ਸਾਡੇ ਵੱਲੋਂ ਗੁਰੂ ਫਤਿਹ ਜੀ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਜੋ ਵੀ ਕਿਸੇ ਨੂੰ ਚੰਗਾ ਲੱਗਦਾ ਗ੍ਰੀਟਿੰਗ ਜਾਣੀ। ਠੀਕ ਹੈ ਜੀ, ਠੀਕ ਹੈ। ਅਤੇ ਆਪਾਂ ਅੱਜ ਗੱਲ ਜਿਹੜੀ ਆ ਉਹ ਅਸੀਂ ਗੱਲ ਉੱਦਣ ਕਰਦੇ ਸੀਗੇ, ਸ਼ਨੀਵਾਰ ਅਸਲ ਮੈਂ ਗੱਲ ਕਰਨੀ ਸੀ, ਉਹ ਪੋਸਟਪੋਨ ਹੋ ਗਈ। ਠੀਕ ਹੈ ਜੀ, ਰਜਨੀਸ਼ ਦੇ ਬਾਰੇ ਅਸੀਂ ਗੱਲ ਕਰਨੀ ਹੈ ਜੀ। ਠੀਕ ਹੈ ਜੀ, ਠੀਕ ਆ। ਗੱਲ ਇਹ ਕਰਨੀ ਆ ਵੀ ਜਿਹਦੇ ਜਿਹਦੇ ਕੋਲ ਵੀ ਕੁਛ, ਕਿਉਂਕਿ ਬਹੁਤ ਸਾਰੇ ਆਪਣੇ ਦੋਸਤ ਮਿੱਤਰ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਪੂਰਾ ਜ਼ੋਰ ਲਾ ਰਹੇ ਆ। ਹਾਂਜੀ, ਉਹਨਾਂ ਨੂੰ ਬਹੁਤ, ਉਹਨਾਂ ਦੀਆਂ ਕੋਟੇਸ਼ਨਾਂ, ਉਹਨਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਕਰ ਰਹੇ ਆ। ਜਿਹਨਾਂ ਜਿਹਨਾਂ ਦੇ ਕੋਲ ਕੁਛ ਰਜਨੀਸ਼ ਦੇ ਸੰਬੰਧ ਵਿੱਚ ਚੰਗਾ ਹੈਗਾ ਆ, ਜੋ ਉਹਨਾਂ ਨੂੰ ਲੱਗਦਾ ਆ, ਹਾਂਜੀ, ਉਹ ਅੱਜ ਜ਼ਰੂਰ ਕਾਲ ਕਰ ਲੈਣ। ਠੀਕ ਆ, ਆਪਾਂ ਕਰੀਏ, ਕਿਉਂਕਿ ਮੈਨੂੰ ਸਾਡੇ ਨਾਲ ਸਰੋਤੇ ਹੋ ਗਏ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ ਸਰ, ਤੁਹਾਡਾ ਜਿਹੜਾ ਫੇਸਬੁੱਕ ਤੇ ਪ੍ਰੋਗਰਾਮ ਆਉਣ ਡਿਆ ਵਾ ਮੇਰੇ ਕੋਲ ਪਹੁੰਚ ਨਹੀਂ ਰਿਹਾ। ਨਹੀਂ, ਫੇਸਬੁੱਕ ਤੇ ਅੱਜ ਕੀਤਾ ਹੀ ਨਹੀਂ ਜੀ, ਅਸੀਂ ਲਾਈਵ ਕਾਲ ਕਰ ਗਏ ਆ। ਅਸੀਂ ਕਿਹਾ ਵੀ ਅੱਜ ਅਸੀਂ ਵੈਸੇ ਵੀ ਚਾਹੁੰਦੇ ਨਹੀਂ ਵੀ ਬਹੁਤੇ ਜਣੇ ਪ੍ਰੋਗਰਾਮ ਸੁਣਨ। ਅੱਜ ਇਹ ਕੰਮ ਨਾ ਕਰਿਆ ਕਰੋ, ਸਾਨੂੰ ਪ੍ਰੋਬਲਮ ਹੁੰਦੀ ਆ। ਉਹ ਤਾਂ ਠੀਕ ਆ, ਤੁਸੀਂ ਐਪ, ਅਸੀਂ ਅੱਜ ਚਾਹੁੰਦੇ ਨਹੀਂ ਵੀ ਬਹੁਤੇ ਜਣੇ ਪ੍ਰੋਗਰਾਮ ਸੁਣਨ। ਮੈਂ ਬੇਨਤੀ ਕਰਨੀ ਆ ਕਿ ਉਹ ਰਜਨੀਸ਼ ਦੇ ਬਾਰੇ ਗੱਲ ਕਰਨੀ ਆ। ਹਾਂਜੀ, ਬੀਬੀਆਂ ਨੂੰ ਤੇ ਬੱਚਿਆਂ ਨੂੰ ਖਾਸ ਕਰਕੇ ਬੇਨਤੀ ਆ। ਠੀਕ ਆ ਜੀ, ਮੈਂ ਵੀ ਉਹਨੂੰ ਪੜਿਆ ਵਾ ਪਰ ਮੈਂ ਸੁਣਨਾ ਸੀਗਾ। ਕੋਈ ਨੀ ਜੀ, ਤੁਸੀਂ, ਅਸੀਂ ਅਸੀਂ ਅਸਲ ਚ ਇਹ ਚਾਹੁੰਦੇ ਆ ਵੀ ਜੇ ਜਿਨ੍ਹਾਂ ਨੇ ਨਾ, ਜਿਹੜੇ ਦੱਸੋ ਵੀ ਮੈਂ ਕਿਸ ਤਰ੍ਹਾਂ ਸੁਣ ਸਕਦਾ। ਤੁਸੀਂ ਐਪ ਐਪ ਐਪਲ ਦਾ ਫੋਨ ਹੋਣਾ ਤੁਹਾਡੇ ਕੋਲ ਜਾਂ ਐਂਡਰੋਇਡ ਦਾ? ਨਹੀਂ ਸਰ, ਮੇਰੇ ਕੋਲ ਸੈਮਸੰਗ ਦਾ। ਸੈਮਸੰਗ ਉੱਥੇ ਗੂਗਲ ਪਲੇ ਚ ਜਾ ਕੇ, ਹਾਂਜੀ, ਪਲੇ ਸਟੋਰ ਚ ਜਾ ਕੇ, ਪਲੇ ਸਟੋਰ ਚ ਜਾ ਕੇ ਰੇਡੀਓ ਵਿਰਸਾ ਐਨਜ਼ੈਡ ਪਾ ਦਿਓ। ਠੀਕ ਹੈ ਜੀ, ਜੇ ਜੇ ਉਹ ਨਾ ਐਪ ਐਪ ਡਾਊਨਲੋਡ ਹੋ ਜਾਣੀ ਹੈ ਉੱਥੋਂ ਤੁਹਾਡੀ, ਨਹੀਂ ਤਾਂ ਵੈਬਸਾਈਟ ਆ ਰੇਡੀਓ ਵਿਰਸਾ ਐਨਜ਼ੈਡ ਡੋਟ ਕੋਮ। ਠੀਕ ਹੈ ਸਰ, ਉਹਦੇ ਤੇ ਵੈਬਸਾਈਟ ਤੋਂ ਜਾ ਕੇ ਵੀ ਸੁਣ ਸਕਦੇ ਤੁਸੀਂ। ਹੈਗੇ ਕਿਹੜੇ ਕੰਟਰੀ ਚ ਤੁਸੀਂ? ਸਰ ਮੈਂ ਇੰਡੀਆ ਤੋਂ ਹਾਂ। ਹਾਂ ਠੀਕ, ਇੰਡੀਆ ਦਾ ਸਾਡੇ ਕੋਲ ਨੰਬਰ ਹੈ ਨਹੀਂ ਕੋਈ, ਮੈਨੂੰ ਸੀਗਾ ਜੀ ਗੁਰਦਾਸਪੁਰ ਤੋਂ। ਠੀਕ ਹੈ, ਨਹੀਂ ਨਹੀਂ ਕੋਈ ਨਹੀਂ, ਤੁਸੀਂ ਗੁਰਦਾਸਪੁਰ ਵਾਲੇ ਵੀ ਸੁਣਦੇ ਆ ਰੇਡੀਓ? ਸਰ ਮੈਂ ਤੇ ਬਹੁਤ ਚਿਰ ਦਾ ਸੁਣਦਾ। ਨਹੀਂ, ਸਾਨੂੰ ਇੱਦਾਂ ਰਹਿੰਦੀ ਆ ਗੁਰਦਾਸਪੁਰ ਵਾਲਿਆਂ ਨਾਲ ਥੋੜੀ ਜਿਹੀ, ਕੋਈ ਨਹੀਂ। ਉਹ ਸਰ ਬਹੁਤ ਗੰਦੇ ਨੇ। ਨਹੀਂ 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 ਨਹੀਂ, ਮਤਲਬ ਕੋਈ ਕੋਈ ਨਹੀਂ। ਜੇ ਮੈਂ ਤੁਹਾਨੂੰ ਕਹਾਂ ਨਾ ਵੀ ਸਾਡੇ ਘਰ ਦੇ ਸਾਹਮਣੇ ਲੜਾਈ ਹੋਈ ਆ ਕੱਲ, ਲੜਾਈ ਇਹ ਹੋਈ ਆ ਵੀ ਮੇਰਾ ਤਾਇਆ ਜਿਹੜੇ ਹੈਗੇ ਨੇ ਉਹ ਕਾਰ ਸੇਵਾ ਵਾਲੇ, ਉਹਨਾਂ ਦੀਆਂ ਬੋਰੀਆਂ ਵੱਢਦਾ ਕਣਕ ਲੈਣ ਲਈ, ਤੇ ਮੇਰਾ ਡੈਡੀ ਜਿਹੜਾ ਵਾ ਉਹ ਗੁਰਦੁਆਰੇ ਦੀਆਂ ਬੋਰੀਆਂ ਵੱਢਦਾ ਸੀ, ਜਿਹੜਾ ਪਿੰਡ ਦਾ ਗੁਰਦੁਆਰਾ। ਉਹਨਾਂ ਦੋਵਾਂ ਦੀ ਆਪਸ ਝੜਕ ਹੋਈ, ਮੈਨੂੰ, ਮੈਂ ਉਹਨਾਂ ਦੋਵਾਂ ਤੋਂ ਅਲੱਗ ਹੋ ਗਿਆ। ਮੈਂ ਪਿਛਾਂਹ ਹੋ ਕੇ ਬੈਠਾ, ਕਹਿੰਦੇ ਬੇਟਾ ਤੂੰ ਦੱਸ ਤੂੰ ਕੀ ਗ੍ਰਹਿ ਦੇਵੇਂਗਾ। ਮੈਂ ਵੀ ਪਹਿਲੋਂ ਜਿਹੜੇ ਸਾਡੇ ਕੌਮ ਦੇ ਸਰਮਾਏਦਾਰ ਨੇ ਉਹ ਪਹਿਲੋਂ ਨਾ ਆਪਣੀ ਕੌਮ ਦੀਆਂ ਸਮੱਸਿਆਵਾਂ ਜਿਹੜੀਆਂ ਹੱਲ ਕਰ ਰਹੇ ਹੋ ਤੁਸੀਂ ਇੱਥੇ ਬੈਠ ਕੇ, ਉਹ ਤੁਸੀਂ ਹੱਲ ਕਰੋ, ਉਦੋਂ ਬਾਅਦ ਚ ਮੈਂ ਗ੍ਰਹਿ ਦਾਂਗਾ, ਮੈਂ ਤੁਹਾਨੂੰ ਸੋਚ ਕੇ ਦਾਂਗਾ ਵੀ ਕਿਹੜਾ ਸਹੀ ਹੈ। ਹਾਂਜੀ, ਇੰਨੀ ਗਲਤੀ ਉਹ ਮੇਰੇ ਨਾਲ ਨਾ, ਮਤਲਬ ਥੋੜਾ ਜਿਹਾ, ਮਤਲਬ ਉਹਨਾਂ ਨੇ ਮੈਨੂੰ ਇਹ ਨੀ ਕਿਹਾ ਵੀ ਤੂੰ ਕੀ ਦੇਣਾ ਵਾ ਕੀ ਨਹੀਂ ਦੇਣਾ, ਮੈਂ ਇੰਨੀ ਗੱਲ ਕਹੀ। ਉਹ ਚੁੱਪ ਕਰਕੇ ਜਿਹੜੇ ਮੇਰੇ ਘਰ ਦੇ ਅੱਗੇ ਆਏ ਆ ਉਹ ਚਲੇ ਗਏ। ਮੇਰੇ ਡੈਡੀ ਆਂਦੇ ਆਂਦੇ ਵੀ ਤੂੰ ਕਿਉਂ ਇੰਨੀ ਗੱਲ ਕਹੀ। ਮੈਂ ਵੀ ਦਾਦਾ ਕਾਮਰੇਡ ਆ, ਉਹਨੇ ਮੈਨੂੰ ਇੰਨੀ ਗੱਲ ਕਹੀ ਸੀਗੀ ਵੀ ਜਿਹੜਾ ਗੁਰੂ ਆ ਉਹ ਕੁਦਰਤ ਆ, ਤੇ ਤੂੰ ਇੱਥੇ ਮਤਲਬ ਇਹਨਾਂ ਦੇ ਵਿੱਚ ਬਜ਼ਾਰੀਆਂ ਦੇ ਵਿੱਚ ਕਿਉਂ ਵੜਦਾ। ਮੈਂ ਉਹਦੀ ਗੱਲ ਜਿਹੜੀ ਪੱਲੇ ਬੰਨੀ ਆ,
ਹੁਣ ਮੈਂ ਮੈਨੂੰ ਪਲੇਟਫਾਰਮ ਮਿਲਿਆ, ਮੈਂ ਉੱਥੇ ਸੁਣਦਾ ਵਾਂ, ਮੈਂ ਉੱਥੇ ਗੱਲ ਕਰਦਾ ਵਾਂ, ਅਤੇ ਤੁਸੀਂ ਜਿਹੜਾ ਵਾ ਲੜ ਰਹੇ ਹੋ, ਕਿਉਂ ਲੜਦੇ ਹੋ? ਅਤੇ ਉਹ ਜਵਾਬ ਦੇਣ ਤੋਂ ਮੇਰੇ ਮੇਰਾ ਖੁਦ ਦਾ ਪਿਓ ਜਿਹੜਾ ਵਾ ਉਹ ਜਵਾਬ ਦੇਣ ਤੋਂ ਭੱਜ ਗਿਆ, ਉਹ ਚੁੱਪ ਹੋ ਗਿਆ, ਕਹਿੰਦਾ ਜੋ ਕਰਨਾ ਕਰ ਤੂੰ। ਨਹੀਂ ਨਹੀਂ ਕੋਈ ਅਕਲ ਵਾਲਾ ਬੰਦਾ ਹੋਵੇ, ਕੋਈ ਅਕਲ ਨਾਲ ਗੱਲ ਕਰੇ। ਬਿਲਕੁਲ ਸਰ, ਉਹ ਇਹ ਨਿੰਗੇ ਚਾਹ ਰਹੇ। ਦੂਸਰੀ ਗੱਲ, ਮੈਂ ਨਾ ਮੇਰੇ ਭਤੀਜੇ ਨੇ ਜਾਣਾ ਵਾ ਇੰਗਲੈਂਡ। ਹਾਂਜੀ, ਮੇਰੇ ਭਰਾ ਦੀ ਵਾਈਫ ਜਿਹੜੀ ਉਹ ਇੰਗਲੈਂਡ ਆ, ਸੈੱਟ ਆ, ਉੱਥੇ ਪੱਕੀ ਆ, ਉਹਦਾ ਵਿਆਹ ਹੋਇਆ, ਉੱਥੇ ਚਲ ਗਿਆ, ਉਹਦਾ ਤੀਸਰਾ ਵਿਆਹ ਹੋਇਆ ਵਾ, ਉੱਥੇ ਜਾ ਰਿਹਾ। ਪਹਿਲੀ ਗੱਲ ਤੇ ਉਹਦਾ ਤੀਸਰਾ ਵਿਆਹ ਹੋਇਆ, ਮੈਂ ਉਹਨੂੰ ਕਿਹਾ, ਮੈਂ ਵੀ ਵੀਰ ਜੀ ਇਹ ਗੱਲ ਗਲਤ ਆ, ਉਹਦੀਆਂ ਦੋ ਵਾਈਫਾਂ ਜਿਹੜੀਆਂ ਨੇ ਉਹਨਾਂ ਦੀ ਡੈਥ ਹੋ ਗਈ, ਤੀਸਰੀ ਵਾਈਫ ਆਈ, ਮੈਂ ਉਹਨੂੰ ਕਿਹਾ, ਮੈਂ ਵੀ ਵੀਰ ਗਲਤ ਆ, ਤੇਰੇ ਦੋ ਬੱਚੇ ਨੇ? ਨਹੀਂ। ਕਹਿੰਦਾ ਵੀ ਨਹੀਂ, ਮੈਂ ਕਰਾਉਣਾ। ਮੈਂ ਠੀਕ ਆ, ਕੋਈ ਗੱਲ ਨਹੀਂ। ਉਹਨੇ ਕਰਾਇਆ, ਉਹ ਚਲਿਆ ਗਿਆ, ਉਹ ਚਲਿਆ ਗਿਆ ਗਿਆ ਉਹਨੇ ਆਪਣੇ ਬੱਚੇ ਸੱਦੇ। ਮੈਂ ਉਹਨਾਂ ਨੂੰ ਕਿਹਾ, ਮੈਂ ਵੀ ਤੁਸੀਂ ਜਾਣਾ ਵਾ, ਪਤਾ ਨਹੀਂ ਕਦੋਂ ਤੁਸੀਂ ਆਉਣਾ ਸਾਡੇ ਨਾਲ ਮਿਲਣਾ ਵਾ ਸਾਡੇ ਘਰ ਡਿਨਰ ਤੇ। ਰਾਤੀ ਉਹਨਾਂ ਦਾ ਮਤਲਬ ਡਿਨਰ ਕੀਤਾ, ਸਭ ਕੁਛ ਕੀਤਾ, ਠੀਕ ਹੈ ਜੀ। ਹੁਣ ਉਹਦਾ ਪਿਓ ਵੀ, ਉਹ ਕੀ ਆ, ਉਹ ਕਰਦਾ ਵਾ ਵੀ ਜਿਹੜੀ ਗਰਾਈ ਆ ਕਾਰ ਸੇਵਾ ਵਾਲਿਆਂ ਦੀ, ਉਹਦੀ ਮਾਤਾ ਉਹ ਵੀ। ਹੁਣ ਮੈਂ ਉੱਥੇ ਇਕੱਲਾ ਫਸਿਆ ਵਾ, ਉਹਨੇ ਮੇਰੇ ਪਰਿਵਾਰ ਨੂੰ ਵਿੱਚ ਫਸਾਇਆ ਵਾ, ਮੇਰੇ ਬੱਚਿਆਂ ਨੂੰ, ਮੇਰੀ ਪਤਨੀ ਨੂੰ, ਉਹਨੇ ਸਾਰਿਆਂ ਨੂੰ ਵਿੱਚ ਫਸਾਇਆ ਵਾ। ਇਕੱਲਾ ਵਿੱਚ ਮੈਂ ਲੜਦਾ ਲੜਦਾ ਨੀ ਗਾ ਵੀ ਮੈਂ ਲੜਦਾ ਨੀ ਗਾ। ਮੈਂ ਉਹਨਾਂ ਨੂੰ ਕਹਿੰਦਾ ਵੀ ਨਹੀਂ ਗਲਤ ਆ, ਕਹਿੰਦੇ ਵੀ ਨਹੀਂ। ਉਹਨਾਂ ਨੇ ਖੰਡ ਪਾਠ ਕਰਾਇਆ, ਖੰਡ ਪਾਠ ਕਰਾਉਣ ਦੇ ਲਈ ਉਹ ਗਏ ਗੁਰਦੁਆਰੇ। ਤੁਹਾਡੀ ਗੱਲ ਲੰਬੀ ਲੰਬੀ ਹੋ ਜਾਣੀ, ਤੁਹਾਡੀ ਗੱਲ ਲੰਬੀ ਹੋ ਜਾਣੀ। ਅੱਜ ਅੱਜ ਵਿਸ਼ਾ ਸੀ ਹੋਰ ਕਰਨਾ ਸੀ, ਗੱਲ 36 ਨਹੀਂ ਲੰਬੀ ਨਹੀਂ ਕਰਦਾ ਮੈਂ, 36 ਮਿੰਟ ਮੈਂ ਛੋਟੀ ਜੀ ਕਰ ਦੇਣਾ। ਅੱਛਾ ਜੀ, ਗੁਰਦੁਆਰੇ ਗਏ, ਸਾਰਾ ਪਰਿਵਾਰ ਜਾਂਦਾ ਵਾ, ਸਾਰਿਆਂ ਦਾ ਜਾਂਦਾ ਵਾ। ਉਹ ਗੁਰਦੁਆਰੇ ਗਏ ਤੇ ਗੁਰਦੁਆਰੇ ਜਾ ਕੇ ਮੱਥਾ ਟੇਕਣ ਲੱਗ ਪਏ। 1000 ਰੁਪਇਆ ਜਿਹੜਾ ਵਾ, 1000 ਤੋਂ 1200 ਰੁਪਇਆ ਜਿਹੜਾ ਵਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋ ਗਿਆ, ਠੀਕ ਹੈ ਜੀ। ਤੇ ਜਦੋਂ ਗ੍ਰੰਥੀ ਆਇਆ ਵਾ, ਉਹਨੇ ਇੰਨੀ ਗੱਲ ਕਹੀ ਤਾਂ ਵੀ ਗੁਰੂ ਸਾਹਿਬ ਦਾ ਸੁੱਖ ਆਸਣ ਹੋਇਆ ਵਾ, ਜਿੱਦਾਂ ਸੰਨੀ ਦਿਓਲ ਦੀਆਂ ਵੋਟਾਂ ਪੈਣ ਡੀਆਂ ਦਾ, ਗੁਰੂ ਸਾਹਿਬ ਦਾ ਸੁੱਖ ਆਸਣ ਹੋਇਆ ਵਾ, ਤੁਸੀਂ ਮੱਥਾ ਕਿਹਨੂੰ ਟੇਕਿਆ ਵਾ? ਜਿਹੜੀ ਮੰਜੀ ਡੱਟੀ ਅਸੀਂ ਉਹਨਾਂ ਨੂੰ ਮੱਥਾ ਟੇਕਤਾ, 1200 ਰੁਪਇਆ ਉੱਥੇ ਮੱਥਾ ਟੇਕ ਕੇ ਅਸੀਂ ਪੁਜਾਰੀ ਨੂੰ 1200 ਰੁਪਇਆ ਉੱਥੇ ਮੰਜੀ ਨੂੰ ਦੇ ਦਿੱਤਾ। ਨਹੀਂ ਨਹੀਂ ਉਹ ਤਾਂ ਉਹ ਨਹੀਂ ਵੀਰਾ, ਇਹਨਾਂ ਗੱਲਾਂ ਦਾ ਨਹੀਂ ਹੱਲ ਜੇ ਨਿਕਲਣਾ, ਇੰਨੀ ਛੇਤੀ ਨਹੀਂ ਹੋਣਾ, ਨਹੀਂ ਹੋਣਾ। ਉਹ ਤਾਂ ਸਾਰੇ ਗੁਰਦੁਆਰਿਆਂ 'ਚ ਇੱਦਾਂ ਹੁੰਦੀ, ਅਸੀਂ ਇੱਥੇ ਵੀ ਦੇਖਦੇ ਹੁੰਦੇ ਹਾਂ, ਜਿਹੜੀ ਰੂਟੀਨ ਬਣੀ ਹੋ ਨਾ। ਅਤੇ ਮੈਂ ਕ੍ਰਾਂਤੀ ਨੂੰ ਪੁੱਛਿਆ, ਮੈਂ ਵੀ ਬਾਬਾ ਜੀ ਅਸੀਂ ਇਹਨੂੰ ਮੰਜੀ ਸਾਹਿਬ ਨੂੰ ਮੱਥਾ ਟੇਕਿਆ, ਤੂੰ ਪੈਸੇ ਚੁੱਕ ਲਈਏ? ਕਹਿੰਦਾ ਕੀ ਗੱਲ ਆ, ਜੋ ਸਤਿਕਾਰ ਉਹਦਾ ਵਾ ਉਹੋ ਹੀ ਇਹਦਾ ਵਾ। ਨਹੀਂ ਉਹਨਾਂ ਉਹਨਾਂ ਨੂੰ ਨਹੀਂ ਫਰਕ ਪੈਣਾ ਵੀਰਾ, ਨਹੀਂ ਪੈਣਾ, ਨਹੀਂ ਪੈਣਾ, ਨਹੀਂ ਪੈਣਾ। ਉਹਨਾਂ ਉਹਨਾਂ ਦੀ ਨਹੀਂ ਗੱਲ ਹੈਗੀ, ਉਹ ਤਾਂ ਕੋਈ ਗੱਲ ਨਹੀਂ। ਚਲੋ ਠੀਕ ਹੈ ਵੀਰੇ, ਚਲੋ ਠੀਕ ਆ ਬਈ। ਅੱਛਾ, ਬੇਨਤੀ ਆ ਸਰੋਤਿਆਂ ਨੂੰ, ਹਾਂਜੀ ਬਈ, ਮੈਨੂੰ ਪਤਾ ਗੁੱਸਾ ਆਇਆ ਤੁਹਾਨੂੰ ਸੁਣਨ ਵਾਲਿਆਂ ਨੂੰ, ਠੀਕ ਆ, ਤੇ ਚਾਹੀਦਾ ਵੀ ਆ ਕਰਨਾ ਇਸ ਗੱਲ ਦੇ ਉੱਤੇ, ਕਿਉਂਕਿ ਵਿਚਾਰ ਬਣੇ ਹੋ, ਬੜੀਆਂ ਚੰਗੀਆਂ ਚੰਗੀਆਂ ਗੱਲਾਂ ਜਿਹੜੀਆਂ ਰਜਨੀਸ਼ ਦੀਆਂ ਕਿਤਾਬਾਂ ਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਆ, ਜਾਣੀ ਜਦੋਂ ਨਾ ਤੁਸੀਂ ਉਹਨੂੰ ਦੇਖਦੇ ਆ, ਉਹਦੇ ਬਾਰੇ ਪੜ੍ਹਦੇ ਆ, ਇੱਕ ਗੱਲ ਤੁਸੀਂ ਛੇਤੀ ਸਮਝ ਲੈਂਦੇ ਆ ਵੀ ਬੰਦਾ ਦਿਮਾਗੀ ਆ। ਠੀਕ ਹੈ ਜੀ, ਠੀਕ ਆ, ਬਹੁਤ ਇੰਟੈਲੀਜੈਂਟ, ਜਿੰਨਾ ਕੋਈ ਇੰਟੈਲੀਜੈਂਟ ਹੋ ਸਕਦਾ ਆ, ਹਾਂਜੀ, ਉਨਾ ਕੁ ਸਿਗਾ ਹੋ ਜਾਣੀ। ਠੀਕ ਹੈ ਜੀ, ਠੀਕ ਆ,
ਪੀਕ ਦੇ ਜਿਹੜੇ ਤੁਸੀਂ ਬਹੁਤ ਸਿਆਣੇ ਜੇ 10-15 ਸਿਆਣੇ ਬੰਦੇ ਲੱਭਣੇ ਆ ਹਾਂਜੀ ਉਹਨਾਂ ਚੋਂ ਇੱਕ ਸੀ ਉਹ ਠੀਕ ਹੈ ਜੀ ਠੀਕ ਹੈ ਹੁਣ ਦਿਮਾਗੀ ਸੀਗਾ ਕੋਮਨ ਸੈਂਸ ਸੀ ਠੀਕ ਹੈ ਬੁਲਾਰਾ ਬਹੁਤ ਵਧੀਆ ਸੀ ਨਾਲ ਉਹਦੇ ਕਈ ਬੰਦੇ ਦਿਮਾਗੀ ਹੁੰਦੇ ਆ ਹਾਂਜੀ ਠੀਕ ਹੈ ਹਾਂਜੀ ਦਿਮਾਗੀ ਤਾਂ ਸਾਇੰਸਦਾਨ ਵੀ ਹੁੰਦੇ ਆ ਹਾਂਜੀ ਹਨਾ ਹਾਂਜੀ ਉਹ ਇਸ ਪਾਸੇ ਨੂੰ ਪਰਸਨੈਲਿਟੀ ਦੀ ਡਿਵੈਲਪਮੈਂਟ ਲਈ ਜਦੋਂ ਗੱਲ ਹੋਣੀ ਆ ਨਾ ਹਾਂਜੀ ਉਹਦੇ ਲਈ ਦਿਮਾਗੀ ਸੀ ਉਹ ਠੀਕ ਹੈ ਜੀ ਠੀਕ ਹੈ ਗੱਲ ਫਿਰ ਨੌਲੇਜ ਵੀ ਰੱਖਦਾ ਸੀਗਾ ਯਾਦਾਸ਼ਤ ਬਹੁਤ ਵਧੀਆ ਸੀ ਠੀਕ ਹੈ ਬੇਬਾਕੀ ਸੀ ਕੋਈ ਇਹਦੇ ਵਿੱਚ ਸ਼ੱਕ ਨਹੀਂ ਵੀ ਗੱਲ ਕਰਨ ਲਈ ਗੱਠ ਸੀਗੇ ਉਹਦੇ ਕੋਲ ਜਿਸ ਕਰਕੇ ਉਹਨ ਪਹਿਲੇ 15-20 ਸਾਲ ਜਿਹੜਾ ਕੰਮ ਕੀਤਾ ਨਾ ਹਾਂਜੀ ਉਹਦੇ ਨਾਲ ਉਹਨ ਬਹੁਤ ਤਹਿਲਕਾ ਮਚਾਇਆ ਠੀਕ ਹੈ ਜੀ ਠੀਕ ਹੈ ਇੰਡੀਆ ਦੇ ਵਿੱਚ ਖਾਸ ਕਰਕੇ ਹਾਂਜੀ ਵੀ ਵਿਸ਼ੇਸ਼ ਹੋਏ ਉਹਨ ਜਾਣੀ ਉਹ ਜਿਹੜਾ ਬੰਦਾ ਜਾਣਦਾ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਰੇ ਬੋਲਦਾ ਉਹ ਹਾਂਜੀ ਜਿਹੜਾ ਬੰਦਾ ਸਮਝਦਾ ਨਾ ਗੁਰਬਾਣੀ ਦੇ ਸਿਧਾਂਤ ਨੂੰ ਹਾਂਜੀ ਉਹਨੂੰ ਪਤਾ ਆ ਵੀ ਬਹੁਤ ਗਲਤੀਆਂ ਕੀਤੀਆਂ ਉਹਦੇ ਵਿੱਚ ਠੀਕ ਹੈ ਜੀ ਪਰ ਉਹਦੇ ਬਾਵਜੂਦ ਵੀ ਜਦੋਂ ਉਹ ਬੋਲ ਰਿਹਾ ਆ ਆਮ ਬੰਦੇ ਨੂੰ ਜਿਹਨੂੰ ਪਤਾ ਨਹੀਂ ਹਾਂਜੀ ਉਹ ਨਾ ਸੁਣਦਾ ਨਾਨਕ ਦਾ ਜਪਜੀ ਦੀ ਗੱਲ ਕਰਦਾ ਹਾਂਜੀ ਹਨਾ ਜਪਜੀ ਦੀ ਉੱਤੇ ਕਰਨ ਲੱਗਿਆ ਬੋਲਣ ਲੱਗਿਆ ਠੀਕ ਹੈ ਜੀ ਹਨਾ ਤੇ ਉਹ ਗੁਰੂ ਨਾਨਕ ਦੀ ਹਿੰਮਤ ਦੀ ਗੱਲ ਕਰਦਾ ਗੜਸ ਦੀ ਗੱਲ ਕਰਦਾ ਉਹ ਬੰਦਾ ਇੰਪ੍ਰੈਸ ਹੋ ਰਿਹਾ ਠੀਕ ਹੈ ਜੀ ਸੁਣਨੇ ਵਾਲਾ ਜਿਹੜਾ ਹਾਂਜੀ ਕਹਿਣਾ ਨਹੀਂ ਯਾਰ ਹਨਾ ਹੁਣ ਜਿਹਨੂੰ ਨੁਕਤੇ ਦਾ ਪਤਾ ਆ ਹਾਂਜੀ ਉਹਨੂੰ ਪਤਾ ਆ ਵੀ ਕਿੱਡੀ ਜ਼ਹਿਰ ਦਿੱਤੀ ਜਾ ਰਹੀ ਆ ਠੀਕ ਹੈ ਜੀ ਇਹਦੇ ਰਾਹੀਂ ਇਦਾਂ ਹੀ ਜਦੋਂ ਕਬੀਰ ਤੇ ਬੋਲਿਆ ਉਹ ਹਾਂਜੀ ਹੁਣ ਕਬੀਰ ਤੇ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ ਹਾਂਜੀ ਉਹ ਤੋਂ ਬਿਨਾਂ ਹੋਰ ਬਹੁਤ ਸਾਰੀ ਬਾਣੀ ਬਾਹਰ ਜਿਹੜੀ ਆ ਉਹਨੂੰ ਜਿਹਦੇ ਵਿੱਚ ਉਹ ਹੈ ਹੀ ਨਹੀਂ ਕੋਈ ਸਿਧਾਂਤ ਹੀ ਨਹੀਂ ਹੈਗਾ ਕੋਈ ਠੀਕ ਹੈ ਜਿਹਨੂੰ ਉਹ ਲੈ ਕੇ ਉਹਦੇ ਉੱਤੇ ਕਿਉਂਕਿ ਬੁਲਾਰਾ ਜੂੰਗਾ ਹਾਂਜੀ ਹੁਣ ਜਿਹੜੀ ਉਹ ਗੱਲ ਅਸੀਂ ਇੱਥੇ ਕਈ ਵਾਰ ਕਰਦੇ ਹੁੰਦੇ ਹਾਂ ਵੀ ਬੰਦਾ ਬੋਲਦਾ ਬਹੁਤ ਵਧੀਆ ਸੀ ਹਾਂਜੀ ਉੱਚੀ ਉੱਚੀ ਬੋਲਦਾ ਸੀ ਉਹਨੂੰ ਉਹ ਆਲੇ ਦੁਆਲੇ ਦੇ ਪਿੰਡ ਦੇ ਲੋਕ ਕਹਿਣ ਲੱਗੇ ਇਲਾਕੇ ਦੇ ਲੋਕ ਕਹਿੰਦੇ ਤੂੰ ਬੁੱਟਾਂ 'ਚ ਖੜਾ ਹੋ ਹਾਂਜੀ ਤੂੰ ਇੰਨਾ ਵਧੀਆ ਬੁਲਾਰਾ ਆ ਠੀਕ ਹੈ ਜੀ ਉਹ ਕਹਿੰਦਾ ਵੀ ਮੈਂ ਤਾਂ ਪੜ੍ਹਿਆ ਲਿਖਿਆ ਨਹੀਂ ਪਤਾ ਨਹੀਂ ਹਾਂਜੀ ਉਹ ਕਹਿੰਦੇ ਨਹੀਂ ਇੱਦਾਂ ਕੁਛ ਨਹੀਂ ਚਾਹੀਦਾ ਬਸ ਬੋਲਣ ਵਾਲਾ ਬੰਦਾ ਚਾਹੀਦਾ ਤੂੰ ਉੱਚੀ ਬੋਲਦਾ ਆ ਹਾਂਜੀ ਹੁਣ ਉਹ ਖੜਾ ਹੋਇਆ ਜਦੋਂ ਦੱਸਿਆ ਉਹਨੂੰ ਦੱਸਣੇ ਵਾਲੀ ਦੱਸੀ ਗਿਆ ਇੱਦਾਂ ਹਨਾ ਹਾਂਜੀ ਵੀ ਤੂੰ ਆ ਇੱਦਾਂ ਆਹ ਗੱਲ ਕਹਿ ਦੇ ਆਹ ਕਹਿ ਦੇ ਹਾਂਜੀ ਜਿੱਦਾਂ ਸਿੱਧੂ ਨੂੰ ਕਹਿ ਦਿੰਦੇ ਅਗਲੇ ਹਾਂਜੀ ਹੁਣ ਸਿੱਧੂ ਤੋਂ ਜਿਹਦੇ ਮਰਜ਼ੀ ਜਿਹੜੀ ਗੱਲ ਤੇ ਮਰਜ਼ੀ ਸ਼ੇਅਰ ਕਰਾ ਲਓ ਉਹ ਬੈਠਾ ਬੈਠਾ ਜੋੜ ਦਿੰਦਾ ਸ਼ੇਅਰ ਹਾਂਜੀ ਹਨਾ ਕਪਲ ਦੇ ਸ਼ੋਅ ਚ ਹੁੰਦਾ ਹਾਂਜੀ ਹਨਾ ਜਿੱਥੇ ਚਾਹੇ ਪਾਦੂਕੋਣ ਆ ਜਾਵੇ ਕਿਸੇ ਕੋਈ ਆ ਜਾਵੇ ਕਿਸੇ ਨੂੰ ਭੈਣ ਕਹਿ ਕੇ ਸ਼ੇਅਰ ਇੱਦਾਂ ਕਰ ਦਿੰਦਾ ਕਿਸੇ ਨੂੰ ਭਰਜਾਈ ਕਹਿ ਕੇ ਹਾਂਜੀ ਹਨਾ ਇੱਦਾਂ ਬੂਟਾਂ ਚ ਕਰ ਦਿੰਦਾ ਹਾਂਜੀ ਉਹ ਬੁਲਾਰਾ ਵਧੀਆ ਸੀਗਾ ਇੱਦਾਂ ਬੋਲਿਆ ਚਲੋ ਅੱਗੇ ਅਸੀਂ ਗੱਲ ਵਿਸ਼ਾ ਹੋਰ ਸੀ ਜਾਣੀ ਉਹ ਇੱਦਾਂ ਦੀਆਂ ਗੱਲਾਂ ਰਜਨੀਸ਼ ਨੇ ਲਿਖੀਆਂ ਆ ਠੀਕ ਹੈ ਜੀ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਹਾਂਜੀ ਉਹ ਆਪ ਵੀ ਉਹਦੇ ਤੇ ਵੀ ਇੱਦਾਂ ਢੁੱਕਦੀ ਆ ਗੱਲ ਉਹ ਤੇ ਬੁਲਾਰਾ ਤਕੜਾ ਸੀ ਉਹ ਹਾਂਜੀ ਠੀਕ ਹੈ ਹੁਣ ਉਹ ਉਹਦੀ ਚੰਗੀ ਕਿਸਮਤ ਨੂੰ ਨਾਲ ਦਿਮਾਗੀ ਵੀ ਸੀਗਾ ਪਰ ਜਿਹੜਾ ਬਾਅਦ ਵਿੱਚ ਗੰਧ ਦਿੱਤਾ ਨਾ ਉਹਨੇ ਠੀਕ ਹੈ ਹੁਣ ਸਵਾਲ ਇਹ ਨਹੀਂ ਹੁੰਦਾ ਵੀ ਬੁਲਾਰਾ ਕੋਈ ਬੋਲ ਕੀ ਰਿਹਾ ਆ ਹਾਂਜੀ ਸੋਚਣ ਵਾਲੀ ਗੱਲ ਇਹ ਆ ਵੀ ਜੋ ਉਹ ਬੋਲ ਰਿਹਾ ਆ ਜੋ ਉਹ ਲੋਕਾਂ ਨੂੰ ਦੇ ਰਿਹਾ ਆ ਜੇ ਲੋਕ ਮੰਨ ਲੈਣ ਉਹਦੀ ਗੱਲ ਠੀਕ ਹੈ ਹਾਂਜੀ ਜੇ ਇੱਕ ਪਿੰਡ ਇੱਕ ਸ਼ਹਿਰ ਇੱਕ ਦੇਸ਼ ਮੰਨ ਲਓ ਇੱਕ ਦੇਸ਼ ਹੋਵੇ ਇੱਕ ਦੇਸ਼ ਵਿੱਚ ਉਹਦੀ ਥਿਊਰੀ ਲਾਗੂ ਕਰ ਦਿਓ ਉਹਦੀ ਆਈਡੀਓਲੋਜੀ ਠੀਕ ਹੈ ਫਿਰ ਉਹ ਕਿਹੋ ਜਿਹਾ ਹੋਊਗਾ ਦੇਸ਼ ਠੀਕ ਹੈ ਇਹ ਕਸਬੱਟੀ ਆ ਤੁਹਾਡੀ ਆਈਡੀਓਲੋਜੀ ਦੀ ਜਿਹੜੀ ਵੀ ਵਿਚਾਰਧਾਰਾ ਤੁਸੀਂ ਦਿੰਦੇ ਆ ਨਾ ਸਮਾਜ ਨੂੰ ਹਾਂਜੀ ਲੋਕਾਂ ਨੂੰ ਹਾਂਜੀ ਠੀਕ ਹੈ ਜਿਹਨੂੰ ਧਰਮ ਦਾ ਨਾਂ ਦਿੱਤਾ ਜਾਂਦਾ ਮਜ਼ਹਬ ਦੇ ਨਾਂ ਤੇ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਠੀਕ ਹੈ ਜੀ ਜਿਹੜੀ ਵੀ ਆਈਡੀਓਲੋਜੀ ਦਿੰਦੇ ਆ ਹਾਂਜੀ ਜੇ ਉਹ ਲਾਗੂ ਕੀਤੀ ਜਾਵੇ ਹਾਂਜੀ ਤੇ ਸਮਾਜ ਕਿਹੋ ਜਿਹਾ ਬਣੂਗਾ ਇਹ ਕਸਪੱਟੀ ਆ ਠੀਕ ਹੈ ਜੀ ਇਹਨੂੰ ਲਾ ਕੇ ਜਿਹਨੂੰ ਵੀ ਤੁਸੀਂ ਦੇਖਣਾ ਆ ਹਾਂਜੀ ਇਹਨੂੰ ਲਾ ਕੇ ਦੇਖ ਲਓ ਠੀਕ ਹੈ ਜੀ ਠੀਕ ਹੈ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਿਊਟੀ ਇਹ ਸੀ ਜਾਣੀ ਹਾਂਜੀ ਜਦੋਂ ਕਰਤਾਰਪੁਰ ਵਸਾ ਰਹੇ ਨਾ ਉਹ ਹਾਂਜੀ ਠੀਕ ਹੈ ਉਹ ਇਸ ਗੱਲ ਦਾ ਸਬੂਤ ਆ ਹਾਂਜੀ ਉਹ ਸਾਬਤ ਕਰ ਰਹੇ ਆ ਦੁਨੀਆ ਨੂੰ ਹਾਂ ਠੀਕ ਹੈ ਹੁਣ ਜਿਹੜੀ ਜਦੋਂ ਸੰਤੋਖ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਆ ਨਾ ਹਾਂਜੀ ਜਦੋਂ ਤੁਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਹਾਂਜੀ ਜਦੋਂ ਤੁਸੀਂ ਉਹਨੂੰ ਫੋਲੋ ਕਰਦੇ ਆ ਹਾਂਜੀ ਉਹਦੇ ਵਿੱਚ ਹੈਗਾ ਸੰਤੋਖ ਠੀਕ ਆ ਠੀਕ ਹੈ ਹਾਂਜੀ ਤਸੱਲੀ ਹਾਂਜੀ ਪੇਸ਼ੈਂਸ ਹਾਂਜੀ ਸਹਿਣਸ਼ੀਲਤਾ ਹਾਂਜੀ ਠੀਕ ਹੈ ਟਕਾ ਹਾਂ ਕੰਟੈਂਟਮੈਂਟ ਗਿਵਵੇ ਸਟਾਪ ਸਾਈਨ ਆ ਗਿਵਵੇ ਆ ਹਾਂਜੀ ਠੀਕ ਹੈ ਹਰੇਕ ਬੰਦਾ ਦੂਜੇ ਨੂੰ ਕਹਿ ਰਿਹਾ ਆਫਟਰ ਯੂ ਆਫਟਰ ਯੂ ਹਾਂਜੀ ਠੀਕ ਹੈ ਹੁਣ ਜਿਹੜਾ ਵੰਡ ਕੇ ਛਕਣ ਦੀ ਗੱਲ ਆ ਜਿਹੜੀ ਜਿਹੜੀ ਦਸਵੰਧ ਦੀ ਗੱਲ ਆ ਹਾਂਜੀ ਉਹ ਸਾਰਾ ਹੁਣ ਇਹਨਾਂ ਸਰਕਾਰਾਂ ਨੇ ਤਾਂ ਹੁਣ ਟੈਕਸ ਦੀ ਗੱਲ ਕੀਤੀ ਹੈ ਨਹੀਂ ਤਾਂ ਖੋ ਕੇ ਲੈਂਦੇ ਸੀ ਇਹ ਹਾਂਜੀ ਬਿਲਕੁਲ ਜੀ ਹਨਾ ਜਿਹੜਾ ਹੁਣ ਟੈਕਸ ਦੀ ਗੱਲ ਆ ਇਹਨੂੰ ਗੁਰੂ ਨਾਨਕ ਪਾਤਸ਼ਾਹ 550-600 ਸਾਲ ਪਹਿਲਾਂ ਕਹਿ ਗਏ ਵੀ ਤੂੰ ਦੇਖ ਤੂੰ ਕੰਮ ਕਰਦਾ ਹੱਟਾ ਕਿੱਟਾ ਆ ਤੂੰ ਠੀਕ ਨਹੀਂ ਹਾਂਜੀ ਹੁਣ ਜਿਹੜੇ ਟੋਏ ਟਿੱਬੇ ਆ ਪਾਣੀ ਦਾ ਸੁਭਾਅ ਕੀ ਹੁੰਦਾ ਪਾਣੀ ਨੂੰ ਹਾਂ ਪਾਣੀ ਨੂੰ ਪਾਓ ਤਾਂ ਜੇ ਟਿੱਬੇ ਦੇ ਉੱਤੇ ਜਾਂਦਾ ਟਿਕਦਾ ਉੱਥੇ ਉਹ ਕਹਿੰਦਾ ਤੂੰ ਪਹਿਲਾਂ ਬਥੇਰਾ ਉੱਚਾ ਠਹਿਰ ਜਰਾ ਨਵਾਣ ਨੂੰ ਜਾਂਦਾ ਇੱਥੇ ਨਹੀਂ ਨਵਾਣ ਨੂੰ ਜਾਂਦਾ ਹਨਾ ਹੁਣ ਉਹ ਜਦੋਂ ਨਾ ਜੇ ਹੁਣ ਮੰਨ ਲਓ ਤੁਸੀਂ 20 ਸਕੁਏਅਰ ਮੀਟਰ ਜਗ੍ਹਾ ਲੈ ਲਓ
ਠੀਕ ਹੈ, ਉਹਦੇ ਵਿੱਚ 15 20 30 ਟੋਏ ਆ, ਹਾਂਜੀ, ਹੈ ਨਾ, ਤੇ ਪਾਣੀ ਛੱਡੋ, ਹਾਂਜੀ, ਠੀਕ ਹੈ, ਉਹ ਉਨਾ ਚਿਰ ਲੈਵਲ ਨਹੀਂ ਹੋ ਰਿਹਾ ਉੱਤਿਓ ਜਿੰਨਾ ਚਿਰ ਡੂੰਘੀਆਂ ਜਗ੍ਹਾ ਨੂੰ ਭਰ ਨਹੀਂ ਰਿਹਾ, ਹੈਨਾ, ਜਦੋਂ ਇੱਕ ਵਾਰੀ ਲੈਵਲ ਹੋ ਗਿਆ, ਹਾਂਜੀ, ਫਿਰ ਉਹਨੂੰ ਫਿਰ ਉੱਥੋਂ ਖੜ ਕੇ ਦੇਖੋ, ਹਾਂਜੀ, ਵੀ ਹੁਣ ਟੋਆ ਕਿੱਥੇ ਆ ਤੇ ਉੱਚੀ ਥਾਂ ਕਿੱਥੇ ਆ, ਪਾਣੀ ਨੂੰ ਲੈਵਲ ਰੱਖ ਕੇ ਉੱਤੇ ਟੋਪ ਤੋਂ ਉੱਤੇ ਦੇਖਿਓ, ਇੱਦਾਂ ਬਣ ਕੇ ਇੱਕ ਟੋਏ ਦੀ ਜਗ੍ਹਾ ਤੋਂ ਉੱਚਾ ਹੈਗਾ ਉਹ ਨਹੀਂ, ਇੱਕ ਸਾਰ ਆ, ਠੀਕ ਹੈ। ਹੁਣ ਇਹ ਕੁਛ ਜਦੋਂ ਜਿਹਨੂੰ ਧਰਮ ਕਹਿੰਦੇ ਨਾ ਅਸੀਂ, ਹਾਂਜੀ, ਹੈਨਾ, ਉਹ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਸਾਨੂੰ ਇਹ ਕੁਛ ਮਿਲ ਰਿਹਾ ਆ, ਹਾਂਜੀ, ਠੀਕ ਹੈ, ਟੋਏ ਟਿੱਬੇ ਲੈ ਰਹੇ ਆ, ਸੁਭਾਅ ਜਿਹੜਾ ਤੁਹਾਡਾ ਆ, ਹਾਂਜੀ, ਉਹ ਇੱਦਾਂ ਦਾ ਬਣ ਰਿਹਾ ਵੀ ਕਿੱਥੇ ਲੋੜ ਕਿੱਥੇ, ਜਿਹੜਾ ਪਰਉਪਕਾਰ ਦਾ ਸੁਭਾਅ ਆ, ਠੀਕ ਹੈ। ਹੁਣ ਜਦੋਂ ਮਾਰਕਸ ਨੂੰ ਪੜ੍ਹਦੇ ਆ, ਹਾਂਜੀ, ਉਹਦੇ ਚ ਖੂਨ ਦੀ ਬਿਰਤੀ ਮਿਲ ਰਹੀ ਆ, ਠੀਕ ਹੈ ਜੀ, ਉਹ ਕਹਿੰਦਾ ਇਹਨਾਂ ਕੋਲ ਬਹੁਤ ਜ਼ਿਆਦੇ ਆ। ਹੁਣ ਗੱਲ ਦੇਖੋ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਤੂੰ ਕਮਾ ਰਿਹਾ ਆ, ਹਾਂਜੀ, ਹਾਂਜੀ, ਜੇ ਤੂੰ ਉਸ ਰੱਬ ਨੂੰ, ਉਹ ਇੱਕ ਨੂੰ, ਇੱਕ ਓਂਕਾਰ ਨੂੰ ਮਿਲਣਾ, ਉਹਦੇ ਵਰਗਾ ਹੋਣਾ ਚਾਹੁੰਦਾ, ਹਾਂਜੀ, ਹੈਨਾ, ਤੇ ਵੰਡ ਕੇ ਸ਼ੱਕ, ਹਾਂਜੀ, ਦੇ, ਹਾਂਜੀ। ਮਾਰਕਸ ਕਹਿੰਦਾ ਆ ਇਹਨਾਂ ਕੋਲ ਬਹੁਤ ਕੁਛ ਆ, ਜੇ ਤੂੰ ਜੀਣਾ ਚਾਹੁੰਦਾ ਖੋ ਇਹਨਾਂ ਕੋਲੋਂ, ਜ਼ਮੀਨ ਆਸਮਾਨ ਦਾ ਫਰਕ ਕਰਦੇ, ਦੋਨੇ ਬਰਾਬਰ, ਦੋਵੇਂ ਬਰਾਬਰ ਕਹਿੰਦੇ, ਦੋਵੇਂ ਬਰਾਬਰ ਕਰ ਰਹੇ ਆ, ਹੈਨਾ, ਇੱਕ ਧੱਕੇ ਨਾਲ ਵੜ ਰਿਹਾ ਸੜਕ ਦੇ ਵਿੱਚ, ਹਾਂਜੀ, ਹੈਨਾ, ਹਾਂਜੀ, ਦੂਜਾ ਕਹਿੰਦਾ ਯਾਰ ਸੜਕ ਤਾਂ ਇਹਦੀ ਨਹੀਂ ਆ, ਮੈਂ ਇਕੱਲਾ ਹੀ ਥੋੜੇ ਜਾ ਰਹਾ, ਹਾਂਜੀ, ਹੈਨਾ, ਉਹ ਕਹਿੰਦਾ ਨਹੀਂ ਤੂੰ ਆ ਜਾ ਪਹਿਲਾਂ, ਹਾਂਜੀ, ਤੂੰ ਲੰਘ ਜਾ ਮੂਹਰੇ, ਠੀਕ ਹੈ। ਹੁਣ ਉਹਦੇ ਵਿੱਚ ਤਸੱਲੀ ਕਿੰਨੀ ਆ, ਉਹ ਚ ਟਕਾ ਕਿੰਨਾ ਹੈ, ਫਰਸਟ੍ਰੇਸ਼ਨ ਹੋਊਗੀ ਤੁਹਾਨੂੰ, ਕਦੇ ਡਿਪਰੈਸ਼ਨ ਚ ਜਾਓਗੇ ਤੁਸੀਂ, ਈਰਖਾ ਹੋਊਗੀ ਤੁਹਾਨੂੰ, ਜਿਹਨੂੰ ਤੁਸੀਂ ਰਾਹ ਦੇ ਰਹੇ ਆ ਉਹਦੇ ਨਾਲ ਈਰਖਾ ਹੋਊਗੀ, ਮੁਕਾਬਲੇ ਦੀ ਬਿਰਤੀ ਚ ਜਾਓਗੇ ਤੁਸੀਂ, ਨਹੀਂ, ਰੱਜਿਓ ਰੱਜਿਓ ਨਹੀਂ ਲੱਗਣਾ ਤੁਹਾਨੂੰ, ਤੁਸੀਂ ਏਦਾਂ ਨਹੀਂ ਹੋਣਾ ਵੀ ਤੁਸੀਂ ਰੱਬ ਦਾਤੇ ਬਣ ਗਏ, ਤੁਸੀਂ ਦੇ ਰਹੇ ਆ, ਜਿਹੜਾ ਬੰਦਾ ਦੇ ਹੀ ਰਿਹਾ ਵਾ, ਦੇ ਰਿਹਾ, ਜੋ ਕੁਛ ਹੈਗਾ ਉਹ ਕੋਸ਼ਿਸ਼ ਆ ਉਹਦੀ, ਨਹੀਂ ਯਾਰ ਮੈਂ ਹਨਾ ਇੰਪਥੀ ਦਿਆਂ, ਮੈਂ ਇਹਦੇ ਦੁੱਖ ਵਿੱਚ ਦੁਖੀ ਤਾਂ ਹੋਵਾਂ ਮੈਂ, ਬਿਲਕੁਲ। ਹੁਣ ਜਿਹੜਾ ਬੰਦਾ ਖੋ ਰਿਹਾ ਆ ਉਹ ਦੂਜੇ ਦੇ ਦੁੱਖ ਚ ਦੁਖੀ ਕਿੱਦਾਂ ਹੋ ਜੂ, ਨਹੀਂ ਹੋ ਸਕਦਾ। ਹੁਣ ਜਿੰਨੀ ਤਕਲੀਫ ਸਾਨੂੰ ਮਾਰਕਸ ਤੋਂ ਆ ਨਾ, ਉਹਦੇ ਨਾਲੋਂ ਜ਼ਿਆਦਾ ਤਕਲੀਫ ਰਜਨੀਸ਼ ਤੋਂ ਆ, ਠੀਕ ਹੈ ਜੀ। ਖਾਸ ਕਰਕੇ ਜਦੋਂ ਜਾਣੀ ਜਿਹੜੇ ਸਿੱਖ ਧਰਮ ਨੂੰ ਫੋਲੋ ਕਰਨ ਵਾਲੇ ਬੰਦੇ ਆ ਉਹ ਇੱਦਾਂ ਮੋਟਾ ਮੋਟਾ ਉਹਦੀਆਂ ਗੱਲਾਂ, ਦੇਖੋ ਅਸੀਂ ਨਾ ਅੱਜ ਤੱਕ ਰੌਲਾ ਪਾਉਂਦੇ ਹਾਂ, ਹਾਂਜੀ, ਵੀ ਹਿੰਦੂਆਂ ਨੇ ਵਿਸਾਖ ਘਾਤ ਕੀਤਾ ਸਾਡੇ, ਹਾਂਜੀ, 47 ਦੇ ਵਿੱਚ, ਹਾਂਜੀ, ਹੈਨਾ, ਹਾਂਜੀ, ਅਸੀਂ ਭਰੋਸਾ ਕੀਤਾ ਸੀ, ਹਾਂਜੀ, ਠੀਕ ਹੈ। ਮੈਂ ਇੱਕ ਦਿਨ ਸੋਚਦਾ ਸੀ, ਮੈਂ ਕਿਹਾ ਯਾਰ ਗੁਰਬਖਸ਼ ਨੂੰ ਤੇ ਭਰੋਸਾ ਨਹੀਂ ਕੀਤਾ ਅਸੀਂ, ਕੀਤਾ ਜੀ, ਉਹ ਕਹਿੰਦਾ ਵੀ ਕੈਦੀ ਛੁਡਾਉਣੇ ਆ, ਅਸੀਂ ਭਰੋਸਾ ਕਰ ਲਿਆ, ਹਾਂਜੀ, ਬਹਿ ਗਏ, ਬਹਿ ਗਏ, ਹੈਨਾ। ਅੱਛਾ ਉਹ 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 ਕੜਾ ਖਾ ਕੇ ਗੱਡੀ ਲੈ ਕੇ ਘੋੜੇ ਲੈ ਕੇ ਦੋ ਕੁ, ਹਾਂਜੀ, ਹੈਨਾ, ਆਪਣੀਆਂ ਦੋ ਤਿੰਨ ਗੱਡੀਆਂ ਲੈ ਲਈਆਂ, 50-60 ਲੱਖ ਇਕੱਠਾ ਕਰ ਲਿਆ, ਹਾਂਜੀ, ਗਾਂਹ ਜਾ ਕੇ ਜ਼ਮੀਨ ਲੈ ਲਈ 10-12 ਏਕੜ, ਹਾਂਜੀ, ਘਰੇ ਬਹਿ ਗਿਆ। ਅਸੀਂ ਰੌਲਾ ਪਾਇਆ ਵੀ ਅਸੀਂ ਵਿਸ਼ਵਾਸ ਕੀਤਾ ਸੀ ਇਹਦੇ ਤੇ, ਇਹਨੂੰ ਧੋਖਾ ਦਿੱਤਾ ਸਾਨੂੰ, ਹਾਂਜੀ, ਠੀਕ ਹੈ। ਕੇਜਰੀਵਾਲ ਤੇ ਵਿਸ਼ਵਾਸ ਨਹੀਂ ਕੀਤਾ, ਪੂਰਾ ਕੀਤਾ ਜੀ, ਮੁੜ ਕੇ ਫਿਰ ਅਸੀਂ ਰੌਲਾ ਪਾਉਣ ਲੱਗ ਪਏ। ਮਤਲਬ ਹੁਣ ਕਿਤੇ ਹਿੰਦੂਆਂ ਦੀ ਵਾਰੀ ਵੀ ਇੱਦਾਂ ਤਾਂ ਨਹੀਂ ਹੋਈ ਸਾਡੇ ਨਾਲ, ਮਤਲਬ ਉਹ ਜਿਹਨੂੰ ਤੁਸੀਂ ਇਹ ਕਹਿੰਦੇ ਵਿਸ਼ਵਾਸ ਕੀਤਾ, ਉਹ ਵਿਸ਼ਵਾਸ ਸੀਗਾ, ਕਿਤੇ ਭੁੱਖਮਰੀ ਤਾਂ ਨਹੀਂ ਸੀ ਤੁਹਾਡੀ, ਤੁਹਾਨੂੰ ਇਦਾਂ ਤਾਂ ਨਹੀਂ ਲੱਗਦਾ ਵੀ ਤੁਹਾਡੇ ਕੋਲ ਹੈ ਕੁਛ ਨਹੀਂ ਸੀ, ਇੱਕ ਨਵਾਂ ਬੰਦਾ ਉੱਠ ਕੇ ਆਇਆ। ਹਾਂ, ਕੇਜਰੀਵਾਲ ਦੀ ਵਾਰੀ ਕੀ ਹੋਇਆ, ਜਿਹੜੇ ਕੈਨੇਡਾ ਅਮਰੀਕਾ ਤੋਂ ਜਹਾਜ਼ ਭਰ ਕੇ ਲਗਾਏ ਆ, ਹਾਂਜੀ, ਜੇ ਹੁਣ ਕਿਤੇ ਸੁਣਦੇ ਹੋਣ ਤਾਂ ਚੱਪਣੀ ਲੈ ਕੇ ਨੱਕ ਡੋਬਣ ਆਪਣਾ, ਜਾਣੀ ਜੇ ਥੋੜੀ ਬਹੁਤੀ ਵੀ ਅਕਲ ਹੋਵੇ ਇਹਨਾਂ ਨੂੰ, ਲੱਖਾਂ ਕਰੋੜਾਂ ਡਾਲਰ ਕੀ ਕਿਉਂ ਵਾਰਿਆ ਉਹਨਾਂ ਨੇ, ਉਹਨਾਂ ਨੂੰ ਲੱਗਾ ਵੀ ਬਾਦਲਾਂ ਦੇ ਨੇੜੇ ਤਾਂ ਲੱਗਣ ਨਹੀਂ ਦੇਣਾ ਕਿਸੇ ਨੇ, ਕੈਪਟਨ ਨਹੀਂ ਲੱਗਣਾ, ਇਹ ਨਵੇਂ ਬੰਦੇ ਆ, ਇਹਨਾਂ ਦੇ ਵਿੱਚ ਤਾਂ ਹਰੇਕ ਕੋਈ ਇੱਦਾਂ MLA ਦੇ ਖੜਾ ਆ। ਜਦੋਂ ਇਹ ਬੰਦਿਆਂ ਨਾਲ ਅਸੀਂ ਜਾਣਦੇ ਹਾਂ ਨਾ, ਅਸੀਂ ਪੈਸੇ ਦੇਵਾਂਗੇ, ਇਹਨਾਂ ਦੀ ਸਰਕਾਰ ਬਣ ਜਾਣੀ, ਫਿਰ ਪਹੁੰਚ ਕਿਹਦੀ ਹੋਊਗੀ ਸਾਡੀ? ਇਹੀ ਵਰਤੀ ਕਿਤੇ ਉਸ ਵੇਲੇ ਤਾਂ ਨਹੀਂ ਸੀ ਵੀ ਅੰਗਰੇਜ਼ਾਂ ਦੇ ਤਾਂ ਕੋਈ ਨੇੜੇ ਨਹੀਂ ਲੱਗਣ ਦਿੰਦਾ, ਹਾਂਜੀ, ਇਹ ਤਾਂ ਬੰਦੇ ਸਾਡੇ ਨਾਲ, ਅਸੀਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕੀਤੀ ਆ, ਗਾਂਧੀ ਵਿੱਚ ਆ ਕੇ ਬੈਠਾ ਸੀ ਸਾਡੇ, ਜਦੋਂ ਇਹਨਾਂ ਦੀ ਸਰਕਾਰ ਹੋਣੀ ਆ, ਇਹ ਤਾਂ ਨਾਲੇ ਲੈ ਹੈ ਦੱਸ ਇੱਕ ਲੱਲੀ ਰਾਮ ਗੁੱਲੀ ਰਾਮ ਆ, ਅਸੀਂ ਤਾਂ ਸ੍ਰੀ ਸਾਹਿਬ ਲੈ ਕੇ ਚਾਟੇ ਇਹਨਾਂ ਤੋਂ ਖੋਹ ਲੈਣਾ, ਇੱਦਾਂ ਤਾਂ ਨਹੀਂ ਹੋਇਆ ਕਿਤੇ। ਔਰ 100 ਸਾਲ ਬੀਤ ਜਾਣ ਤੇ ਵੀ ਇਹੀ ਕੁਛ ਕਰੀ ਜਾਂਦੇ ਅਸੀਂ। ਹਾਂ, ਹੁਣ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਹਿੰਦੇ ਹਾਂ, ਹਾਂਜੀ, ਵੀ ਡੋਗਰਿਆਂ ਨੇ, ਹਿੰਦੂਆਂ ਨੇ, ਫਲਾਨਿਆਂ ਨੇ ਧੋਖਾ ਦਿੱਤਾ, ਹਾਂਜੀ, ਮਤਲਬ ਅਸੀਂ ਵਿਸ਼ਵਾਸ ਕਿੱਦਾਂ ਕਰ ਲਿਆ? ਜੇ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਆਪਣਾ ਘਰ ਮੇਰੇ ਨਾਲ ਲਵਾ ਦਿਓ, ਹਾਂਜੀ, ਠੀਕ ਹੈ, ਹਾਂਜੀ, ਆਪਣੇ ਜਿੰਨੇ ਤੁਹਾਡੇ, ਮੈਂ ਕਰਕੇ, ਕਿਉਂਕਿ ਬੈਂਕ ਨਾਲ ਮੇਰੀ ਗੱਲ ਆ, ਹਾਂਜੀ, ਹੈ ਨਾ, ਮੈਂ 2 ਮਿਲੀਅਨ ਲੋਨ ਲੈਣਾ ਚਾਹੁੰਦਾ, ਮੈਨੂੰ ਅਜੇ ਕਹਿੰਦੇ ਵੀ ਤੇਰੇ ਕੋਲ ਡਿਪੋਜ਼ਿਟ ਘੱਟ ਆ, ਵੀ ਤੁਸੀਂ ਕਰੋ, ਤੇ ਮੈਂ ਇਹਦੇ ਉੱਤੇ 3 ਮੰਜ਼ਿਲਾ ਬਣਾ ਕੇ ਵੱਡੀ 7 ਮੰਜ਼ਿਲਾ ਬਿਲਡਿੰਗ ਬਣਾ ਕੇ ਇੱਦਾਂ ਤੁਹਾਨੂੰ ਇੰਨੇ ਅਪਾਰਟਮੈਂਟ ਦਊਂਗਾ ਇੱਦਾਂ। ਹੁਣ ਮੇਰੇ ਤੇ ਭਰੋਸਾ ਕਰਨ ਲੱਗ ਜਿਹੜਾ ਤਾਂ, ਹਾਂਜੀ, ਉਹਦੇ 'ਚ ਤੁਹਾਨੂੰ ਛਾਣਬੀਣ ਕਰਨੀ ਚਾਹੀਦੀ ਕਿ ਨਹੀਂ ਚਾਹੀਦੀ ਹੈ ਜੀ? ਜੇ ਮੂਰਖਾਂ, ਹੁਣ ਇੰਡੀਆ ਤੋਂ ਜਿਹੜੀਆਂ ਲੜਕੀਆਂ ਕਹਿ ਦਿੰਦੀਆਂ ਵੀ ਜੇ ਬੰਦਾ ਬਾਹਰੋਂ ਗਿਆ ਸੀ, ਵਿਆਹ ਹੋ ਗਿਆ, ਇੱਦਾਂ ਕਰ ਲਿਆ, ਸਾਨੂੰ 5 ਲੱਖ ਇੱਦਾਂ ਕਰ ਦਿੱਤਾ, ਹਾਂਜੀ, ਧੋਖਾ ਦੇ ਕੇ ਚਲਾ ਗਿਆ, ਮਤਲਬ ਤੁਸੀਂ ਵਿਸ਼ਵਾਸ ਕਰਨ ਲੱਗੇ ਨੇ? ਪੁੱਛਿਆ ਸੀ ਕਿਸੇ ਨੇ? ਜੇ ਮੈਨੂੰ ਅਪਾਰਟਮੈਂਟ ਦਿੰਦੇ ਆ, ਜੇ ਮੇਰਾ ਮਤਲਬ ਜਿਹੜੀ ਲਾਲਚ ਆ, ਲਾਲਚ ਆ, ਲਾਲਚ ਆ,
रिश्ता कर दी कुड़ी सोहनी सी ठीक है कि नहीं अगला दो महीने छुट्टी कटन गया मान लो उन्हें लालच देता इदा कर दो पक्का विचोले ने कहता मुंडे ने जी कुड़ी चार महीने ते सद रहना मगर तुसीं चल जाना खर्चा थोड़ा को होना नहीं बाहरों आया बंदा फैक्ट्रियां चल दियां उहदियां खर्चा उन कर लेना रेस्टोरेंट च ब्याह करना हुण अंदर असल विच तां लालच होया लालच जे ना ही सी जे नहीं सी लालच तुसीं उहनूं उस वेले कह दिंदे भी भाई एड्रैस दे अपना तू दस कित्थे रहिंदा सानूं पता करन दे लोग तो पाँ लख कैश लैके नहीं रिश्ता करते तू फ्रिज क्यों कर लगा उदो चुप चुपीते कर लो जे कर लगे कि होर कोई ना कर जाए मुड़के अगला अगला अपने हूं उन्होंने दो महीने रहने कुड़ी चाहिए सौन ले सुता आराम ना घूमया फिर मुड़के छड़ के आ गया फिर तुम कहने धोखा दे गया विश्वास बिरती कित सा पीढ़ी दर पीढ़ी इदा तो नहीं चल रही सैकड़े साल तू असि बेईमान बंदे सरजबाज अपना दिखाते गल्ला करते साडे सिर मड़के सातों कम लैके रह पेंदे अगले चाहे देश की आजादी की गल आ चाहे महाराजा रणजीत सिंह राज की गल आ गुरुद्वारा सुधार लहर की गल आ अंग्रेजा वेले की गल आ हुण जदों जे जिहड़ी थ्यूरी की गल है जिहड़ी आइडियोलॉजी की गल आ ना जे वह समझी हुंदी असी ते जदों महाराजा रणजीत सिंह दे राज वेले गुरुद्वारे बने आ सियाने सिख नूं कहना चाहीदा सी भई काहदे लई तू हजूर साहब काहदे लई तुर पिया हुण हेमकुंट इस गल दा गवाह आ भई सिखां ने गुरु नानक पातशाह नूं समझिया ही नहीं जिहड़ी सब तो वड्डी सट मारी सी ना उन ब्राह्मण दे उत्ते जम्मण मरण दे स्वर्ग नरक दे पुनर्जन्म दे उहदे रब दे ब्रह्मा विष्णु जो कुछ नकार उहदा इक कहना गुरु ग्रंथ साहिब दे शुरू च इक लिखणा साडे लई इह सुनेहा सी भई इदां दे संकल्प नहीं चाहीदे हुण हेमकुंट की कह रहा है भई गुरु गोबिंद सिंह ने 10 जन्म भगती कीती है मतलब ब्राह्मण सही आ हिंदू सही आ गुरु नानक पातशाह दी ओंकार दी कदर की रह गई साडे लई गुरु ग्रंथ साहिब दी की कदर रह गई साडे लई की सानूं पता लगा उहदा कुछ है ना हुण जे उह महाराजा रणजीत सिंह दे राज वेले असीं इह स्टैप लिया हुंदा साडे सियाणियां ने है ना ते जदों जदों गुरुद्वारा सुधार लहर चली आ उदो एकदम कह देंदे भाई सरकार ने बिठा लियो आ बंदे जिन्हां दी सरकार आ उन्हां दे जज आ इह उहदी लड़की नाल धक्का होया उह सरकार दी मदद लऊगा असीं काहते पूछ नूं अग लाउण लगे जे हुण उह स्टैप लै लैंदे उस वेले देखो जलियां वाले बाग वेले 1919 च ठीक है मैं बहुता हिस्टरी नूं इदां बरीकी च नहीं पढ़िया जानी ठीक है पर मैं मोटी जी गल दसदा 1919 च सिमरनजीत सिंह मान दा को बड़ा वडेरा जिहड़ा अरूड सिंह जिहनूं कहिंदे आ उह अंग्रेजां दा बिठाया होया सरबराह सी ठीक है जी अकाल तख्त ठीक है ठीक है उस वेले जथेदार नहीं सी हुंदा अच्छा जी ठीक है सरबराह सी बैठा जदों जनरल डायर ने जिहनूं उत्थे गोली चलाई आ उहनूं सरोपा अरूड सिंह ने दित्ता ठीक है जी 1919 च ठीक है जथेदार कदों शुरू हो गया फिर इह जदों गुरुद्वारा सुधार लहर चली आ असीं गुरुद्वारियां दा रौला पाया आ अगले ने श्रोमणी कमेटी दा इतिहास बना के उहदे विच सरबराह दी जगह इह शब्द वरत के किसी भी तरह वरते आ जां बाद विच पए आ उह किसे तरह लिया के सानूं अगले ने कॉन्स्टीट्यूशन दे के सैन करा लिया साडे कोल ठीक है हुण जे उदों असीं ननकाणा साहिब वेले गुरुद्वारा जो उत्थे रौला पाया आ उहदे बारे असीं इह कह दिंदे भई छेवें पातशाह हांजी 16वीं सदी च छड गए सी इहनूं हांजी उह तों बाद साडा कोई लेना देना नहीं हैगा इत्थे सोढी बैठे रहे आ इत्थे धीर मलिए बैठे रहे आ हांजी ठीक है साडे शरीक रहे मुड़ के चाहे अबदाली दा किसे जिहड़े भी होए उहनां दा कब्जा रहा होगा हांजी सानूं साडा नहीं कोई भी लेना देना हांजी तां अज जिहड़े जिहड़ा फाहा साडे गल पिया उह हुंदा ना जी नहीं ना हुण जिहड़ी भी आइडियोलॉजी दी तुसीं गल करनी आ केजरीवाल गल्लां बहुत सोहणियां करदा सी तुसीं ओह गल्लां सुण के जे उहदे मगर लगदे आ ते लुट्टे जांदे आ जिन्हां ने महाराजा रणजीत सिंह दे राज वेले असीं कहिंदे धोखा दित्ता ओह डेफिनेटली ओह होणगे जिन्हां गल्लां बहुत सोहणियां कीतियां होणगियां असीं भरोसा कीता गांधी ने असीं अज तक ओह स्टेटमेंटां देई जांदे वी गांधी कहिंदा सीगा सीसगंज गुरुद्वारे खड़ के कहा भई जे तुहाडे नाल धोखा कीता ते तुहाडे कोल गुरु गोबिंद सिंह दी दित्ती ओह कृपा ने गल्लां बहुत सोहणियां असीं गल्लां ते विश्वास कर लिया हांजी
ਹਨਾ। ਪਰ ਦੇਖਣਾ ਇਹ ਆ ਉਹ ਜਿਹੜਾ ਬੰਦਾ ਸੋਹਣੀਆਂ ਗੱਲਾਂ ਕਰ ਰਿਹਾ ਸਾਡੇ ਨਾਲ, ਹੁਣ ਜਿਹੜੀ ਲੜਕੀ ਨੂੰ ਕੈਨੇਡਾ ਅਮਰੀਕਾ ਤੋਂ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਜਾ ਕੇ ਬੰਦਾ ਹਾਂਜੀ 2 ਮਹੀਨੇ ਲਈ ਗਿਆ, ਉਹ ਕਹਿ ਰਿਹਾ ਮੈਂ ਤੈਨੂੰ ਲੈ ਕੇ ਜਾਊਂਗਾ, ਤੇਰਾ ਟੱਬਰ ਚੱਲ ਜਾਊਗਾ, ਗੱਲਾਂ ਬਹੁਤ ਸੋਹਣੀਆਂ ਕਰ ਰਿਹਾ, ਪਰ ਦੇਖਣਾ ਤੁਸੀਂ ਇਹ ਵੀ ਨੀਅਤ ਕੀ ਆ ਉਹਦੀ, ਉਹ ਦੇਖਣ ਲਈ ਤੁਹਾਨੂੰ ਦਿਮਾਗ ਲੜਾਉਣਾ ਪੈਣਾ ਵੀ ਮੈਨੂੰ ਕਿਉਂ ਕਹਿ ਰਿਹਾ ਆ, ਠੀਕ ਆ, ਇਹ ਆਪਣਾ ਦੱਸ ਕਿਉਂ ਨਹੀਂ ਰਿਹਾ ਪਿੱਛਾ, ਕੀ ਕਮਜ਼ੋਰੀ ਪੈ ਗਈ, ਕੀ ਇਹਦੀ ਵਿਪਤਾ ਪੈ ਗਈ, ਇੱਕ ਗਰੀਬ ਘਰ ਦੀ ਲੜਕੀ ਨੂੰ ਲੈ ਕੇ ਚੱਲਾ, ਜਦੋਂ ਇਹ ਸਵਾਲ ਉੱਠੇ ਇੱਦਾਂ ਦੇ ਤਰਕ ਕੀਤੇ ਤੁਸੀਂ, ਉਹਨੇ ਚੜ ਜਾਣਾ, ਠੀਕ ਆ, ਤੂੰ ਭਾਈ ਆਪਣਾ ਐਡਰੈਸ ਦੇ ਦੇ, ਫੋਨ ਨੰਬਰ ਦੇ ਦੇ, ਸਾਡੇ ਬੰਦੇ ਹੈਗੇ ਕੈਨੇਡਾ ਚ, ਅਸੀਂ ਲੱਭ ਕੇ ਪਤਾ ਕਰ ਲੈਂਦੇ ਹਾਂ, ਹਾਂਜੀ, ਠੀਕ ਹੈ। ਨਿਊਜ਼ੀਲੈਂਡ ਦੇ ਵਿੱਚ ਵੀ ਕੇਸ ਹੋਇਆ ਸੀ, ਬੰਦਾ ਇੱਥੇ ਗੁਰਦੁਆਰੇ ਸੈਕਟਰੀ ਆ, ਇੰਡੀਆ ਜਨਾਨੀ ਉਹਨੂੰ ਬੜੇ ਇਸ਼ਤਿਹਾਰ ਦੇ ਕੇ, ਹਨਾ, ਹੁਣ ਉਦੋਂ ਵੀ ਸਾਡਾ ਸਵਾਲ ਇਹੀ ਸੀਗਾ ਵੀ ਉਹਨੇ ਜਦੋਂ ਵਿਆਹ ਕਰਾਇਆ ਉਦੋਂ ਉਹਨੂੰ ਪੁੱਛਿਆ ਕਿਉਂ ਨੀ, ਠੀਕ ਹੈ। ਹੁਣ ਜਿਹੜਾ ਬੰਦਾ ਵਧੀਆ ਗੱਲਾਂ ਕਰ ਰਿਹਾ ਆ, ਗੱਲਾਂ ਦੇ ਉੱਤੇ ਭਰੋਸਾ ਕਰਕੇ ਨਾ ਤੁਸੀਂ ਇੱਦਾਂ ਕਰੋ, ਤੁਸੀਂ ਇਹ ਦੇਖੋ ਉਹ ਗੱਲਾਂ ਕਰਕੇ ਆਪ ਕਰਨਾ ਕੀ ਚਾਹੁੰਦਾ, ਸਮਾਜ ਕਿਹੋ ਜਿਹਾ ਬਣਾਉਣਾ ਚਾਹੁੰਦਾ ਹੈ। ਹੁਣ ਕੇਜਰੀਵਾਲ ਆਇਆ, ਉਹ ਪੰਜਾਬ ਦੀ ਗੱਲ ਕਰਦਾ, ਹਨਾ, ਤੇ ਬਾਦਲ, ਸਾਨੂੰ ਲੱਗਾ ਬਾਦਲ ਚੰਗੇ ਨੀ, ਹਾਂਜੀ, ਠੀਕ ਹੈ, ਕਾਂਗਰਸ ਲੁੱਟਦੀ ਆ, ਇਹੀ ਗੱਲਾਂ ਹੁਣ ਕਹੀਆਂ, ਅਸੀਂ ਗੱਲ ਆਇਆ ਬਈ ਇਹ ਵਧੀਆ ਇਹ ਸਾਡੇ ਪੱਖ ਦਾ, ਹਨਾ। ਹੁਣ ਉਹ ਕਰਨ, ਉਹ ਕੀ ਕਰਨਾ ਚਾਹੁੰਦਾ ਸੀ, ਬੰਦੇ ਮਾਤਰਮ, ਉਹ ਮਹਾਤਮਾ ਗਾਂਧੀ ਦਾ ਭਗਤ ਸੀਗਾ, ਹਾਂਜੀ, ਹਨਾ, ਉਹ ਸੈਂਟਰ ਨੂੰ ਤਕੜਾ ਕਰਨਾ ਚਾਹੁੰਦਾ ਸੀ, ਹਾਂਜੀ, ਕਿਉਂਕਿ ਆਮ ਆਦਮੀ ਪਾਰਟੀ ਕੇਂਦਰੀ ਪਾਰਟੀ ਆ, ਹਾਂਜੀ, ਸਟੇਟ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ, ਹਾਂਜੀ, ਮੁੜ ਕੇ ਚਲੋ ਤਾਂ ਉਹਦੇ ਪੈਰ ਨੀ ਲੱਗੇ, ਲੱਗ ਵੀ ਜਾਂਦੇ ਤੇ ਪੰਜਾਬ ਦੀਆਂ ਜੜ੍ਹਾਂ ਵੱਢਦਾ, ਬਿਲਕੁਲ ਜੀ, ਅਸੀਂ ਕਹਿੰਦੇ ਧੋਖਾ ਦੇ ਗਿਆ ਸਾਨੂੰ, ਵਿਸਾਖਤ ਕਰ ਗਿਆ, ਹਨਾ। ਹੁਣ ਜਦੋਂ ਇੱਦਾਂ ਹੀ ਗੱਲ ਰਜਨੀਸ਼ ਦੇ ਉੱਤੇ ਆਉਂਦੀ ਆ, ਮਾਰਕਸ ਦੇ ਉੱਤੇ ਆਉਂਦੀ ਆ, ਗੱਲਾਂ ਜਿਹੜੀਆਂ ਆ, ਗਿਆਨ ਉਹੀ ਆ, ਦੋ ਦੂਣੀ ਚਾਰੇ ਹੀ ਰਹਿਣਾ ਆ, ਹਾਂ ਇਹ ਤਾਂ ਹੈ ਜੀ, ਜਿਨ ਵੀ ਕਹਿਣਾ ਆ ਆ ਕੇ, ਠੀਕ ਆ। ਹੁਣ ਇੱਕ ਲੜਕੀ ਆ, ਉਹਦਾ ਸ਼ੋਸ਼ਣ ਹੋ ਰਿਹਾ ਆ, ਹਾਂਜੀ, ਜਿਹੜਾ ਉਹਦਾ ਬਾਪ ਆ ਉਹ ਵੀ ਇਹੀ ਕਹੂਗਾ, ਹਾਂਜੀ, ਠੀਕ ਆ, ਵੀ ਸੰਭਲ ਕੇ ਰਹਿ, ਬਚ ਕੇ ਰਹਿ, ਠੀਕ ਹੈ ਜੀ, ਖਬਰਦਾਰ ਬਈ ਜੇ, ਠੀਕ ਆ, ਜਿਹੜਾ ਉਹਦੇ ਨਾਲ ਰਾਤ ਸੋਣਾ ਚਾਹੁੰਦਾ ਆ ਉਹ ਵੀ ਇਹੀ ਕਹੂਗਾ। ਹੁਣ ਦੇਖਣਾ ਲੜਕੀ ਨੇ ਆ ਵੀ ਜਿਹੜਾ ਮੈਨੂੰ ਬਚਾਉਣਾ ਚਾਹੁੰਦਾ ਆ, ਜਿਹੜਾ ਮੇਰੀ ਮਦਦ ਕਰ ਰਿਹਾ ਆ, ਇਹਦੀ ਨੀਅਤ ਕੀ ਆ, ਕੌਣ ਆ ਇਹ, ਜੇ ਨਹੀਂ ਦੇਖਿਆ ਤੁਸੀਂ ਫਿਰ ਨਿਕਲੇ ਜਾਓਗੇ ਤੁਸੀਂ, ਠੀਕ ਹੈ। ਹੁਣ ਰਜਨੀਸ਼ ਸਮਾਜ ਕਿਹੋ ਜਿਹਾ ਬਣਾਉਣਾ ਚਾਹੁੰਦਾ ਆ, ਠੀਕ ਹੈ। ਮੈਂ ਆਸ ਕਰਦਾ ਸੀਗਾ ਵੀ ਅੱਜ ਜਿਹੜੇ ਵੀਰ, ਇੱਕ ਤਾਂ ਸੁਖਜਿੰਦਰ ਲੌਂਗੋਵਾਲ ਕਰਕੇ ਵੀਰ ਸੀਗਾ, ਉਹ ਤਾਂ ਇੰਨਾ ਵਿਚਾਰਾ ਅਪਸੈਟ ਸੀਗਾ, ਉਹਨੂੰ ਤਾਂ ਵਟਸਐਪ 'ਤੇ ਮੈਨੂੰ ਮੈਸੇਜ ਹੀ ਕਰ ਦਿੱਤਾ, ਕਹਿੰਦਾ ਜੀ ਮੈਨੂੰ ਅਨਫਰੈਂਡ ਕਰ ਦਿਓ ਤੁਸੀਂ। ਅੱਛਾ ਜੀ, ਮੈਂ ਕਿਹਾ ਅੰਨਾ ਕੀ ਭਾਲੇ ਜਾਣੀ ਹੈ ਕਿ ਨਹੀਂ, ਮੈਨੂੰ, ਮੈਂ ਤਾਂ ਛੇਤੀ ਛੇਤੀ ਕੀਤਾ, ਠੀਕ ਹੈ ਜੀ, ਠੀਕ ਹੈ। ਮੈਂ ਤਾਂ ਬਾਕੀ ਵੀ ਜਿਹੜੇ ਬੰਦੇ, ਕਿਉਂਕਿ ਬੜੇ ਚਿਰਾਂ ਦਾ ਮੈਂ ਉਸ ਚੀਜ਼ ਨੂੰ, ਮੈਨੂੰ ਸੀਗਾ ਵੀ ਪਹਿਲਾਂ ਗੱਲ ਚੰਗੀ ਤਰ੍ਹਾਂ ਕਰ ਲਈਏ ਇੱਕ ਵਾਰੀ, ਸਾਰਿਆਂ ਨੂੰ ਮੌਕਾ ਦੇ ਦੇਈਏ। ਅੱਜ ਹਰੇਕ ਜਿਹੜਾ ਵੀ ਦੋਸਤ ਮਿੱਤਰ ਆਪਣਾ ਰਜਨੀਸ਼ ਦੇ ਹੱਕ ਵਿੱਚ ਆ, ਸਰੋਤਿਆਂ ਨੂੰ ਮੈਂ ਬੇਨਤੀ ਕਰ ਦਿੰਦਾ, ਅੱਜ ਸਾਰਿਆਂ ਕੋਲ ਮੌਕਾ ਆ ਤੁਹਾਡੇ, ਠੀਕ ਆ, ਜੋ ਜੋ ਤੁਹਾਨੂੰ ਚੰਗਾ ਲੱਗਦਾ ਆ ਉਹ ਲੈ ਕੇ ਆਓ, ਠੀਕ ਹੈ ਜੀ, ਠੀਕ ਹੈ। ਆਪਾਂ ਜਾਗਰੂਕਾਂ ਨੂੰ ਵੀ ਇਹੀ ਪੁੱਛਦੇ ਸੀ ਵੀ ਜਿਹੜੀ ਗੱਲ ਤੁਸੀਂ, ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਗੱਲ ਕਹਿ ਦਿੰਦੇ ਹਾਂ ਨਾ, ਵੀ ਇਹ ਝੂਠ ਆ ਇਹ, ਵੀ ਇਹਦੇ ਨਾਲ ਦਾ ਗਿਆਨ ਕਿਤੇ ਨਹੀਂ ਹੈਗਾ, ਹਾਂਜੀ, ਠੀਕ ਆ। ਤੇ ਰਜਨੀਸ਼ ਚਾਰ ਕਿਹੜੇ ਬਾਗ ਦੀ ਮੂਲੀ ਆ, ਗੱਲ ਤਾਂ ਤੁਸੀਂ ਇੱਕ ਓਂਕਾਰ ਦੀ ਕਰਦੇ ਆ, ਗੱਲ ਤਾਂ ਉਹ ਇੱਕ ਦੀ ਕਰਦੇ, ਗੱਲ ਉਸ ਕੁਦਰਤ ਦੇ ਨਿਯਮ ਦੀ ਕਰਦੇ ਆ, ਹਾਂਜੀ, ਗੱਲ ਤਾਂ ਉਸ ਧਾਰਾ ਦੀ ਸ਼ਕਤੀ ਦੀ ਕਰਦੇ ਆ, ਜਿਹੜਾ ਬ੍ਰਹਿਮੰਡ ਫੈਲ ਰਿਹਾ ਆ ਉਹਦੀ ਕੋਈ ਸਪੀਡ ਆ, ਆਪਣੇ ਆਪ ਦੇ ਮਿਣ ਕੇ ਤਾਂ ਦੇਖੋ ਤੁਸੀਂ, ਉਹ ਬਣ ਕਿੱਦਾਂ ਰਿਹਾ ਤੇ ਮਿਟ ਕਿੱਦਾਂ ਰਿਹਾ, ਤੇ ਤੁਹਾਨੂੰ ਸੈਵੰਗ ਦੇ ਅਰਥ ਨੀ ਪਤਾ ਲੱਗਦੇ, ਜਿਹੜਾ ਆਪਣੇ ਤੁਸੀਂ ਕਹਿੰਦੇ ਵੀ ਬਣਾਉਣੇ ਵਾਲਾ ਕੋਈ ਯਾਰ ਹੱਦ ਹੋ ਗਈ, ਇਦੋਂ ਵਧੀਆ ਕੋਈ ਕਿੱਦਾਂ ਬਣਾ ਸਕਦਾ, ਉਹ ਤਾਂ ਕਹਿੰਦੇ ਜਾਣੀ ਜਿਹੜੀ ਸੂਰਜ ਦੀ ਲਾਈਟ ਦੀ ਸਪੀਡ ਆ ਨਾ, ਹਾਂਜੀ, ਉਹ ਵੀ ਨੀ ਉੱਥੇ ਜਾ ਰਹੀ, ਕੋਈ ਮਿਣਤੀ ਨੀ ਉਹਦੀ, ਤਾਂ ਉਹਨੇ ਸੂਰਜ ਦੀ ਲਾਈਟ ਨੂੰ ਤਾਂ ਮਿਲ ਲਿਆ ਉਹਨਾਂ ਨੇ, ਹਾਂਜੀ, ਵੀ ਆਹ ਇੰਨੀ ਆ, ਇੰਨੀ ਸਪੀਡ ਆ ਉਹਦੀ, ਹਾਂਜੀ, ਤੇ ਬ੍ਰਹਿਮੰਡ ਦੇ ਫੈਲਣ ਦੀ ਜਿਹੜੀ, ਜਿਹੜਾ ਬਣ ਰਿਹਾ ਨਾ ਉਹ, ਉਹਨੂੰ ਨੀ ਉਹ ਕਰ ਰਹੇ, ਉੱਥੇ ਸੂਰਜ ਰੋਸ਼ਨੀ ਜਾ ਰਹੀ, ਹਾਂ, ਉੱਥੇ ਤਾਂ ਪਤਾ ਹੀ ਨਹੀਂ, ਨਹੀਂ ਪਤਾ ਜੀ, ਫਿਰ ਹੁਣ ਤੁਸੀਂ ਦੇਖੋ ਵੀ ਜਿਹਨੂੰ ਗੁਰੂ ਨਾਨਕ ਇਹ ਕਹਿ ਰਿਹਾ ਵੀ ਉਹ ਆਪਣੇ ਆਪ ਤੋਂ ਆ, ਜਿਹਨੂੰ ਉਹ ਕਹਿੰਦੇ ਵੀ ਆਪੀ ਨੇ ਆਪ ਸਾਜਿਓ, ਉਹ ਕੋਈ ਬੰਦਾ ਥੋੜੀ ਬੈਠਾ ਹੈ ਉੱਥੇ, ਤੁਸੀਂ ਤਾਂ ਗੁਰੂ ਨਾਨਕ ਨੂੰ ਕਿੰਨਾ ਛੋਟਾ ਕਰ ਦਿੱਤਾ, ਕਿਉਂਕਿ ਅਸੀਂ ਆਪਦੀ ਸੋਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਆ, ਅਸੀਂ, ਹਾਂ, ਸਾਨੂੰ ਜਿੱਦਾਂ ਦਾ ਸੀਗਾ ਸੱਚਾ ਵਾਲਾ ਨਿਕਲ, ਪਹਿਲਾਂ ਜੋ ਕੁਛ ਜਾਣੀ ਜੋ ਹਿੰਦੂਆਂ ਦਾ, ਹੁਣ ਅਸੀਂ ਸਾਡਾ ਸਾਰਾ ਕੁਛ ਹਿੰਦੂਆਂ ਦੇ, ਮੁਸਲਮਾਨਾਂ ਦੇ, ਯੋਗੀਆਂ ਦੇ, ਤਿੰਨੇ ਧਰਮ ਸੀ ਉੱਥੇ, ਹਾਂਜੀ, ਉਹਨਾਂ ਦੇ ਬਰਾਬਰ ਆ ਉਹਨਾਂ, ਹਾਂਜੀ, ਇੱਕ ਚੀਜ਼ ਸਾਡੇ ਚ ਵਾਧੂ ਆਈ ਆ ਵੀ ਜਿਹੜਾ ਅੰਮ੍ਰਿਤ ਵਾਲਾ ਨਾ, ਹਾਂਜੀ, ਇਹ ਸਾਰਾ ਕੰਸੈਪਟ ਜਿਹੜਾ ਆ, ਹਾਂਜੀ, ਠੀਕ ਆ, ਇਹ ਜਿੱਥੇ ਤੇ ਲੱਗਦਾ ਜਾਣੀ ਮੋਟੀ ਮੋਟੀ ਗਾਹਾਂ ਕਿਸੇ ਨੇ ਕਰਕੇ ਰੱਖ ਦੇਣਾ ਜਾਣੀ, ਠੀਕ ਹੈ, ਵੀ ਇਹ ਜਦੋਂ ਅੰਗਰੇਜ਼ ਗਏ ਆ, ਹਾਂਜੀ, ਠੀਕ ਆ, ਉਹਨਾਂ ਦੀ ਤਾਂ ਹਿੰਦੂਆਂ ਦੀ ਰਲਮੀ ਮਿਲਮੀ ਸੋਚ ਦੇ ਵੀ
ਜਿਹੜਾ ਬੈਪਟਾਈਜ਼ ਕਰਾਉਂਦੇ ਆ ਕ੍ਰਿਸਚੀਅਨ ਵੀ ਕਰਾਉਂਦੇ, ਕ੍ਰਿਸਚੀਅਨ ਕਰਾਉਂਦੇ ਹਾਂ ਪਾਣੀ ਵਾਲਾ ਸਭ ਤੋਂ, ਹਾਂ ਇਹ ਤੇ ਜੂਸ਼ ਵੀ ਸਾਰੇ ਉਹ ਰਲਮਾ ਮਿਲਮਾ ਹਿੰਦੂਆਂ ਦੇ ਵੀ, ਹਾਂ ਉਹ ਅੰਮ੍ਰਿਤ ਜਿਹੜਾ ਆ ਉਹ ਜੱਟਾਂ ਚੋਂ ਨਿਕਲਦਾ, ਹਾਂਜੀ ਹੈਨਾ, ਉਹ ਸਾਰਿਆਂ ਦੇ ਇੱਕੋ ਜਿਹਾ ਹੀ ਆ, ਵਿਧੀ ਐਂਟਰੀ ਕਰਦੇ ਆ ਹੈਨਾ। ਹੁਣ ਕੱਪੜਿਆਂ ਦੇ ਰੰਗ ਤੁਸੀਂ ਇੱਥੇ ਇੱਕ ਲਿਸਟ ਫੇਸਬੁੱਕ ਦੇ ਉੱਤੇ ਚੰਗੀ ਵੱਡੀ ਘੁੰਮਦੀ ਆ, ਅੱਛਾ ਜੀ, ਵੀ ਹਿੰਦੂਆਂ ਦਾ ਧਾਰਮਿਕ ਗ੍ਰੰਥ, ਹਾਂਜੀ, ਮੁਸਲਮਾਨਾਂ ਦਾ ਧਾਰਮਿਕ ਗ੍ਰੰਥ, ਸਿੱਖਾਂ ਦਾ, ਹਾਂਜੀ ਠੀਕ ਹੈ, ਹਿੰਦੂਆਂ ਦਾ ਜਕਾਰਾ, ਹਾਂਜੀ, ਜੋ ਉਹ ਨਮਸਤੇ ਜੋ ਕਰਦੇ, ਹਾਂਜੀ, ਮੁਸਲਮਾਨਾਂ ਦਾ, ਹਾਂਜੀ, ਤੇ ਸਿੱਖਾਂ ਦਾ, ਹਾਂਜੀ ਠੀਕ ਹੈ। ਉਹਨਾਂ ਦਾ ਵਿਆਹ ਕਰਾਉਣ ਦਾ ਤਰੀਕਾ ਹਿੰਦੂਆਂ ਦਾ ਤੇ ਸਿੱਖਾਂ ਦਾ, ਹਾਂਜੀ ਠੀਕ ਹੈ। ਉਹਨਾਂ ਦਾ ਹਰਾ ਰੰਗ, ਉਹਨਾਂ ਦਾ ਨੀਲਾ ਰੰਗ, ਸਿੱਖਾਂ ਦਾ, ਹਾਂਜੀ ਠੀਕ ਹੈ। ਮਤਲਬ ਇੱਦਾਂ ਉਹ ਸਾਰੀ ਲਿਸਟ ਦੇ ਕੇ ਕਹਿੰਦੇ ਵੀ ਅਸੀਂ ਹਿੰਦੂਆਂ ਨਾਲੋਂ ਤੇ ਮੁਸਲਮਾਨਾਂ ਨਾਲੋਂ ਵੱਖਰੇ ਹਾਂ। ਹੁਣ ਉਹ ਕੀ ਕਹਿ ਰਹੇ ਆ ਭਾਈ, ਜਿੱਦਾਂ ਗੁਰੂ ਨਾਨਕ ਪਾਤਸ਼ਾਹ ਕਬੀਰ ਰਵਿਦਾਸ ਹਿੰਦੂਆਂ ਦੇ ਮੁਸਲਮਾਨਾਂ ਨੂੰ ਦੇਖਦੇ ਸੀ ਤੇ ਹਿੰਦੂ ਅੰਨਾ ਤੁਰਕੂ ਕਹਿਣਾ, ਠੀਕ ਹੈ। ਹੁਣ ਬਸ ਇਹ ਦੋਹਾਂ ਦੇ ਨਾਲ ਤੁਸੀਂ ਜੋੜ ਲਓ ਭਾਈ, ਜਿਹੜਾ ਸਿੱਖ ਹੈ ਉਹਨੂੰ ਕਿੱਥੇ ਰੱਖਣਾ, ਅਸੀਂ ਉੱਥੇ ਖੜਾ, ਅਸੀਂ ਨੀ, ਮਤਲਬ ਜਿਹੜਾ ਪਲੈਨਰ ਆ ਸਾਡਾ, ਜਿਹੜਾ ਸਾਡੀ ਸਟ੍ਰੈਟਜੀ ਬਣਾ ਰਿਹਾ ਆ, ਠੀਕ ਹੈ, ਉਹਨੂੰ ਸਾਨੂੰ ਉੱਥੇ ਖੜਾ ਕਰ ਦਿੱਤਾ, ਠੀਕ ਹੈ। ਉਹ ਰਜਨੀਸ਼ ਨੇ ਜਾਣੀ ਜਿਹੜਾ ਇੰਨਾ ਦਿਮਾਗੀ ਸੀ, ਇੰਨਾ ਵਧੀਆ ਬੁਲਾਰਾ ਸੀ, ਜਿਹੜੇ 15-20 ਸਾਲ ਉਹਨੂੰ ਪਹਿਲੇ ਕੰਮ ਕੀਤਾ, ਹਾਂਜੀ ਹੈਨਾ, ਉਹਦੇ ਨਾਲ ਉਹਨੂੰ ਹਰੇਕ ਜਿਹੜੇ ਜਿੰਨੀਆਂ ਉਣਤਾਈਆਂ ਸੀਆਂ ਹੈਨਾ ਇੰਡੀਆ ਦੇ ਵਿੱਚ ਪੋਲੀਟੀਸ਼ਨਾਂ ਦੀਆਂ ਕਿਹਾ, ਧਰਮ ਦੇ ਨਾਂ ਤੇ, ਪੁਜਾਰੀ ਦੇ ਨਾਂ ਤੇ ਉੱਤੇ ਬੋਲਿਆ ਉਹ, ਹਾਂਜੀ ਹੈਨਾ। ਪਰ ਸਵਾਲ ਇਹ ਪੈਦਾ ਹੁੰਦਾ ਵੀ ਉਹ ਤੋਂ ਬਾਅਦ ਉਹ ਸਮਾਜ ਕਿਹੋ ਜਿਹਾ ਸਿਰਜਣਾ ਚਾਹੁੰਦਾ, ਠੀਕ ਹੈ। ਹੁਣ ਜਦੋਂ ਜਾ ਕੇ ਸਮਾਧੀ ਦੀ ਗੱਲ ਕਰਨ ਲੱਗ ਪਿਆ, ਹਾਂਜੀ, ਮਤਲਬ ਸਮਾਧੀ ਦਾ ਕੀ ਅਰਥ ਆ, ਕੀ ਆ ਸਮਾਧੀ, ਜਿੱਦਾਂ ਜਿਹੜਾ ਇੰਨਾ ਸਿਆਣਾ ਇੰਨਾ ਦਿਮਾਗੀ ਬੰਦਾ ਆ, ਉਹ ਤੁਹਾਨੂੰ ਉੱਥੇ ਕਦੇ ਲੈ ਕੇ ਜਾਣਾ ਚਾਹੁੰਦਾ, ਕਦੇ ਲੈ ਲਾਉਣੀ ਆ ਸਮਾਧੀ। ਫਿਰ ਉਹ ਕਹਿੰਦਾ ਸਮਾਧੀ ਲੱਗਣੀ ਨੀ ਸੰਭੋਗ ਤੋਂ ਬਿਨਾਂ, ਔਰਤ ਚਾਹੀਦੀ ਆ ਤੁਹਾਨੂੰ ਸਮਾਧੀ ਲਾਉਣ ਲਈ, ਹਾਂਜੀ ਠੀਕ ਹੈ। ਹੁਣ ਉਹ ਤਾਂ ਏਡਾ ਗੰਦ ਤਾਂ ਯਾਰ ਬਾਂਹ ਮਰ ਗਿਆ ਨੇ ਨੀ ਪਾਇਆ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਭੰਡ ਰਹੇ ਆ, 12ਵੀਂ 13ਵੀਂ ਸਦੀ ਦੀ ਗੱਲ ਆ ਉਹ, ਠੀਕ ਹੈ। ਤੇ ਇਹ 20ਵੀਂ ਸਦੀ ਚ ਆ ਕੇ ਪਾਉਣ ਲੱਗ ਪਿਆ ਗੰਦ, ਉਹ ਤਾਂ ਵੀਡੀਓ ਵੀ ਇੱਥੇ ਘੁੰਮਦੀਆਂ ਸੀਆਂ, ਹਾਂਜੀ, ਵੀ ਉਹਦੇ ਵਿੱਚ ਤੁਹਾਨੂੰ ਵੀਡੀਓ ਵਿੱਚ ਸਾਫ਼ ਦਿਸ ਰਿਹਾ ਆ, ਹਾਂਜੀ, ਜਿਹੜੇ ਔਰਤ ਦਾ ਮਰਦ ਦੇ ਸੰਬੰਧ ਆਪਸ ਵਿੱਚ ਹੀ ਉਹ ਬਣਾ ਰਹੇ ਆ, ਉਹਦੇ ਵਿੱਚ ਦਿਸ ਵੀ ਏਦਾਂ ਰਿਹਾ ਵੀ ਬੰਦਾ ਇੱਕ ਔਰਤ ਨੂੰ ਹਟ ਕੇ ਦੂਜੀ ਔਰਤ ਨਾਲ, ਔਰਤ ਇੱਕ ਬੰਦੇ ਨੂੰ ਹਟ ਕੇ ਦੂਜੇ ਬੰਦੇ ਨਾਲ ਜਾ ਰਹੀ, ਹਾਂਜੀ ਏਦਾਂ ਹੀ ਹੈ ਜੀ। ਮਤਲਬ ਹੁਣ ਜੇ ਉਹ ਤੁਸੀਂ ਮਤਲਬ ਕਿਹੜੇ ਸਮਾਜ ਤੇ ਲਾਗੂ ਕਰਨਾ ਚਾਹੁੰਦੇ ਆ, ਸਿੱਧੇ ਨਹੀਂ, ਕੀ ਕਰਨਾ ਚਾਹੁੰਦੇ ਉਹਦੇ ਵਿੱਚੋਂ, ਜਿਹੜਾ ਅਫੈਕਸ਼ਨ ਆ, ਜਿਹੜਾ ਤੁਹਾਡਾ ਪਿਆਰ ਆ, ਜਿਹਦੀ ਅਟੈਚਮੈਂਟ ਆ ਤੁਹਾਡੀ, ਉਹ ਕਿੱਥੇ ਜਾਊਗੀ। ਤੁਸੀਂ ਤਾਂ ਦੁਨੀਆਂ ਦੇ ਸਾਈਕੋਲੋਜਿਸਟ ਫੇਲ ਕਰ ਦੇਣੇ ਆ, ਸਰੀਰ ਦਾ ਸੰਬੰਧ ਆ ਜਿਹੜਾ ਉਹਦੇ ਰਾਹੀਂ ਕੁਛ ਤੁਹਾਡਾ ਆਪਸ ਵਿੱਚ ਅਟੈਚਮੈਂਟ ਹੋ ਰਹੀ ਹੈ। ਹੁਣ ਜੇ ਚਲੋ ਜੇ ਉਹ ਨਹੀਂ ਹੋ ਰਹੀ ਫਿਰ ਠੀਕ ਹੈ, ਫਿਰ ਤੁਸੀਂ ਆਪਣਾ ਮੰਨਿਆ ਵਿਆਹ ਦੀ ਪ੍ਰਥਾ ਜਿਹੜੀ ਆ ਸਮਾਜ ਨੇ ਬਣਾਈ ਆ, ਡਿਵੋਰਸ ਦੀ ਵੀ ਬਣਾਈ ਆ, ਹੁਣ ਲੋੜ ਤਾਂ ਸਾਨੂੰ ਉਹਦੇ ਬਾਰੇ ਸੋਚਣ ਦੀ ਆ, ਕਿੱਧਰ ਨੂੰ ਜਾਈਏ। ਏਦਾਂ ਅਵਾਰਾਗਰਦੀ ਲਈ ਖੁੱਲ ਦੇਣ ਦੀ ਥੋੜੋ ਆ, ਜਿੱਦਾਂ ਹੁਣ ਬਲਦੇਵ ਰਾਜ ਕਹੀ ਜਾਂਦਾ ਸੀ, ਫਿਰ ਖੇਲਾਂ ਤਾਂ ਸਾਰੀਆਂ ਰੱਖੀਆਂ ਆਪਣੀ, ਠੀਕ ਹੈ। ਹੁਣ ਉਹ ਜਦੋਂ ਉਹਨੂੰ ਰਜਨੀਸ਼ ਨੂੰ ਵੀ ਨਾ ਜਦੋਂ ਪੁੱਛਿਆ, ਹਾਂਜੀ, ਹੁਣ ਜਦੋਂ ਉਹ ਗੱਲ ਕਰਦਾ ਵੀ ਔਰਤ ਤੋਂ ਬਿਨਾਂ ਸਮਾਧੀ ਨਹੀਂ ਲੱਗ ਸਕਦੀ, ਹਾਂਜੀ ਠੀਕ ਹੈ। ਹੁਣ ਅਗਲੇ ਨੇ ਪੁੱਛਿਆ ਵੀ ਤੇਰੀ ਸਮਾਧੀ ਲੱਗੀ ਆ, ਤੂੰ ਆਪਣੇ ਆਪ ਨੂੰ ਕਹਿੰਦਾ ਬ੍ਰਹਮਚਾਰੀ, ਹਾਂਜੀ, ਤੂੰ ਦੱਸ ਉਹ ਔਰਤ ਦਾ ਨਾਂ ਲੈ ਕਿਹੜੀ ਆ। ਹੁਣ ਜਦੋਂ ਤੂੰ ਕਹਿੰਦਾ ਵੀ ਇੱਕ ਔਰਤ ਨਾਲ ਬੰਦਾ ਸੰਤੁਸ਼ਟ ਨਹੀਂ ਹੋ ਸਕਦਾ, ਤੇਰੇ ਸੰਬੰਧ ਕਿੰਨੀਆਂ ਔਰਤਾਂ ਨਾਲ ਬਣੇ, ਆਪਣੇ ਆਪ ਨੂੰ ਬ੍ਰਹਮਚਾਰੀ ਕਹਿੰਦਾ ਉਹ, ਠੀਕ ਹੈ, ਫਿਰ ਫਸ ਗਿਆ, ਫਿਰ ਕਹਿੰਦਾ ਪਿਛਲੇ ਜਨਮ ਦਾ ਆ ਮੇਰਾ, ਹੁਣ ਤੂੰ ਜਨਮ ਮਰਨ ਦੇ ਵਿੱਚ ਵੀ ਲੱਗਾ ਆ ਵਿਸ਼ਵਾਸ ਕਰਨ, ਆਪ ਹੀ ਕੰਟਰਡਿਕਟ ਕਰੀ ਜਾਂਦੇ ਜਦੋਂ ਸਟਾਰਟ ਕੀਤਾ। ਹਾਂ ਤੂੰ ਕਰਨਾ ਕਹਾਂ, ਠੀਕ ਹੈ, ਉਹ ਬੰਦੇ ਅਮਰੀਕਾ ਦੇ ਵਿੱਚ ਜਾ ਕੇ ਚੱਲ ਗਏ, ਹੁਣ ਉਹ ਕਿੰਨੀਆਂ ਰੋਲ ਰੋਸ ਆਪਣੀਆਂ ਰੱਖ ਕੇ ਬੈਠਾ ਸੀ, ਹੁਣ ਉਹ ਟੀਚਾ ਉਹਦਾ ਇਹ ਸੀ ਵੀ 365 ਹੋਣਗੀਆਂ ਮੇਰੇ ਕੋਲ, ਠੀਕ ਹੈ, ਰੋਜ਼ ਦੀ ਇੱਕ ਵੱਖਰੀ ਹੋਊਗੀ, ਓਕੇ, ਠੀਕ ਹੈ। ਤੇ ਹੁਣ ਉਹ ਜੇ ਤੁਸੀਂ ਉਹਦੇ ਉੱਤੇ ਚੱਲਣਾ ਆ ਜਾਣੀ, ਹੁਣ ਗੱਲਾਂ ਇਹ ਥੋੜੀ ਆ, ਮੈਂ ਕਹਿੰਦਾ ਵੀ ਬਾਦਲਾਂ ਨੂੰ ਕੇਜਰੀਵਾਲ ਵੀ ਗਲਤ ਕਹਿ ਰਿਹਾ, ਹਾਂਜੀ, ਹੈਨਾ, ਕੈਪਟਨ ਵੀ ਕਹਿੰਦਾ ਠੀਕ ਨਹੀਂ ਹੈਗੀ, ਹਾਂਜੀ, ਮਾਝੀ ਹੁਣੀ ਵੀ ਕਹਿ ਰਹੇ ਠੀਕ ਨੀ, ਹਾਂਜੀ, ਠੀਕ ਹੈ। ਹੁਣ ਉਹ ਜਿਹੜਾ ਪੁਜਾਰੀ ਜਿਹੜਾ ਸਿਸਟਮ ਆ ਉਹਨੂੰ ਢੱਡਣ ਵਾਲੇ ਵੀ ਕਹਿੰਦੇ ਠੀਕ ਨੀ, ਹਾਂਜੀ, ਪਰ ਉਹਦੇ ਵਿੱਚ ਤੁਸੀਂ ਸੋਚਣਾ ਇਹ ਆ ਵੀ ਹੁਣ ਕੇਜਰੀਵਾਲ ਉਹਨਾਂ ਨੂੰ ਗਲਤ ਕਹਿ ਕੇ ਤੁਹਾਡੀਆਂ ਵੋਟਾਂ ਲੈ ਕੇ ਉਹ ਕੀ ਕਰਨਾ ਚਾਹੁੰਦਾ, ਮਾਝੀ ਹੁਣੀ ਉਹਨਾਂ ਨੂੰ ਗਲਤ ਕਹਿ ਕੇ ਉਹਦੇ ਰਾਹੀਂ ਉਹ ਕੀ ਕਰਨਾ ਚਾਹੁੰਦੇ ਆ, ਠੀਕ ਹੈ, ਤੇ ਢੱਡਣ ਵਾਲੇ ਕੀ ਕਰਨਾ ਚਾਹੁੰਦੇ ਆ। ਹੁਣ ਇੱਕ ਬੰਦਾ ਤੁਹਾਨੂੰ ਇਹ ਕਹਿ ਰਿਹਾ ਆ ਵੀ ਇਹ ਪੁਜਾਰੀ ਦਾ ਸਿਸਟਮ ਲਾ ਕੇ ਸਿੱਟੋ, ਤਾਕਤ ਫੜੋ, ਹਾਂਜੀ, ਤੁਸੀਂ ਆਪ ਉਹ ਨਿਯਮ ਨਾਲ ਜੁੜੋ, ਹਾਂਜੀ, ਸਾਰਾ ਕੁਝ ਤੁਹਾਡੇ ਕੋਲ ਆ, ਇੱਕ ਉਹ ਤੁਹਾਨੂੰ ਇੰਪਾਵਰ ਕਰ ਰਿਹਾ, ਦੂਜਾ ਬੰਦਾ ਤੁਹਾਡੀਆਂ ਵੋਟਾਂ ਲੈ ਕੇ ਉੱਥੇ ਆ ਜਾ ਕੇ, ਮਾਝੀ ਹੁਣੀ ਆਪ ਬਹਿਣਾ ਚਾਹੁੰਦੇ ਇੱਥੇ ਜਾ ਕੇ, ਬਿਲਕੁਲ ਜੀ, ਤੇ ਤੁਸੀਂ ਹੁਣ ਗੱਲਾਂ ਤਾਂ ਦੋਹਾਂ ਦੀਆਂ ਇੱਕੋ ਜਿਹੀਆਂ ਹੁਣ ਹੈਗੀਆਂ, ਠੀਕ ਹੈ। ਹੁਣ ਇੱਦਾਂ ਹੀ ਜਦੋਂ ਉਹ ਰਜਨੀਸ਼ ਦੀਆਂ ਗੱਲਾਂ ਬੜੀਆਂ ਸਿਆਣੀਆਂ, ਉਹ ਚ ਕੋਈ ਸ਼ੱਕ ਨਹੀਂ ਹੈ, ਠੀਕ ਹੈ, ਸਿਆਣਪ ਜਿੱਥੋਂ ਵੀ ਲੋੜ, ਹੁਣ ਤੁਸੀਂ ਬਿਮਾਰ ਹੁੰਦੇ ਆ, ਹੈ ਨਾ,
ਜਾ ਕੇ ਡਾਕਟਰ ਦੇ ਇਲਾਜ ਕਰਾ ਹੀ ਲੈਂਦੇ ਹਾਂ। ਡਾਕਟਰ ਕਿਤੇ ਗੁਰੂ ਨਾਨਕ ਦਾ ਸਿੱਖ ਥੋੜੀ ਆ ਨਾ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਉਹ, ਪਰ ਉਹਦੇ ਕੋਲ ਕੋਈ ਕਲਾ ਆ ਉਹ ਲੈ ਲਈ ਤੁਸੀਂ, ਠੀਕ ਹੈ। ਹੁਣ ਉਹ ਗੱਲਾਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੁਸੀਂ ਲੈ ਸਕਦੇ ਆ, ਪਰ ਇੱਦਾਂ ਨੀ ਹੈਗਾ ਵੀ ਅਸੀਂ ਉਹਦੇ ਫੋਲੋਅਰ ਬਣ ਜਾਈਏ, ਪਿੱਛੇ ਨੀ ਪਿੱਛੇ ਇੱਦਾਂ ਨੀ ਹੋ ਜੂਗਾ, ਠੀਕ ਹੈ। ਹਾਂ ਜਿਹੜਾ ਕਿਉਂਕਿ ਸਾਨੂੰ ਤਾਂ ਇਹ ਆ ਵੀ ਇਹ ਇਹ ਜਿਹੜਾ ਨਾ ਇਹ ਪਲਾਟ ਆ ਇਹ ਗੁਰੂ ਨਾਨਕ ਪਾਤਸ਼ਾਹ ਦਾ, ਠੀਕ ਹੈ। ਇਹਦੇ ਤੇ ਉਹ ਕਿਤੇ ਉਹ ਜਿਹੜੀਆਂ ਨੀਆਂ ਨਾ ਜਿੱਥੇ ਕਿਤੇ ਮਾਰਕਿੰਗ ਕੀਤੀ ਹੋ ਉਹਨਾਂ ਨੇ, ਹਨਾ, ਭਾਈ ਲਹਿਣਾ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅਮਰਦਾਸ ਜੀ ਨੇ, ਠੀਕ, ਕੁਛ ਨਾ ਕੁਛ ਸ਼ੁਰੂ ਕੀਤਾ ਸੀ ਉਹਨਾਂ ਨੇ, ਬਿਲਕੁਲ ਜੀ, ਠੀਕ ਹੈ। ਉਹ ਕਿਤੇ ਉਹ ਲੱਭੀਏ ਆ, ਹੁਣ ਜੋ ਜੋ ਅਸੀਂ ਕਰਨਾ ਆ ਉਹਦੇ ਉੱਤੇ ਕਰ, ਇੱਕ ਰਦਾ ਲੱਗੇ ਅੱਧਾ ਲੱਗੇ ਘੱਟੋ ਘੱਟ ਧੂੜ ਮਿੱਟੀ ਝੜ ਜਾਵੇ, ਹਨਾ, ਉਹ ਕਰਕੇ ਕਈ ਵਾਰ ਪੁਰਾਣੇ ਪਲਾਟ ਹੁੰਦੇ ਆ ਨਾ ਉਹਦੇ ਤੇ ਬਾਉਂਡਰੀ ਵੀ ਨੀ ਪਤਾ ਹੁੰਦੀ, ਸਰਵੇਅਰ ਨੂੰ ਸੱਦਣਾ ਪੈਂਦਾ ਵੀ ਲੱਭ ਲਓ, ਲੱਭ ਲਓ ਜੀ, ਪਹਿਲਾਂ ਉਹ ਪੈਗਸ ਲਾ ਦਿੰਦੇ ਆ ਹਨਾ ਕਿ ਇੱਥੇ ਭਾਈ ਆ ਫੈਂਸ ਤੁਹਾਡੀ ਜਿਹੜੀ ਆ ਡੇਢ ਫੁੱਟ ਸੜਕ ਵਾਲੇ ਪਾਸੇ ਨੂੰ, ਅਗਲਾ ਕਹਿੰਦਾ ਵੀ ਨਾ ਤੁਸੀਂ ਆ ਆ 4 ਮੀਟਰ ਜਗ੍ਹਾ ਮੋਰੇ ਕਾਹਦੀ ਛੱਡੀ ਹੋ, ਫੈਂਸ ਤਾਂ ਤੁਹਾਡੀ ਇੱਥੇ ਲੱਗ ਸਕਦੀ ਆ, ਕਰੋ ਇਹਨੂੰ ਉੱਤੇ, ਹਾਂ ਉਹ ਲੱਭਣ ਦੀ ਲੋੜ ਆ ਸਾਨੂੰ, ਸਾਨੂੰ ਇਹਨਾਂ ਇਹਨਾਂ ਇਹ ਮਾਰਕਸ ਹੋਇਆ, ਰਜਨੀਸ਼ ਹੋਇਆ, ਇਹ ਬੰਦਿਆਂ ਦੇ ਮਗਰ ਭਾਈ ਜਿਹਨੂੰ ਜਿਹਨੂੰ ਲੱਗਦਾ ਹੈ ਤੁਹਾਡੇ ਕੋਲ ਕੁਛ ਹੈ, ਅੱਜ ਬ੍ਰੇਕ ਤੱਕ ਅਸੀਂ ਵੇਟ ਕਰ ਲਵਾਂਗੇ ਜੇ ਨਾ ਫੋਨ ਕਿਸੇ ਦਾ ਆਇਆ, ਠੀਕ ਹੈ, ਅਤੇ ਅਸੀਂ ਫਿਰ ਆਪਣੀ ਹੋਰ ਜਿਹੜੀ ਕੋਈ ਗੱਲਬਾਤ ਕਰਨੀ ਹੈ। ਉਹ 0107 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ, ਪਹਿਲਾਂ ਪੰਜਾਬੀ ਅਖਬਾਰ ਚ ਆਉਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦਾ ਹੁੰਦਾ ਸੀ, ਪੂਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕੀਤੀ ਉਹਨੇ, ਤੇ ਤਕਰੀਬਨ ਜਿਹੜੀ ਵੀ ਉਹ ਨਾ ਹਾਂ ਪੰਜਾਬੀ ਅਖਬਾਰ ਚ ਆਉਂਦੀ ਹੁੰਦੀ ਸੀ ਉਹਦੀ, ਨਹੀਂ ਨਹੀਂ ਵੀਰਾ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਕੀਤੀ, ਉਹਨੇ ਜਪ ਜੀ ਦਾ ਟੀਕਾ ਲਿਖਿਆ ਆ, ਸਾਹਿਬ ਦੀ ਪੂਰੀ ਉਹਨੇ ਵਿਆਖਿਆ ਕੀਤੀ ਸੀ, ਮੈਨੂੰ ਨਹੀਂ, ਮੈਂ ਪਹਿਲੀ ਵਾਰ, ਮੈਨੂੰ ਨਹੀਂ ਲੱਗਦਾ ਜਾਣੀ ਮੈਂ ਕੋਈ ਪੰਜਾਬੀ ਅਖਬਾਰ ਤੇ ਉਹ ਤਾਂ ਬਗੈਰ ਲਿਖਿਆ ਹੁੰਦਾ ਹੁੰਦਾ ਸੀ, ਹਰ ਹਫ਼ਤੇ ਆਉਂਦਾ ਸੀ ਉਹਦਾ। ਵੀਰਾ ਜਿਹੜੀ ਏਕ ਓਂਕਾਰ ਸਤਨਾਮ ਕਿਤਾਬ ਆ ਉਹ ਬਹੁਤ ਵੱਡੀ ਕਿਤਾਬ ਆ, 400 ਪੰਨੇ ਦੀ ਹੋਣੀ ਆ, ਕਿਤਾਬ ਨਹੀਂ ਉਹਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਵਿਆਖਿਆ ਕੀਤੀ ਨਾ ਕਿ ਕਿਤਾਬ ਦੀ ਕੀਤੀ, ਨਹੀਂ ਨਹੀਂ ਤੁਸੀਂ ਅਖਬਾਰ ਦੇ ਭਰੋਸੇ ਕਹਿ ਰਹੇ ਜਾਂ ਉਹਦਾ ਰਜਨੀਸ਼ ਨੂੰ ਜਾਣਦੇ ਤੁਸੀਂ ਕੁਛ, ਕਿਉਂ ਗਲਤ ਸਟੇਟਮੈਂਟ ਕਹਿੰਦੇ ਹੋ, ਨਹੀਂ ਮੈਂ ਰਜਨੀਸ਼ ਨੂੰ ਨਹੀਂ ਜਾਣਦਾ, ਅਖਬਾਰ ਦੇ ਵਿੱਚ ਆਉਂਦੀ ਹੁੰਦੀ ਸੀ ਇਹ, ਤੁਹਾਨੂੰ ਤੁਸੀਂ ਕੋਈ ਇਦਾਂ ਉਹਦੇ ਉੱਤੇ ਦੇਖਿਆ ਵੀ ਕਿਹੜੇ ਪੰਨੇ ਦੀ ਅਖਬਾਰ ਦੇ ਵਿੱਚ, ਮੇਰੀ ਗੱਲ ਤੇ ਭਰੋਸਾ ਕਰ ਲਓ ਨਾ ਤੁਸੀਂ ਥੋੜਾ ਜਿਹਾ, ਹਰ ਹਫ਼ਤੇ ਨਾ ਇਹ ਵੀ ਨਾਲ ਆਉਂਦਾ ਸੀਗਾ, ਉਹ ਹਿੰਦੂ ਧਰਮ ਦੇ ਬਹੁਤ ਖਿਲਾਫ ਸੀਗਾ। ਵੀਰਾ ਇੱਕ ਮਿੰਟ, ਵੀਰਾ ਜਿਹੜੀ ਵੀਰਾ ਰੁਕ ਜਾ, ਵੀਰਾ ਰੁਕ ਜਾ, ਰੁਕ ਜਾ, ਦੇਖ ਕਾਹਲੀ ਨਾ ਕਰ, ਮੈਂ ਤੇਰੀ ਉਸ ਸਟੇਟਮੈਂਟ ਦੀ ਗੱਲ ਕਰਦਾ ਕਿ ਗੁਰੂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਉਹਨੂੰ ਵਿਆਖਿਆ ਕੀਤੀ ਆ, ਵੀਰਾ ਨਾ ਕਹਿ ਨਾ ਕਹਿ ਸੁਣ ਲਾ, ਨਾ ਕਹਿ ਨਾ ਸਟੇਟਮੈਂਟ ਦੇ ਰਹਿਣ ਦੇ, ਕੋਈ ਜ਼ਰੂਰੀ ਨਹੀਂ ਹੁੰਦਾ ਬੋਲਣਾ, ਮਸਲਾ ਇੰਪੋਰਟੈਂਟ ਆ, ਜਿਹੜੇ ਬੰਦੇ ਜਾਣਦੇ ਉਹਨਾਂ ਨੂੰ ਬੋਲਣ ਦਿਓ, ਹੁਣ ਸਿਰਫ ਜਿਹੜਾ ਟੀਕਾ ਸਾਹਿਬ ਸਿੰਘ ਨੇ ਦੇਖਿਆ ਮੈਂ ਤਾਂ ਉਹ ਦੱਸ ਰਿਹਾ, ਵੀਰਾ ਸੁਣ ਲਾ ਗੱਲ, ਰਹਿਣ ਦੇ ਬਸ ਕਰ, ਟੀਕਾ ਸਾਹਿਬ ਸਿੰਘ ਨੇ ਕੀਤਾ ਆ, ਫਰੀਦਕੋਟੀਆਂ ਦਾ 3-4 ਟੀਕੇ ਆ, ਸਾਰੀ ਦੁਨੀਆਂ ਦੇ ਵਿੱਚ ਮਸ਼ਹੂਰ, ਜੇ ਰਜਨੀਸ਼ ਦਾ ਟੀਕਾ ਹੁੰਦਾ ਹੋਇਆ ਆ ਤੇ ਅਖਬਾਰ ਚ ਕਿਉਂ ਆਉਂਦਾ ਉਹ ਤਾਂ ਬੜਾ ਇੰਪੋਰਟੈਂਟ ਡਾਕੂਮੈਂਟ ਸੀ ਸਾਰਿਆਂ ਲਈ, ਬਸ ਰਹਿਣ ਦੇ, ਬਸ ਕਰ ਬਸ ਕਰ, ਫੇਰ ਤੂੰ ਮੇਰੀ ਗੱਲ ਨੀ ਸੁਣ ਰਿਹਾ, ਬਸ ਕਰ ਹਟ ਜਾ, ਰਹਿਣ ਦੇ ਨਾ ਕਰ, ਜਿੱਦ ਨਾ ਕਰਿਆ ਕਰੂ ਪ੍ਰਭੂ। 0108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਮੈਂ ਹਰਮੀਤ ਸਿੰਘ ਬੋਲ ਰਿਹਾ ਜੀ, ਹਾਂਜੀ ਕਿੱਦਾਂ ਜੀ, ਠੀਕ ਹੈ ਜੀ, ਮੈਂ ਕਿਹਾ ਬੜੇ ਦਿਨਾਂ ਬਾਅਦ, ਮੈਂ ਕਿਹਾ ਚਲੋ ਅੱਜ ਹੋਰ ਕੋਈ ਨੀ ਕਰ ਰਿਹਾ, ਮੈਂ ਹੀ ਗੱਲ ਕਰ ਲੈਣਾ, ਹਾਂਜੀ ਹਾਂਜੀ, ਰਜਨੀਸ਼ ਦੇ ਨਾਲ ਮੇਰੀ ਥੋੜੀ ਜਿਹੀ ਕੋਈ ਬੈਕਗ੍ਰਾਉਂਡ ਆ, ਹਾਂਜੀ, ਮੇਰੇ ਡੈਡ ਨੇ ਆਪਣੀ ਲਾਈਫ ਜਬਲਪੁਰ ਤੋਂ ਸ਼ੁਰੂ ਕੀਤੀ ਆ, 1960-64 ਦੇ ਵਿੱਚ ਜਦੋਂ ਰਜਨੀਸ਼ ਸਾਗ ਆਪਣਾ ਜਬਲਪੁਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀਗਾ, ਉਹਨਾਂ ਦਿਨਾਂ ਦੇ ਵਿੱਚ ਮਤਲਬ ਓਬਵੀਅਸਲੀ ਮੈਂ ਤਾਂ ਨਹੀਂ ਸੀ ਪੈਦਾ ਹੋਇਆ, ਲੇਕਿਨ ਉਦੋਂ ਮੇਰੇ ਡੈਡ ਵਿਆਹੇ ਹੋਏ ਸੀਗੇ ਔਰ ਉਹ ਸ਼ਹਿਰ ਚ ਰਹਿੰਦੇ ਸੀ, ਤੇ 1964 ਦੇ ਵਿੱਚ ਉੱਥੇ ਇੱਕ ਬਹੁਤ ਵੱਡਾ ਫਾਇਰ ਦਾ ਇੰਸੀਡੈਂਟ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਸ਼ਹਿਰ ਛੱਡਿਆ ਸੀਗਾ, ਲੇਕਿਨ ਐਨੀਵੇ ਉਸ ਟਾਈਮ ਦੇ ਵਿੱਚ ਰਜਨੀਸ਼ ਤੇ ਡੈਡ ਮਤਲਬ ਕੋਈ ਦੱਸਦੇ ਹੁੰਦੇ ਆ, ਮੈਂ ਸੁਣੀ ਸੁਣਾਈ ਉਹਨਾਂ ਦੀ ਗੱਲ ਦੱਸ ਰਿਹਾ ਤੁਹਾਨੂੰ, ਮੈਂ ਨਹੀਂ ਹੈਗਾ ਉੱਥੇ, ਤੇ ਜਿੱਦਾਂ ਮੇਰੇ ਡੈਡ ਨੇ ਮੈਨੂੰ ਐਕਸਪਲੇਨ ਕੀਤਾ ਉਹ ਦੱਸ ਰਿਹਾ, ਉਹਨਾਂ ਦੇ ਕੋਈ ਮੜਾ ਤਾਲ ਗੁਰਦੁਆਰਾ ਸ਼ਾਇਦ ਦੱਸ ਰਿਹਾ, ਉੱਥੇ ਉਹ ਸੈਟਰਡੇ ਨੂੰ ਜਾਂ ਸੰਡੇ ਨੂੰ ਲੈਕਚਰ ਕਰਨ ਆਉਂਦਾ ਸੀ, ਤੇ ਡੈਡ ਉਹਨਾਂ ਦੇ ਉਸ ਟਾਈਮ ਦੇ ਵਿੱਚ
ਜਿੱਥੇ ਨੌਕਰੀ ਕਰਦੇ ਹੁੰਦੇ ਸੀ ਉਹਨਾਂ ਦੇ ਮਾਲਕਾਂ ਨੇ ਉਹਨੂੰ ਜੀਤ ਦਿੱਤੀ ਹੁੰਦੀ ਸੀਗੀ ਕਿਉਂਕਿ ਉਹ ਮਤਲਬ ਟਰੱਕ ਦੇ ਮਕੈਨਿਕ ਸੀਗੇ ਟਰੱਕ ਨੂੰ ਲਿਆਉਣਾ ਕੱਢਣਾ ਸਮਾਨ ਲਿਆਉਣਾ ਲਿਜਾਣਾ ਉਹਦੇ ਵਾਸਤੇ ਜੀਪ ਰੱਖੀ ਸੀ ਉਹਨਾਂ ਨੇ ਤੇ ਉਹਦੇ ਜੀਪ ਚ ਉਹਨਾਂ ਨੂੰ ਯੂਨੀਵਰਸਿਟੀ ਤੋਂ ਲੈ ਕੇ ਗੁਰਦੁਆਰੇ ਲਿਆਉਣਾ ਗੁਰਦੁਆਰੇ ਜਦੋਂ ਉਹਦਾ ਲੈਕਚਰ ਖਤਮ ਹੋਣਾ ਤੇ ਵਾਪਸ ਉਹਦੇ ਘਰ ਛੱਡ ਕੇ ਆਉਣਾ ਇਹ ਇੱਕ ਸਿਲਸਿਲਾ ਰਿਹਾ ਜਿੱਥੋਂ ਮੇਰੇ ਡੈਡ ਨੇ ਰਜਨੀਸ਼ ਨੂੰ ਜਾਣਿਆ ਹਾਂਜੀ ਉਸ ਤੋਂ ਬਾਅਦ ਉਹ ਕਹਿੰਦੇ ਰਜਨੀਸ਼ ਗਾਇਬ ਹੋ ਗਿਆ ਜਬਲਪੁਰ ਤੋਂ ਤੇ ਚਾਰ ਪੰਜ ਸਾਲ ਬਾਅਦ ਉਹਨਾਂ ਨੇ ਕਿਸੇ ਇੱਕ ਟ੍ਰੇਨ ਦੇ ਵਿੱਚ ਕਿਸੇ ਬੰਦੇ ਦੇ ਹੱਥ 'ਚ ਇੱਕ ਬੁੱਕ ਦੇਖੀ ਉਹਦੀ ਲਿਖੀ ਹੋਈ ਤੇ ਉਹਦੇ ਤੇ ਉਹਦੀ ਫੋਟੋ ਕਹਿੰਦੇ ਯਾਰ ਇਹ ਬੰਦਾ ਤਾਂ ਉਹੀ ਆ ਖੈਰ ਉਸ ਤੋਂ ਬਾਅਦ ਉਹ ਜਦੋਂ ਮਸ਼ਹੂਰ ਹੋਣਾ ਸ਼ੁਰੂ ਹੋਇਆ ਤੇ ਕੁਛ ਉਸ ਚੱਕਰ ਦੇ ਵਿੱਚ ਡੈਡ ਨੇ ਉਹਨੂੰ ਕਾਫੀ ਸੁਣਿਆ ਤੇ ਜਦੋਂ ਮੈਂ ਕੋਈ ਜਿੱਦਾਂ ਮੈਨੂੰ ਯਾਦ ਆ ਮੈਂ ਸਭ ਤੋਂ ਪਹਿਲਾਂ ਉਹਦੀ ਕੈਸਟ ਸੁਣੀ ਸੀ ਸੰਡਿਲ ਕੇ ਸੂਤਰ ਉਦੋਂ ਮੇਰੀ ਉਮਰ ਹੋਊਗੀ ਕੋਈ ਲਗਭਗ ਮੈਂ ਸ਼ਾਇਦ ਪੰਜਵੀਂ ਛੇਵੀਂ ਚ ਪੜ੍ਹਦਾ ਹੋਊਗਾ ਸ਼ਾਇਦ ਸੱਤਵੀਂ ਮਤਲਬ ਐਗਜੈਕਟਲੀ ਨਹੀਂ ਪਤਾ ਲੇਕਿਨ ਇੰਨਾ ਪਤਾ ਕਿ ਵੀ ਮੈਂ ਬਹੁਤ ਨਿਆਣੀ ਉਮਰੇ ਉਹਨੂੰ ਸੁਣਨਾ ਸ਼ੁਰੂ ਕਰਤਾ ਉਹਦਾ ਲਾਈਫ ਦੇ ਵਿੱਚ ਇੱਕ ਫਾਇਦਾ ਜ਼ਰੂਰ ਹੋਇਆ ਕਿ ਉਹਨੇ ਮੈਨੂੰ ਆਲਮੋਸਟ ਕਾਫੀ ਹੱਦ ਤੱਕ ਤਾਰਕਿਕ ਬਣਾ ਦਿੱਤਾ ਕੁਐਸਚਨ ਕਰਨੇ ਲਾ ਤੇ ਹਰ ਚੀਜ਼ ਦੇ ਵਿੱਚ ਜਾ ਕੇ ਦੇਖਣ ਦੀ ਆਦਤ ਪਾ ਦਿੱਤੀ ਅੱਛਾ ਹੁਣ ਮੈਂ ਉਸ ਮੇਰਾ ਜਨਮ ਜਿਹੜਾ ਹੈਗਾ ਯੂਪੀ ਦੇ ਵਿੱਚ ਹੋਇਆ ਤੇ ਮੈਂ 1984 ਤੱਕ ਯੂਪੀ ਸੀਗਾ 84 ਦੇ ਵਿੱਚ ਫਿਰ ਮੈਂ ਪੰਜਾਬ ਸ਼ਿਫਟ ਹੋਇਆ ਹਾਂਜੀ ਹੁਣ ਭਲਾ ਹੋਵੇ 1984 ਦਾ ਕਿ ਸਾਨੂੰ ਮਾਈਗ੍ਰੇਟ ਕਰਨਾ ਪਿਆ ਨਹੀਂ ਤਾਂ ਹੋ ਸਕਦਾ ਮੈਂ ਉਸ ਤੋਂ ਪਹਿਲਾਂ ਮੈਨੂੰ ਹਿੰਦੀ ਮੀਡੀਅਮ ਤੋਂ ਇੰਗਲਿਸ਼ ਤੇ ਹਿੰਦੀ ਤੋਂ ਇਲਾਵਾ ਤੀਜੀ ਲੈਂਗੁਏਜ ਨਹੀਂ ਸੀ ਆਉਂਦੀ ਹਾਂਜੀ ਮੈਂ ਉਹੀ ਹਮਕੋ ਤੁਮਕੋ ਵਾਲਾ ਬੰਦਾ ਸੀਗਾ ਹਾਂਜੀ ਜਦੋਂ ਮੈਂ ਪੰਜਾਬ ਆਇਆ ਪੰਜਾਬੀ ਸਿੱਖੀ ਦਸਵੀਂ ਦੇ ਪੇਪਰ ਦਿੱਤੇ ਔਰ ਉਸ ਤੋਂ ਬਾਅਦ ਫਿਰ ਜਦੋਂ ਮੈਂ ਪੰਜਾਬੀ ਸਿੱਖੀ ਦਸਵੀਂ ਦੇ ਵਿੱਚ ਨਾ ਉਦੋਂ ਸਾਡੇ ਥੋੜਾ ਬਹੁਤ ਕੁਛ ਹਿੱਸੇ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਸੀਗੇ ਅੱਛਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੇ ਤੇ ਉਹ ਫਿਰ ਜਦੋਂ ਮੈਨੂੰ ਸਮਝ ਆਉਣੀ ਸ਼ੁਰੂ ਹੋਈ ਨਾ ਅੱਛਾ ਉਦੋਂ ਉਮਰ ਹੋਣੀ ਆ ਕੋਈ 14-15 ਸਾਲ ਹੈ ਨਾ ਤੇ ਉਦੋਂ ਫਿਰ ਇਹ ਟਰਨ ਅਰਾਊਂਡ ਸ਼ੁਰੂ ਹੋਇਆ ਕਿ ਸਾਈਮਨਟੇਨੀਅਸਲੀ ਰਜਨੀਸ਼ ਨੂੰ ਸਮਝਣਾ ਔਰ ਸਾਈਮਨਟੇਨੀਅਸਲੀ ਇਹ ਪੰਜਾਬੀ ਲੈਂਗੁਏਜ ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀਆਂ ਭਾਸ਼ਾ ਦੇ ਤੌਰ ਦੇ ਉੱਤੇ ਜਿੱਦਾਂ ਮੈਨੂੰ ਅਡੋਪਟ ਸਪੰਜ ਹੁੰਦਾ ਗਿਆ ਮੇਰੇ ਵਿੱਚ ਹੌਲੀ ਹੌਲੀ ਕਰੀਬ ਮਤਲਬ ਹੁਣ ਇਹ ਹਾਲਤ ਆ ਕਿ ਰਜਨੀਸ਼ ਆਲਮੋਸਟ ਛੁੱਟ ਗਿਆ ਅਦਰ ਦੈਨ ਕਿ ਵੀ ਉਹਨੂੰ ਜੇ ਤੁਸੀਂ ਕਿਸੇ ਦੇ ਨਾਲ ਤਰਕ ਦੇ ਵਿੱਚ ਜਿੱਤਣਾ ਹੈ ਨਾ ਫਿਰ ਤਾਂ ਤੁਸੀਂ ਉਹਦੀਆਂ ਕੋਟੇਸ਼ਨਾਂ ਤੁਸੀਂ ਜਿੰਨੀਆਂ ਯਾਦ ਕਰ ਸਕਦੇ ਆ ਕਰ ਲਓ ਤੇ ਤੜਾ ਤੜ ਦੇ ਹੀ ਜਾਓ ਕੋਈ ਅੰਤ ਨਹੀਂ ਹੈ ਲਿਟਰਲੀ ਕੋਈ ਅੰਤ ਨਹੀਂ ਹੈ ਉਸ ਬੰਦੇ ਦਾ ਉਹ ਸੱਚ ਨੂੰ ਝੂਠ ਝੂਠ ਨੂੰ ਸੱਚ ਸਾਬਤ ਕਰਨ ਦੇ ਵਿੱਚ ਇੱਕ ਸਕਿੰਟ ਦਾ ਖੇਡ ਆ ਨਹੀਂ ਉਹ ਤਾਂ ਗੱਲ ਦੇਖੋ ਵੀਰ ਜੀ ਪੰਗਾ ਪਤਾ ਕੀ ਸੀਗਾ ਉਹ ਬੰਦੇ ਦਾ ਵਾਹ ਪਿਆ ਹਿੰਦੂ ਪੁਜਾਰੀ ਨਾਲ ਬਿਲਕੁਲ ਜਿੱਦਾਂ ਨਾ ਕਾਮਰੇਡ ਲਾਣਾ ਆ ਸਾਡਾ ਇੱਥੇ ਇੱਕ ਮੁੰਡਾ ਕੈਨੇਡਾ ਦੇ ਵਿੱਚ ਸੀਗਾ ਰੰਧਾਵਾ ਪਤਨੀ ਰੰਧਾਵਾ ਸੀ ਸ਼ਾਇਦ ਉਹਦਾ ਨਾਂ 9-10 ਸਾਲ ਪਹਿਲਾਂ ਸਾਡੀ ਉਹਨਾਂ ਵਿਚਾਰ ਹੋਈ ਸੀ 8-9 ਸਾਲ ਪਹਿਲਾਂ ਉਹ ਜਦੋਂ ਨਾ ਉਹ ਗੱਲ ਕਰੇ ਉਹ ਗੁਰਬਾਣੀ ਦੀ ਪੰਕਤੀ ਲਵੇ ਟਕਸਾਲੀਆਂ ਦੇ ਅਰਥ ਲਵੇ ਉਹਦੇ ਫਿਰ ਸਾਨੂੰ ਕਹੇ ਪਿਆ ਦੇਖੋ ਤਾਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਅਸੀਂ ਉਹਨੂੰ ਇਹ ਸਵਾਲ ਕਰੀਏ ਵੀ ਤੂੰ ਇਹ ਤੈਅ ਕਰਨ ਵਾਲਾ ਕੌਣ ਹੁੰਦਾ ਵੀ ਕਿਹੜੀ ਪੰਕਤੀ ਦੇ ਅਰਥ ਕਿੱਥੋਂ ਪੜ੍ਹੀਏ ਅਸੀਂ ਤੂੰ ਤਾਂ ਕਾਮਰੇਡ ਆ ਤੂੰ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਣ ਹੀ ਕਿਉਂ ਦੇ ਰਿਹਾ ਤੂੰ ਆਪਣੀ ਗੱਲ ਕਹਿ ਬਿਲਕੁਲ ਸਹੀ ਗੱਲ ਇਹੀ ਗੱਲ ਰਜਨੀਸ਼ ਦੇ ਉੱਤੇ ਆ ਉਹਦਾ ਵਾਹ ਪਿਆ ਸੀ ਹਿੰਦੂ ਪੁਜਾਰੀ ਨਾਲ ਉਹਦੀ ਮੌਜ ਲੱਗੀ ਰਹੀ ਹਿੰਦੁਸਤਾਨ ਦੇ ਕਰਪਟ ਪੋਲੀਟੀਸ਼ਨ ਆ ਹਾਂਜੀ ਉਹਨਾਂ ਬਾਰੇ ਬੋਲਣਾ ਕਿੰਨਾ ਸੌਖਾ ਅੱਜ ਕਨੱਈਆ ਕਾਤੇ ਮਸ਼ਹੂਰ ਹੋ ਰਿਹਾ ਮਤਲਬ ਉਹ ਜੋ ਬੋਲਦਾ ਹੈ ਬਹੁ ਗਿਣਤੀ ਜਿਹੜੀ ਹਿੰਦੂ ਪੁਜਾਰੀ ਬਾਰੇ ਤੁਸੀਂ ਬੋਲੋਗੇ ਕਿੰਨਾ ਸੌਖਾ ਹੈ ਬੋਲਣਾ ਡੈਮੋਕ੍ਰੇਸੀ ਚ ਹਾਂਜੀ ਹਾਂਜੀ ਹੈ ਨਾ ਹੁਣ ਗੱਲ ਇਹ ਹੈ ਜਦੋਂ ਨਾ ਜੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਮੂਹਰੇ ਰਜਨੀਸ਼ ਖੜਾ ਹੁੰਦਾ 10 ਮਿੰਟ ਨਹੀਂ ਸੀ ਖੜ ਸਕਦਾ ਨਹੀਂ ਖੜ ਸਕਦਾ ਸੀ ਔਰ ਜਿਹੜਾ ਉਹਨੇ ਜਪਜੀ ਸਾਹਿਬ ਮੈਂ ਉਹ ਪੂਰਾ ਪੜਿਆ ਆ ਔਰ ਸੁਣਿਆ ਵੀ ਆ ਕੈਸਟ ਵੀ ਸੀਗੀਆਂ ਮੇਰੇ ਕੋਲ ਜਿਹੜਾ ਆਪਣਾ ਉਹਨੇ ਕਿਹਾ ਨਾ ਕਿਧਰ ਸੇ ਗੁਜਰਾ ਥਾ ਸੋਚਾ ਸਲਾਮ ਕਰਤਾ ਚਲੂ ਉਹ ਕੋਈ ਸ਼ੇਰ ਹੈਗਾ ਆ ਹਜ਼ੂਰ ਆਪ ਕਾ ਵੀ ਇਹਤਰਾਮ ਕਰਤਾ ਚਲੂ ਇਧਰ ਸੇ ਗੁਜਰਾ ਥਾ ਸੋਚਾ ਸਲਾਮ ਕਰਤਾ ਚਲੂ ਉਹਦੀ ਪਿਛਲਾ ਹਿੱਸਾ ਲਿਆ ਆ ਇਧਰ ਸੇ ਗੁਜਰਾ ਥਾ ਸੋਚਾ ਸਲਾਮ ਕਰਤਾ ਚਲੂ ਉਹ ਇੱਕ ਓਂਕਾਰ
ਆਪਣਾ ਜਪਜੀ ਸਾਹਿਬ ਦੇ ਉੱਤੇ ਉਹਨੇ ਜਿਹੜਾ ਬੋਲਿਆ ਅੱਛਾ ਉਹ ਮੈਂ ਪੜ੍ਹਿਆ ਆ ਉਹ ਪੜ੍ਹਨ ਤੋਂ ਬਾਅਦ ਮੈਨੂੰ ਆਪਣੇ ਆਪ ਨੂੰ ਹੀ ਬਹੁਤ ਜਗ੍ਹਾ ਦੇ ਉੱਤੇ ਲੱਗਾ ਕਿ ਵੀ ਇੱਥੇ ਇਹ ਭੁੱਲ ਕਰ ਗਿਆ ਇੱਥੇ ਇਹਦਾ ਮਤਲਬ ਇਹ ਨਹੀਂ ਸੀ ਹੋਣਾ ਚਾਹੀਦਾ ਔਰ ਜੇ ਮਤਲਬ ਮੇਰੇ ਖਿਆਲ ਇੰਟਰਨੈਟ ਤੇ ਤੁਹਾਨੂੰ ਕਿਤੇ ਮਿਲ ਜਾਊਗੀ ਅੱਜ ਵੀ ਉਹਦੀ ਪੂਰੀ ਦੀ ਪੂਰੀ ਨਹੀਂ ਨਹੀਂ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਪਈ ਆ ਮੇਰੇ ਕੋਲ ਜੀ ਪਈ ਆ ਕਿਤਾਬ ਉਹ ਮੈਂ ਹੁਣ ਪੜ੍ਹੀ ਨੂੰ ਮੈਨੂੰ ਲੱਗਦਾ ਵੀ ਬਾਈ ਤੇ ਜਦੋਂ ਨਵੀਂ ਆਈ ਸੀ ਏਦਾਂ ਅਜੇ ਮਾਰਕੀਟ ਦੇ ਵਿੱਚ ਏਦਾਂ 25 ਸਾਲ ਹੋ ਗਿਆ ਸ਼ਾਇਦ ਮੈਨੂੰ ਮੈਂ ਦੇਖੂੰਗਾ ਵੀ ਕਦੋਂ ਦੀ ਆ ਮੇਰੇ ਕੋਲ ਉਹ ਤੇ ਮੈਂ ਪੜ੍ਹੀ ਵੀ ਏਦਾਂ ਸੀ ਵੀ 3 ਕੁ ਦਿਨ ਦੇ ਵਿੱਚ ਪੜ੍ਹ ਲਈ ਸੀ ਮੈਂ ਏਦਾਂ ਇਕਦਮ ਏਦਾਂ ਇੰਟਰਸਟ ਦੇ ਨਾਲ ਨਾ ਹੁਣ ਜਦੋਂ ਨਾ ਜਿਹੜੀਆਂ ਸਿੱਧੀਆਂ ਜਿਹੀਆਂ ਗੱਲਾਂ ਆ ਜਿੱਥੇ ਉਹ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਹੁਣ ਜਦੋਂ ਸੋਚੇ ਦੇ ਅਰਥ ਕਰਦਾ ਉਹ ਹਨਾ ਜਦੋਂ ਬੰਨਾ ਪੂਰੀਆਂ ਭਾਰ ਦੀ ਗੱਲ ਕਰਦਾ ਹੁਣ ਉਹ ਪੂਰੀਆਂ ਕਹਿ ਰਿਹਾ ਆ ਵੀ ਭੁੱਖਿਆਂ ਭੁੱਖਰਾ ਉਤਰੀ ਜੇ ਬੰਨਾ ਪੂਰੀਆਂ ਭਾਰ ਜੇ ਕਹਿੰਦਾ ਏਦਾਂ ਪੂਰੀਆਂ ਦੇ ਢੇਰ ਵੀ ਲਾ ਲਓ ਤੁਸੀਂ ਹੁਣ ਏਦਾਂ ਏਦਾਂ ਸਿਆਣਾ ਬੰਦਾ ਯਾਰ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝ ਰਿਹਾ ਉੱਥੇ ਭੁੱਖਿਆਂ ਭੁੱਖ ਨਾ ਉਤਰੀ ਦੀ ਗੱਲ ਹੋ ਰਹੀ ਆ ਬਹੁਤ ਜਗ੍ਹਾ ਹੈਗਾ ਇਹ ਨੀ ਕਈ ਹੋਰ ਉਦਾਹਰਣਾਂ ਵੀ ਹੈਗੀਆਂ ਮਤਲਬ ਸਿਰਫ ਤੁਸੀਂ ਇੰਨੀ ਹੀ ਗੱਲ ਜੇ ਪੜ੍ਹੋਗੇ ਨਾ ਤੇ ਸਿਰਫ ਇੱਕੋ ਹੀ ਬੁੱਕ ਦੇ ਵਿੱਚ ਇਹਦੇ ਸੰਦਰਭ ਦੇ ਵਿੱਚ ਸਿੱਖਿਜ਼ਮ ਦੇ ਵਿੱਚ ਉਹ ਬਹੁਤ ਜ਼ਿਆਦਾ ਮਿਸ ਆਊਟ ਕਰ ਗਿਆ ਜ਼ਮਾਨੇ ਦੇ ਵਿੱਚ ਵੀ ਉਹਦੇ ਲੈਕਚਰ ਸੁਣਨ ਵਾਸਤੇ ਟਿਕਟ ਲੱਗਦੀ ਸੀ ਮਤਲਬ ਬੁਲਾਰਾ ਇੰਨਾ ਤਕੜਾ ਕਿ ਫ੍ਰੀ ਦੇ ਵਿੱਚ ਬਲ ਨਹੀਂ ਸੀ ਦਿੰਦਾ ਹੁੰਦਾ ਆਪਣੇ ਸ਼ੋਅ ਦੇ ਵਿੱਚ ਏਦਾਂ ਦਾ ਸੀਗਾ ਤੇ ਅੱਛਾ ਦੂਜੀ ਗੱਲ ਇਹਦੀ ਇੱਕ ਹੋਰ ਵੀ ਕਰਨ ਵਾਲੀ ਆ ਕਿ ਵੀ ਜਿੱਦਾਂ ਆਪਾਂ ਕਹਿੰਦੇ ਹੁੰਦੇ ਨਾ ਕਿ ਪ੍ਰੈਕਟੀਕੈਲਿਟੀ ਕਿੰਨੀ ਸੀਗੀ ਇਹਦੇ ਚ ਇਸ ਬੰਦੇ ਨੇ ਅਮਰੀਕਾ ਦੇ ਵਿੱਚ ਜਾ ਕੇ ਤੇ ਉਹ ਇੱਕ ਪਿੰਡ ਜਗ੍ਹਾ ਖਰੀਦ ਕੇ ਆ ਜਿੱਦਾਂ ਵੀ ਪਿੰਡ ਵਸਾਇਆ ਉਹਦੀ ਡਾਕੂਮੈਂਟਰੀ ਅੱਜ ਕੱਲ ਨੈਟਫਲਿਕਸ ਤੇ ਪਈ ਹੈਗੀ ਆ ਇੱਕ ਵਰਲਡ ਵਰਲਡ ਕੰਟਰੀ ਉਹਦਾ ਨਾਂ ਜੀ ਵਰਲਡ ਵਰਲਡ ਕੰਟਰੀ ਹੈ ਨੈਟਫਲਿਕਸ ਤੇ ਆ ਸੀਰੀਜ਼ ਦੇਖਣ ਵਾਲੀ ਹੈ ਐਸਾ ਹੀ ਕੁਝ ਹੈਗਾ ਮੈਂ ਦੇਖੀ ਆ ਮਤਲਬ 4-5 ਐਪੀਸੋਡ ਦੇਖੇ ਉਸ ਤੋਂ ਬਾਅਦ ਮੈਂ ਕਿਹਾ ਨਾ ਇਟਸ ਆਲ ਰਬਿਸ਼ ਆਈ ਕਾਂਟ ਬੀ ਬੋਦਰ ਲੇਕਿਨ ਹਾਂ ਜੇ ਕਿਸੇ ਨੂੰ ਇੰਟਰਸਟ ਹੈਗਾ ਤੇ ਉਹ ਦੇਖੇ ਨੈਟਫਲਿਕਸ ਦੇ ਉੱਤੇ ਤੇ ਉਹ ਕਾਫੀ ਚੀਜ਼ਾਂ ਦੱਸਦੀ ਆ ਕਿ ਵੀ ਕਿੱਦਾਂ ਉਹਦੀ ਪ੍ਰੈਕਟੀਕੈਲਿਟੀ ਆਪਣੇ ਆਪ ਦੇ ਵਿੱਚ ਹੀ ਫੇਲ ਹੋ ਗਈ ਉਹ ਨਹੀਂ ਨਹੀਂ ਉਹ ਜਦੋਂ ਨਾ ਅਮਰੀਕਾ ਦੇ ਵਿੱਚ ਜਿਹੜਾ ਉਹ ਟਾਈਮ ਸੀ ਨਾ ਹਾਂਜੀ 20ਵੀਂ ਸਦੀ ਦੇ ਅੱਧ ਤੋਂ ਯਾਨੀ ਸੈਕੰਡ ਵਰਲਡ ਵਾਰ ਤੋਂ ਬਾਅਦ ਤੁਸੀਂ ਨਾ ਜਦੋਂ 1955-56 ਚ ਜਾ ਕੇ ਦੇਖਦੇ ਆ ਵੀ ਦੁਨੀਆਂ ਦੇ ਵਿੱਚ ਜਿੱਦਾਂ ਸੋਨੇ ਨੂੰ ਮਾਨਤਾ ਸੀ ਨਾ ਉੱਦਾਂ ਅਮੈਰੀਕਨ ਡਾਲਰ ਨੂੰ ਮਿਲ ਗਏ ਇੰਨੀ ਛੇਤੀ ਬੂਸਟ ਹੋਇਆ ਨਾ ਓਕੇ ਠੀਕ ਹੈ ਉਹ ਤਾਂ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਹੋ ਰਿਹਾ ਨਾ ਉਸ ਵੇਲੇ ਉੱਥੇ ਕ੍ਰਾਂਤੀ ਆ ਰਹੀ ਆ ਠੀਕ ਹੈ ਜੀ ਠੀਕ ਹੈ ਹੁਣ ਉਦੋਂ ਉਦੋਂ ਜਿਹੜੇ ਉਦੋਂ ਦਾ ਟਾਈਮ ਪੜ੍ਹ ਕੇ ਦੇਖੋ ਹਨਾ ਵੀ ਫਰਾਂਸੀਸੀ ਉੱਥੇ ਇਧਰੋਂ ਇੰਗਲੈਂਡ ਵਾਲੇ ਪਾਸਿਓਂ ਜਿੰਨੇ ਜਿਹੜੇ ਇੰਟੈਲੀਜੈਂਟ ਲੋਕ ਸੀਗੇ ਜਿਹੜੇ ਪੁਜਾਰੀਵਾਦ ਤੋਂ ਭਗੌੜੇ ਸੀ ਉਹ ਜਾਂ ਪੁਰਤਗਾਲੀ ਉੱਥੇ ਰਹਿ ਰਹੇ ਆ ਹਨਾ ਉਹ ਬੰਦੇ ਇਕੱਠੇ ਹੋ ਕੇ ਇੱਦਾਂ ਇਹਨਾਂ ਦੇ ਇੰਗਲੈਂਡ ਦਾ ਵਿਰੋਧ ਕਰ ਰਹੇ ਆ ਠੀਕ ਹੈ ਹਨਾ ਉਦੋਂ ਤੋਂ ਤਾਕਤ ਫੜ ਰਿਹਾ ਅਮਰੀਕਾ ਹਾਂਜੀ 150-200 ਸਾਲ ਹੋ ਗਏ ਹਨਾ ਤੇ ਉਹ ਕਰਦਿਆਂ ਕਰਦਿਆਂ ਹੁਣ ਜਾਣੀ ਇੱਥੇ ਆ ਕੇ ਤਾਂ ਸੈਕੰਡ ਵਰਲਡ ਵਾਰ ਤੋਂ ਬਾਅਦ ਤਾਂ ਇਕਦਮ ਬੂਸਟ ਹੋਇਆ ਹਾਂਜੀ ਪਰ ਉਹ ਪੈਸੇ ਨੇ ਨਾ ਜਦੋਂ ਹੁਣ ਜਿਹੜੀ ਹਾਲਤ ਜਿੱਦਾਂ ਹੁਣ ਸਾਡੇ ਅੰਦਰ ਅਸੀਂ ਕਹਿੰਦੇ ਔਰਤ ਨੂੰ ਆਜ਼ਾਦੀ ਮਿਲ ਰਹੀ ਆ ਇੱਕਦਮ ਏਦਾਂ ਸਾਰਾ ਕੁਛ ਜਿਹੜਾ ਬੰਦਿਆਂ ਨੂੰ ਵੀ ਏਦਾਂ ਹੋ ਰਿਹਾ ਹਨਾ ਵੀ ਉਹ ਜਦੋਂ ਆ ਗੱਲ ਹੁੰਦੀ ਆ ਖੁੱਲੇ ਸੰਬੰਧਾਂ ਦੀ ਉਦੋਂ ਕਿੱਦਾਂ ਬੰਦਾ ਐਨ ਛੁੱਟ ਛੁੱਟ ਕੇ ਭੱਜਣਾ ਚਾਹੁੰਦਾ ਜਾਣੀ ਠੀਕ ਹੈ ਬਾਹਰ ਆ ਕੇ ਸਾਡੇ ਨਿਆਣੇ ਸੜਕਾਂ ਤੇ ਏਦਾਂ ਪੱਬਾਂ ਕਲੱਬਾਂ ਚ ਇੰਨਾ ਬੁਰਾ ਹਲਕਾ ਤੇ ਠੀਕ ਹੈ ਹੁਣ ਇੱਦਾਂ ਉਹਨਾਂ ਦੇ ਕੋਲ ਪੈਸਾ ਵੀ ਸੀਗਾ ਸਾਰਾ ਕੁਛ ਸੀਗਾ ਉਹ ਚੀਜ਼ ਨੇ ਜਾਣੀ ਅੰਤ ਹੋ ਗਿਆ ਏਦਾਂ ਵੱਡੇ ਵੱਡੇ ਮਹਿਲ ਖੜ ਗਏ ਫੈਕਟਰੀਆਂ ਖੜ ਗਈਆਂ ਹਨਾ ਫਰਸਟ੍ਰੇਸ਼ਨ ਵਧਦੀ ਗਈ ਠੀਕ ਹੈ ਜੀ ਉਦੋਂ ਉੱਥੇ ਜਿਹੜਾ ਵੀ ਕੋਈ ਬੰਦਾ ਜਾ ਹਰਭਜਨ ਸਿੰਘ ਜੋਗੀ ਨੇ ਕਿੰਨੇ ਪੈਰ ਲਾ ਲਿਆ ਸੀ ਉਹ ਤਾਂ ਏਡਾ ਖੱਚ ਸੀ ਬੋਲਣ ਇਹ ਵੀ ਨਾਲ ਆਇਆ ਰਜਨੀਸ਼ ਨਾਲੋਂ ਤਾਂ 10 ਗੁਣਾ ਜ਼ਿਆਦਾ ਉਹਦੇ ਮਹਿਲ ਖੜੇ ਆ ਉੱਥੇ ਬਿਲਕੁਲ ਜੀ ਸਾਰਾ ਕੁਛ ਖੁੱਲ ਦੇ ਰਿਹਾ ਨਸ਼ੇ ਪਤਾ ਨੀ ਕੀ ਉਹ ਪੱਗਾਂ ਬਣਾਉਂਦਾ ਦਾੜੀਆਂ ਰਖਾਉਂਦਾ ਪਾਠ ਕਰਾਉਂਦਾ ਕੀਰਤਨ ਕਰਾਉਂਦਾ ਸੀ ਉਹਨੂੰ ਕਿੱਡੀ ਸਲਤਨਤ ਖੜੀ ਕਰ ਲਈ ਬਿਲਕੁਲ ਉਸ ਵੇਲੇ ਤਾਂ ਉੱਥੇ ਜਿਹੜਾ ਵੀ ਬੰਦਾ ਨਾ ਵੀਰ ਜੀ ਜਾ ਰਿਹਾ ਸੀ ਇਹ ਗੱਲ ਕਰਨ ਹਨਾ ਵੀ ਸ਼ਾਂਤੀ ਕਿੱਦਾਂ ਮਿਲਣੀ ਆ ਟਕਾ ਕਿੱਦਾਂ ਆਉਣਾ ਬਸ ਉਹ ਹਰੇ ਰਾਮਾ ਹਰੇ ਕ੍ਰਿਸ਼ਨ ਵਾਲੇ ਨੇ ਕਿੰਨੇ ਪੈਰ ਪਸਾਰ ਲਏ ਭੰਗੀਆਂ ਨੇ ਕਿੰਨੇ ਕਰ ਲਏ ਹਨਾ
ਏਦਾਂ ਸੀ ਜਾਨੀ ਕੁੱਲ ਮਿਲਾ ਕੇ ਜੀ ਸਾਡਾ ਤਾਂ ਕੰਸਰਨ ਜਿਹੜਾ ਸੀ ਨਾ ਉਹ ਇਹ ਆ ਮੈਂ ਸੁਣ ਅੱਜ ਤਾਂ ਜਿਹੜੇ ਨੋਰਮਲ ਫੋਨ ਆਉਂਦੇ ਹੁੰਦੇ ਆ ਵਟਸਐਪ ਦੇ ਉੱਤੇ ਆਮ ਉਹ ਵੀ ਨਹੀਂ ਆਏ ਜਾਣੀ ਕਿਸੇ ਦਾ ਆਇਆ ਕਿਉਂਕਿ ਮੈਨੂੰ ਤਾਂ ਇਹ ਸੀ ਵੀ ਅੱਠ ਦਸ ਬੰਦੇ ਤਾਂ ਐਸੇ ਹੋਣਗੇ ਨਾ ਜਿਹੜੇ ਇਸ ਗੱਲੋਂ ਫਰਸਟ੍ਰੇਟ ਆ ਠੀਕ ਆ ਵੀ ਨਹੀਂ ਜੀ ਵੀ ਅਸੀਂ ਮੈਂ ਤਾਂ ਸੁਣਨਾ ਚਾਹੁੰਦਾ ਸੀ ਮੈਨੂੰ ਕੱਲ ਇੱਕ ਵੀਰ ਦਾ ਫੋਨ ਆਇਆ ਜੀ ਉਹ ਕਾਫੀ ਇਸ ਗੱਲ ਤੇ ਬਜਿਦ ਸੀਗਾ ਜਾਣੀ ਠੀਕ ਹੈ ਜੀ ਵੀ ਰਜਨੀਸ਼ ਮੈਨੂੰ ਕਹਿੰਦਾ ਜੀ ਤੁਸੀਂ ਉਹਦੇ ਚ ਗਲਤੀ ਦੱਸੋ ਕੀ ਆ ਮੈਂ ਕਿਹਾ ਮੈਂ ਕਹਤੇ ਮਿੱਤੋਂ ਕਹਤੇ ਪੁੱਛਦਾ ਗਲਤੀ ਕੀ ਆ ਹਾਂਜੀ ਹਨਾ ਇਹ ਤਾਂ ਤੁਸੀਂ ਕਹਿ ਰਹੇ ਆ ਪੰਜਾਬ ਦੇ ਵਿੱਚ ਜਦੋਂ ਪੰਜਾਬ ਚ ਆ ਕੇ ਕੋਈ ਬੰਦਾ ਹੋਰ ਹੁਣ ਮੰਨ ਲਓ ਤੁਹਾਡੇ ਘਰੇ ਹਾਂਜੀ ਤੁਸੀਂ ਵੀਰ ਜੀ ਆਪਣੇ ਘਰ ਰਹਿੰਦੇ ਆ ਨਾ ਤੁਹਾਡੇ ਘਰੇ ਸੋਫਾ ਡਾਇਨਿੰਗ ਸੈੱਟ ਸਾਰਾ ਕੁਛ ਪਿਆ ਆ ਕੋਈ ਬੰਦਾ ਆ ਕੇ ਤੁਹਾਨੂੰ ਕਹਿ ਰਿਹਾ ਆ ਵੀ ਆਹ ਸੋਫਾ ਖਰੀਦ ਹਨਾ ਤੇ ਨਾਲ ਤੁਹਾਨੂੰ ਇਹ ਤੁਸੀਂ ਓਬਵੀਅਸ ਆ ਤੁਸੀਂ ਕਹੋ ਵੀ ਮੇਰੇ ਕੋਲ ਹੈਗਾ ਆ ਹਨਾ ਤੇ ਉਹ ਕਹੇ ਵੀ ਇਹਦੇ ਵਿੱਚ ਨੁਕਸ ਦੱਸ ਕੀ ਆ ਮਤਲਬ ਹੁਣ ਮੇਰੇ ਕੋਲ ਕਾਰ ਹੈਗੀ ਆ ਮੈਂ ਜੋਬ ਕਰਦਾ ਮੇਰੇ ਕੋਲ 20,000 ਦੀ ਕਾਰ ਆ ਇੱਕ ਬੰਦਾ ਰੇਂਜ ਰੋਵਰ ਲੈ ਕੇ ਆਇਆ ਨਵੀਂ ਬ੍ਰਾਂਡ ਨਿਊ ਅਜੇ ਉਹਦੇ ਤੋਂ ਪੇਪਰ ਵੀ ਨਹੀਂ ਲੱਥਾ ਹਾਂਜੀ ਠੀਕ ਆ ਨਾਲੋਂ ਮੈਨੂੰ ਕਹਿ ਰਿਹਾ ਦੱਸ ਤੂੰ ਨੰਬਰ ਪਲੇਟ ਕਿਹੜੀ ਕਰਾਉਣੀ ਆ ਤੇ 3 ਲੱਖ ਦੀ ਰੇਂਜ ਰੋਵਰ ਆ ਲੈ ਮੈਂ ਕਹਾਂ ਨਹੀਂ ਮੇਰੇ ਕੋਲ ਹੈਗੀ ਆ ਉਹ ਕਹੇ ਚ ਨੁਕਸ ਕੱਢ ਕੀ ਆ ਹੁਣ ਦੱਸ ਯਾਰ ਮੈਂ ਤਾਂ 3 ਲੱਖ ਦੀ ਗੱਡੀ ਹੱਥ ਵੀ ਨਹੀਂ ਲਾਇਆ ਕਦੇ ਉਹਦੇ ਮੈਂ ਕਿੱਦਾਂ ਨੁਕਸ ਕੱਢ ਕੰਪਨੀ ਚੋਂ ਬ੍ਰਾਂਡ ਨਿਊ ਗੱਡੀ ਚੋਂ ਨੁਕਸ ਕਿੱਦਾਂ ਕੱਢ ਦਿਆਂ ਮੈਂ ਉਹ ਤਾਂ ਬਹੁਤ ਹੀ ਵਧੀਆ ਆ ਪਰ ਤੂੰ ਮੈਨੂੰ ਕਹਤੇ ਕਿੰਨਾ ਵੀ ਨੁਕਸ ਕੱਢ ਤੂੰ ਮੈਨੂੰ ਦੱਸ ਵੀ ਮੈਂ ਕਾਹਤੇ ਖਰੀਦਾਂ ਸਾਡੇ ਕੋਲ ਗੁਰੂ ਨਾਨਕ ਹੈਗਾ ਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈਗਾ ਆ ਅਸੀਂ ਰਜਨੀਸ਼ ਨੂੰ ਸਿਰਚ ਮਾਰੀਏ ਤੁਸੀਂ ਸਾਨੂੰ ਕਹਿੰਦੇ ਵੀ ਨੁਕਸ ਕੱਢ ਇਹਦੇ ਵਿੱਚੋਂ ਗਲਤੀ ਕੱਢ ਤੁਸੀਂ ਦੱਸੋ ਵੀ ਤੁਹਾਡੇ ਕੋਲ ਵਧੀਆ ਕੀ ਆ ਕੀ ਆ ਕਿਉਂ ਮੈਂ ਉਹ ਕਾਰ ਉਹ ਸੋਫਾ ਕਿਉਂ ਖਰੀਦਾਂ ਕਨਵਿੰਸ ਕਰਨ ਦੀ ਜ਼ਰੂਰਤ ਤੂੰ ਮੈਨੂੰ ਦੱਸ ਤੈਨੂੰ ਲੋੜ ਆ ਮੈਨੂੰ ਹਾਂ ਤੈਨੂੰ ਤੂੰ ਮੈਨੂੰ ਦੱਸ ਰਜਨੀਸ਼ ਕੋਲ ਕੀ ਆ ਹੁਣ ਜਦੋਂ ਅਸੀਂ ਦੇਖ ਵੀਰ ਨਵਾਂ ਨਵਾਂ ਸੁਣਿਆ ਆ ਨਾ ਇਹਨੂੰ ਅਸੀਂ ਅੱਖਾਂ ਮੀਟ ਕੇ ਏਦਾਂ ਨਹੀਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਇੱਦਾਂ ਦੇ ਭਗਤਿਆਂ ਅਸੀਂ ਏਦਾਂ ਉੱਧਰ ਟੱਕਰ ਮਾਰ ਰਹੇ ਦੁਨੀਆ ਨਾਲ ਅਸੀਂ ਅਸੀਂ ਜਾਗਰੂਕ ਲਾਣੇ ਨਾਲ ਟਕਸਾਲੀਆਂ ਨਾਲ ਇਸ ਗੱਲੋਂ ਦੁਸ਼ਮਣੀ ਮੁੱਲ ਲੈ ਲਈ ਅਗਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੱਕ ਕੇ ਲੈ ਗਏ ਵੀ ਇਹ ਵੀ ਰੇਡੀਓ ਵਾਲੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਕੁਛ ਹੈ ਨਹੀਂ ਹਨਾ ਜਦਕਿ ਸਾਡਾ ਤਰਕ ਇਹ ਸੀ ਵੀ ਇਹ ਕਿਉਂ ਕਹਿੰਦੇ ਆ ਵੀ ਸਾਰੇ ਦਾ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਹੀਂ ਮਿਲਦਾ ਹੀ ਨਹੀਂ ਹੈਗਾ ਇਹ ਗੁਰੂ ਨਾਨਕ ਨੇ ਕਦੋਂ ਕਿਹਾ ਇਹ ਤੇ ਕਦੋਂ ਕਿਹਾ ਉਹ ਤਾਂ ਜਦੋਂ ਸਹਿਭੰਗ ਦੀ ਗੱਲ ਕਰਦੇ ਉਹ ਤਾਂ ਅੱਜ ਸਾਇੰਸ ਦੱਸਣ ਲੱਗੀ ਆ ਹਾਂਜੀ ਤੁਹਾਨੂੰ ਉਸ ਵੇਲੇ ਦੇ ਜੇ ਨਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਵਿਆਖਿਆ ਕਰਨੀ ਆ ਤੁਸੀਂ ਇਹ ਕਹਿ ਸਕਦੇ ਹੋ ਵੀ ਉਸ ਵੇਲੇ ਦੇ ਸਾਇੰਸਦਾਨ ਸੀਗੇ ਉਹ ਉਸ ਵੇਲੇ ਉਹਨੀ ਗੱਲਾਂ ਨਹੀਂ ਸਾਇੰਸਦਾਨ ਦਾ ਮਤਲਬ ਇਹ ਨਹੀਂ ਸਾਇੰਸਦਾਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨੂੰ ਕਾਰਾਂ ਦੀ ਕਾਢ ਕੱਢਣੀ ਆ ਡਾਕਟਰੀ ਦੀ ਕਾਢ ਕੱਢਣੀ ਆ ਕੁਦਰਤ ਦਾ ਗਿਆਨ ਜੋ ਤਰਕ ਦੀ ਗੱਲ ਕਰਨੀ ਲੌਜਿਕ ਜਿੰਨੀ ਗੱਲ ਕੀਤੀ ਲੌਜਿਕ ਨਾਲ ਕੀਤੀ ਉਹਨਾਂ ਨੇ ਜਿਹੜਾ ਵੀ ਲੌਜਿਕ ਦੇਣਾ ਉਹ ਸਾਇੰਸ ਹੀ ਆ ਐਕਚੁਅਲੀ ਗੈਲੀਲੀਓ ਆ ਉਹਨੇ ਜਾਂ ਆਇਨਸਟਾਈਨ ਆ ਉਹਨੇ ਐਕਚੁਅਲੀ ਦੇ ਵਿੱਚ ਥੋੜੀ ਉਹ ਚੀਜ਼ਾਂ ਬਣਾਈਆਂ ਉਹਨੇ ਉਹ ਫਾਰਮੂਲੇ ਦਿੱਤੇ ਜਿਹਦੇ ਨਾਲ ਗਾਹਾਂ ਚੱਲ ਕੇ ਉਹ ਡਿਵੈਲਪ ਹੋਏ ਹੁਣ ਸਾਨੂੰ ਨੀ ਨਾ ਤੁਸੀਂ ਸਾਨੂੰ ਰਜਨੀਸ਼ ਵੇਚਣਾ ਚਾਹੁੰਦੇ ਆ ਨਾ ਠੀਕ ਹੈ ਸਾਡਾ ਤਾਂ ਘਰ ਅਸੀਂ ਤਾਂ ਬਾਗੋ ਬਾਗ ਹੋਏ ਪਏ ਆ ਸਾਡੇ ਕੋਲ 10 ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਆ ਅਸੀਂ ਉਹਦੇ ਆਧਾਰ ਤੇ ਔਰ ਸਾਨੂੰ ਉਹ ਚੈਪਟਰ ਮਿਲ ਰਹੇ ਇਤਿਹਾਸ ਦੇ ਜਿਹਦੇ ਰਾਹੀਂ ਅਸੀਂ ਇੰਸਪਾਇਰ ਹੋ ਰਹੇ ਹਾਂ ਵੀ ਅਸੀਂ ਤਾਂ ਪਰਬਤਾਂ ਨਾਲ ਵੀ ਟਕਰਾ ਜਾਂਗੇ ਠੀਕ ਹੈ ਸਾਨੂੰ ਕੋਈ ਇਸ ਗੱਲ ਤੋਂ ਹਲਾ ਇੱਦਾਂ ਦੁਬਦਾ ਥੋੜੀ ਆ ਨਹੀਂ ਕੋਈ ਬੰਦਾ ਕਹੇ ਵੀ ਹਿਮਾਲੀਆ ਹਿੱਲ ਗਿਆ ਇੱਦਾਂ ਆਪਣੀ ਜਗ੍ਹਾ ਛੱਡ ਗਿਆ ਹੋ ਸਕਦਾ ਆ ਸਾਨੂੰ ਥੋੜੀ ਕੋਈ ਇੱਦਾਂ ਕਹਿ ਸਕਦਾ ਵੀ ਇੱਦਾਂ ਹਿੱਲ ਗਿਆ ਇਹ ਨਹੀਂ ਤਾਂ ਦਿਖਾ ਦਿਓ ਹਿਲਾ ਕੇ ਮੈਨੂੰ ਲੱਗਦਾ ਇਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਆ ਉਹਦਾ ਇੱਕ ਕਾਰਨ ਆ ਉਹਦੇ ਇੱਕ ਕਾਰਨ ਤਾਂ ਇਹ ਆ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹਾਲੇ ਉਨੀ ਸ਼ਿੱਦਤ ਦੇ ਨਾਲ ਸਮਝਿਆ ਨਹੀਂ ਔਰ ਕਿਉਂਕਿ ਰਜਨੀਸ਼ ਬਹੁਤ ਵਾਈਡਲੀ ਅਵੇਲੇਬਲ ਆ ਔਰ ਹਿੰਦੀ ਔਰ ਸੌਖੀ ਭਾਸ਼ਾ ਦੇ ਵਿੱਚ ਉਹ ਕਿਉਂਕਿ ਉਹਦਾ ਜ਼ਿਆਦਾਤਰ ਮਤਲਬ ਉਹ ਪੋਇਮ ਵੀ ਨਹੀਂ ਹੈਗੀ ਉਹ ਵਾਰਤਕ ਆ ਬਹੁਤ ਜ਼ਿਆਦਾ ਤੇ ਅੱਛਾ ਤਰਕਕ ਹੈਗਾ ਆ ਤੇ ਇਸ ਕਰਕੇ ਉਹ ਸ਼ਾਇਦ ਉਹਨਾਂ ਦੇ ਵਿੱਚ ਜਲਦੀ ਬਣ ਗਿਆ ਔਰ ਇਸ ਤੋਂ ਪਹਿਲਾਂ ਕਿ ਉਹਨੂੰ ਹਜ਼ਮ ਕਰ ਸਕਦੇ ਉਹ ਇਹਨਾਂ ਨੇ ਉਲਟੀ ਕਰਨੀ ਸ਼ੁਰੂ ਕਰਤੀ ਨਹੀਂ ਜ਼ਿਆਦਾ ਹੀ ਹੋਇਆ ਉਦਣ ਉਹ ਬੀਬੀ ਦਾ ਵੀ ਫੋਨ ਆਇਆ ਉਹਨਾਂ ਨੇ ਗੱਲ ਕਰਦਿਆਂ ਨੇ ਭੈਣ ਜੀ ਨੇ 2-3 ਵਾਰੀ ਇਹ ਨਾਂ ਲੈ ਦਿੱਤਾ ਰਜਨੀਸ਼ ਦਾ ਨਾ ਹਾਲਾਂਕਿ ਉਹਨਾਂ ਦੀ ਮੈਨੂੰ ਗੱਲ ਠੀਕ ਲੱਗੀ ਉਹ ਕਹਿੰਦੇ ਕਿ ਵੀ ਅਸੀਂ ਅਮੀਰ ਇੰਨੇ ਆ ਕਿ ਵੀ ਰੱਬ ਨੂੰ ਘਰ ਬਣਾਉਣੇ ਆ
ਸਟੇਟਮੈਂਟਾਂ ਦੀ ਨੀ ਗੱਲ ਨਾ, ਪਰ ਉਹ ਤੁਸੀਂ ਇਹ ਗੱਲ ਹੁਣ ਇੱਕ ਵੀਰ ਨੇ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ ਵੀ ਰਜਨੀਸ਼ ਨੇ ਏਦਾਂ ਸਾਨੂੰ ਬੇਪਰਵਾਹ ਬਣਾ ਦਿੱਤਾ ਜਾਣੀ ਹੈ ਕਿ ਨਹੀਂ। ਹਾਂਜੀ ਹੁਣ ਮੈਂ ਕਿਹਾ ਹੱਦ ਹੋ ਗਈ ਯਾਰ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹ ਕੇ ਤੁਹਾਨੂੰ ਤਾਕਤ ਨੀ ਮਿਲੀ ਉਹ? ਨਹੀਂ ਹੁਣ ਗੁਰਬਾਣੀ ਕਹਿੰਦੀ ਆ ਵੀ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ। ਹਾਂਜੀ ਠੀਕ ਆ, ਉਹਨਾਂ ਨੂੰ ਕਿਹੜਾ ਸੀਗਾ ਬੇਪਰਵਾਹ ਨੀ, ਤੁਸੀਂ ਲਾਪਰਵਾਹ ਹੋਈ ਜਾਂਦੇ ਆ, ਥੋੜਾ ਜਿਹਾ ਫਰਕ ਆ ਦੋਨਾਂ ਦੇ ਵਿੱਚ। ਨਹੀਂ ਹੁਣ ਜਾਣੀ ਘਰੇ 10-11 ਸਾਲ ਦਾ ਬੱਚਾ ਆ। ਹਾਂਜੀ ਠੀਕ ਆ, ਐਡਾ ਵੱਡਾ ਮਿਸ਼ਨ ਆ ਕੋਲ, ਤੀਜੇ ਪਾਤਸ਼ਾਹ ਦਾ ਖਰੀਦੀ ਹੋਈ ਜਗ੍ਹਾ, ਚੌਥੇ ਪਾਤਸ਼ਾਹ ਦਾ ਵਸਾਇਆ ਹੋਇਆ ਉਹ ਸ਼ਹਿਰ ਅੰਮ੍ਰਿਤਸਰ। ਹਾਂਜੀ ਠੀਕ ਆ, ਮੂਹਰੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਘਰੇ 11 ਸਾਲ ਦਾ ਬੱਚਾ ਆ। ਹਾਂਜੀ ਠੀਕ ਆ, ਤੇ ਉਹ ਜਾ ਕੇ ਸਿੱਧੀ ਜਾਣੀ ਜਹਾਂਗੀਰ ਦੀ ਹਿੱਕ ਚ ਵੱਜਦੇ ਆ, ਇਹ ਤੋਂ ਵੱਡੀ ਬੇਪਰਵਾਹੀ ਕੀ ਹੋ ਸਕਦੀ? ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਠੀਕ ਆ, ਉੱਥੇ ਇਦਾਂ ਥੋੜੀ ਹੋਈ ਉਹ ਦੇਸ਼ ਛੱਡ ਕੇ ਭੱਜ ਗਏ ਉਹ। ਹੁਣ ਉਹ ਬੰਦੇ ਦਾ ਕਿਰਦਾਰ ਕਿਹੋ ਜਿਹਾ ਸਾਨੂੰ ਦੇ ਕੀ ਰਿਹਾ ਯਾਰ ਉਹ? ਨਹੀਂ ਉਧਰ ਉਧਰ ਇਧਰ ਛੱਡ ਕੇ ਨੀ ਭੱਜੇ, ਤੇ ਜਦੋਂ ਕਰਤਾਰ ਪਾਤਸ਼ਾਹ ਨਾਲ ਉੱਥੇ ਵੀ ਲੱਤ ਮਾਰੀ, ਉੱਥੇ ਵੀ ਬੇਪਰਵਾਹੀ। ਜਿਹੜੇ ਵੀ ਬੰਦੇ ਸੁਣਦੇ ਆ ਭਾਈ, ਜਿਹੜੇ ਵੀ ਬੰਦੇ ਰਜਨੀਸ਼ ਨੂੰ ਮੰਨਦੇ ਆ, ਉਹ ਜਿਹੜੀ ਉਹ ਗੱਲ ਕਰਦਾ ਆ ਸਰੀਰਕ ਸੰਬੰਧਾਂ ਦੇ ਬਾਰੇ, ਠੀਕ ਆ, ਤੁਸੀਂ 5-7 ਟੱਬਰ ਇਕੱਠੇ ਹੋਵੋ, ਹਾਂਜੀ ਉਹ ਗੱਲ ਕਰੋ ਲਾਗੂ, ਤੇ ਵੀਡੀਓ ਬਣਾ ਕੇ ਦਿਖਾ ਲਓ ਜਰਾ, ਰੱਖ ਲਓ ਨਿਆਣਿਆਂ ਨੂੰ ਘਰੇ ਵੀ ਤੁਸੀਂ, ਜਿਹਨੂੰ ਮਤਲਬ ਵੈਸਟ ਦੇ ਵਿੱਚ ਉਹਨਾਂ ਲੋਕਾਂ ਨੇ ਕਿਹਾ ਜਗ੍ਹਾ ਲਈ ਆ, ਉਹ ਕਹਿੰਦੇ ਵੀ ਇਹ ਸਿਵਿਲਾਈਜ਼ਡ ਕੰਮ ਨਹੀਂ ਹੈਗਾ, ਤੁਸੀਂ ਇੱਦਾਂ ਕਿੱਦਾਂ ਕਰ ਸਕਦੇ ਹੋ? ਸੜਕਾਂ ਤੇ ਸ਼ਰੇ ਆਮ ਸੜਕਾਂ ਦੇ ਪ੍ਰੋਜੈਕਟ ਵੀ ਸਾਡਾ ਲੰਘਣਾ ਔਖਾ ਹੈ, ਉੱਥੋਂ ਦੇ ਲੋਕਾਂ ਨੇ ਲੜਾਈ ਲੜੀ, ਲੀਹ ਲੜੀ, 700 ਬੰਦਿਆਂ ਨੇ ਸਾਡੇ ਜ਼ਹਿਰ ਪਾਤਾ, ਇਲੈਕਸ਼ਨ ਵੀ ਸਾਰੇ ਬਿਮਾਰ ਨੂੰ ਵੋਟਾਂ ਨਾਲ ਜਿੱਤ ਸਕਣ, ਆਪਦੇ ਪੁਲਿਸ ਵਾਲੇ ਲਾ ਦੀਏ, ਆਹ ਕਰ ਦੀਏ, ਉਹ ਕਰ ਦੀਏ, ਫਿਰ ਉੱਥੋਂ ਭੱਜਿਆ, ਚੋਰੀ ਭੱਜੇ, ਫਿਰ ਪਹੁੰਚੇ, ਮੈਨੂੰ ਨਾ ਕੜੀ ਜੋੜਦੀ ਨਹੀਂ ਸੀ ਹੁੰਦੀ, ਪਰ ਉਹ ਮੇਰੇ ਨਾਲ ਗੈਰੀ ਕੰਮ ਕਰਦਾ ਗੋਰਾ, ਉਹ ਗੱਲ ਚੱਲ ਪਈ ਇੱਕ ਦਿਨ, ਉਹ 1960s ਉਹ ਯੂਰਪ ਚ ਸੀਗਾ, ਤੇ ਐਂ ਗੱਲ ਚੱਲੀ ਆ ਤਾਂ ਹਿੱਪੀ ਕਲਚਰ, ਮੈਂ ਸਾਡੇ ਉੱਥੇ ਬਹੁਤ ਆਉਂਦੇ ਸੀਗੇ ਆਪਣੇ ਮਨੀਕਰਨ, ਉਹ ਕਹਿੰਦਾ ਵੀ ਗੱਲ ਜਦੋਂ ਨਾ ਵਰਲਡ ਵਾਰ ਮੁੱਕੀ ਆ, ਕਹਿੰਦਾ ਉਹ ਚ ਇੱਕ ਤਾਂ ਬਹੁਤ ਨੁਕਸਾਨ ਹੋਇਆ ਤੇ ਲੋਕੀ ਬਹੁਤ ਫਰਸਟ੍ਰੇਟਡ ਸੀ, ਪਰ ਕਹਿੰਦਾ ਪਹਿਲੀ ਵਾਰ ਜਿਹੜੀ ਆਹ ਸੈਕਸ ਦੀ ਲਹਿਰ ਆ ਨਾ, ਵੀ ਉੱਥੋਂ ਦੇ ਜਵਾਕਾਂ ਨੇ ਕਿਹਾ ਵੀ ਅਸੀਂ ਨੀ ਪ੍ਰਵਾਹ ਕਰਦੇ ਪੁਜਾਰੀ ਦੀ, ਅਸੀਂ ਨੀ ਯੂਜ਼ ਕਰਨਾ, ਅਸੀਂ ਕਰਾਂਗੇ ਯੂਜ਼ ਕੌਂਡਮ, ਤੇ ਵੀ ਹਰ ਬੰਦਾ ਆਜ਼ਾਦ ਆ ਸੈਕਸ ਲਈ। ਕਹਿੰਦਾ ਵੀ ਉਹ ਲਹਿਰ ਇੰਨੀ ਕੁ ਵਾਇਲਡ ਹੋਈ, ਇੰਨੀ ਕੁ ਵਾਇਲਡ ਲਹਿਰ ਵੀ ਦੁਨੀਆ ਦੇ ਕਿਸੇ ਕੋਨੇ ਕਿਸੇ ਨੇ ਵੀ ਗੱਲ ਕੀਤੀ, ਉਹ ਭੱਜ ਗਏ ਉੱਥੇ ਗਏ ਵੀ ਹਾਂ ਤੁਸੀਂ ਸਾਡੀ ਸਹੀ ਗੱਲ ਕਰਦੇ ਹੋ। ਕਹਿੰਦਾ 25-30 ਸਾਲ ਸਾਡੀ ਜਨਰੇਸ਼ਨ ਨੂੰ ਸਮਝ ਨੂੰ ਲੱਗੇ ਵੀ ਰਿਸ਼ਤੇ ਇੱਦਾਂ ਨੀ ਬਣਦੇ, ਇਹ ਆਜ਼ਾਦੀ ਥੋੜੋ ਆ, ਇਹ ਲਾਪਰਵਾਹੀ ਬੇਪਰਵਾਹੀ ਥੋੜੀ। ਜਨਰੇਸ਼ਨ ਦਾ ਕੀ ਬਣੂਗਾ? ਨਹੀਂ ਪਤਾ ਕੌਣ ਜੀਨਸ ਕਿਹਦੇ ਕਿੱਥੇ, ਉਹਨਾਂ ਦੀ ਇੰਟੈਲੀਜੈਂਸੀ ਕਿੱਥੇ ਜਾਊਗੀ, ਠੀਕ ਹੈ, ਦਿਮਾਗ ਦਾ ਕੀ ਪੱਧਰ ਹੋਊਗਾ, ਬਿਮਾਰੀਆਂ ਕਿੱਦਾਂ ਕੰਟਰੋਲ ਕਰੂਗੇ? ਉਹ ਕਹਿੰਦਾ ਸਾਡੀ ਗੱਲ ਕਾਸਾ ਹੀ ਨਹੀਂ ਹੋਣਾ, ਉਹ ਕਹਿੰਦਾ ਸਾਡੀ ਗਲਤੀ ਸੀ ਉਸ ਵੇਲੇ, ਉਹ ਪਾਰਟ ਆਫ ਜਨਰੇਸ਼ਨ ਸੀ, ਉੱਥੇ ਉਹਨੇ ਕੁਛ ਕੀਤਾ ਸਮਝਿਆ, ਤੇ ਉਹ ਗਲਤੀ ਮੰਨ ਰਹੇ ਆ, ਤੇ ਸਾਡੇ ਵਾਲੇ ਉਹਦੀ ਉਦਾਹਰਣਾਂ ਦੇ ਰਹੇ ਆ। ਨਹੀਂ ਇੰਡੀਆ ਚ ਇੱਡੀ ਗੱਲ ਕਹਿ ਦੇਣੀ, ਫਿਰ 90% ਉਹਦੇ ਫੋਲੋਅਰ ਬਾਹਰੋਂ ਕਿਉਂ ਆਉਂਦੇ ਸੀ? ਇੰਡੀਆ ਚ ਇੰਡੀਆ ਵਾਲੇ ਲੋਕੀ ਕਰਦੇ ਹੋ ਜੋ ਪ੍ਰੈਕਟੀਕਲ ਕਰ ਰਹੇ ਸੀ, ਇਹ ਵੀ ਨਾਲ ਨਹੀਂ। ਉੱਥੇ ਹਰੇਕ ਬੰਦੇ ਨੇ ਵੀਰ ਜੀ ਗੱਲ ਇਹ ਹੋਈ ਆ ਵੀ ਹਰੇਕ ਬੰਦੇ ਨੇ ਨਾ ਆਪਣੀ ਮਰਜ਼ੀ ਦੇ ਨਾਲ, ਸਾਨੂੰ ਪਤਾ ਰੇਡੀਓ ਅਸੀਂ ਇੱਥੇ ਅਸੀਂ ਗੱਲ ਕਰਦੇ ਆ ਨਾ। ਹਾਂਜੀ ਹੁਣ ਕਾਮਰੇਡ ਆਉਂਦੇ ਆ, ਉਹ ਆ ਕੇ ਵੀਰ ਜੀ ਬਹੁਤ ਵਧੀਆ ਤੁਸੀਂ ਗੱਲ ਕਰਦੇ ਆ, ਕੋਈ ਪੁਲਿਸ ਦਾ ਰਿਟਾਇਰ ਅਫਸਰ ਹੋਊਗਾ ਉਹ ਕਹੂਗਾ ਬਹੁਤ ਵਧੀਆ ਗੱਲ ਕੀਤੀ ਜੀ ਤੁਸੀਂ, ਇਹ ਭਿੰਡਰਾਲਾ ਤਾਂ, ਮਤਲਬ ਹਰੇਕ ਬੰਦਾ ਗੱਲ ਨੂੰ ਨਾ ਜੋ ਉਹਦੀ ਆਪਣੀ ਸੋਚ ਆ ਉਹਦੀ ਕਸਪੱਟੀ ਤੇ ਲਾ ਕੇ ਉਹ ਕਹਿੰਦਾ ਬਾਸ ਠੀਕ ਕੀਤਾ ਜੀ ਤੁਸੀਂ, ਟਕਸਾਲੀਆਂ ਦੇ ਵਿਰੁੱਧ ਬਹੁਤ ਵਧੀਆ ਕੀਤਾ ਤੁਸੀਂ ਵੀਰ ਜੀ। ਸਾਡੇ ਗੁਰੂ ਰਵਿਦਾਸ ਜੀ ਨੂੰ ਵੀ ਏਦਾਂ ਕਹਿੰਦੇ ਵੀਰ ਜੀ ਇਹਨਾਂ ਨੇ ਸਾਡੇ ਪੈਰ ਨਹੀਂ ਲੱਗਣ ਦਿੱਤੇ ਕਾਮਰੇਡਾਂ ਦੇ, ਮਤਲਬ ਤੁਹਾਡੀ ਵਿਚਾਰਧਾਰਾ ਹੋਊਗੀ ਆਪਣੇ ਘਰ ਰੱਖੋ ਤੁਸੀਂ, ਤੁਸੀਂ ਸਾਨੂੰ ਕਦੇ ਕਿਸੇ ਸਿੱਟੀ ਜਾਣੇ ਆਪਣੇ ਨਾਲ। ਹੁਣ ਇੱਦਾਂ ਰਜਨੀਸ਼ ਨੂੰ ਵੀ ਉਹਦੀਆਂ ਗੱਲਾਂ ਨੂੰ ਮਸਕੀਨ ਨੇ ਚਾਹੇ ਕਿਸੇ ਕਥਾ ਕਰਨ ਗਿਆ ਨੀ, ਹਰਿੰਦਰ ਸਿੰਘ ਬਹੁਤ ਯੂਜ਼ ਕਰਦੇ ਹੁੰਦੇ ਆ ਵੀ ਉਹ ਉਹਨਾਂ ਨੇ ਆਪਣੇ ਆਪਣੀ ਗੱਲ ਕਹਿਣ ਲਈ ਬੁਲਾ ਰਿਹਾ ਨੇ ਵਿੱਚੋਂ ਬਸ ਚੱਕ ਲਈਆਂ ਗੱਲਾਂ ਕੁਛ ਪ੍ਰਭਾਵਸ਼ਾਲੀ ਬਣਾਉਣ ਲਈ, ਪਰ ਉਹ ਚੀਜ਼ ਚਲੋ ਲੈ ਲਓ ਤੁਸੀਂ ਕੋਈ ਗੱਲ ਨਹੀਂ। ਅਸੀਂ ਹੁਣ ਮੈਂ ਕਹਿੰਦਾ ਵੀ ਅਸੀਂ ਗੱਡੀ ਖਰਾਬ ਹੁੰਦੀ ਆ ਮਕੈਨਿਕ ਦੇ ਜਾਂਦੇ ਹਾਂ, ਅਸੀਂ ਕਦੇ ਦੇਖਦੇ ਵੀ ਇੱਕ ਓਂਕਾਰ ਨੂੰ ਮੰਨਦਾ ਕਿ ਨਹੀਂ ਮੰਨਦਾ? ਨਹੀਂ ਦੇਖਦੇ। ਹੋ ਸਕਦਾ ਨਿਰੰਕਾਰੀ ਹੋਵੇ ਉਹ, ਹੋ ਸਕਦਾ ਸ਼ਿਵਜੀ ਨੂੰ ਪੂਜਣ ਆਇਆ ਹੋਵੇ, ਹਾਂਜੀ ਗੱਡੀ ਠੀਕ ਉਹਦੇ ਕੋਲ ਉਹਦੀ ਮੁਹਾਰਤ ਆ, ਅਸੀਂ ਖਰੀਦ ਲਈ ਦੀ ਪੈਸੇ ਦਿੱਤੇ ਗੱਡੀ ਠੀਕ ਕਰਾ ਲਈ, ਡਾਕਟਰ ਕੋ ਗਏ ਹੋ ਸੋਫੇ ਖਰੀਦ ਲਏ ਹਨਾ, ਘਰ ਬਣਵਾ ਲਿਆ ਬਿਲਡਰ ਤੋਂ, ਬਸ ਫਿਰ ਤੁਸੀਂ ਸਾਈਕੋਲੋਜਿਸਟ ਕੋ ਵੀ ਜਾ ਸਕਦੇ ਆ, ਸਿਆਣੇ ਬੰਦੇ ਕੋ ਜਾ ਸਕਦੇ ਆ, ਟੀਚਰ ਕੋ ਜਾਂਦੇ ਆ ਤੁਸੀਂ, ਠੀਕ ਹੈ ਨਾ, ਪਰ ਉਹ ਆਈਡੀਓਲੋਜੀ ਉਹਦੀ ਕੀ ਆ? ਮੈਂ ਨਾ ਇਹ ਰਖਾਉਂਦਾ ਉਹਦਾ ਕਿਰਦਾਰ ਕੀ, ਉਹ ਬੰਦਾ ਕਰਨਾ ਕੀ ਚਾਹੁੰਦਾ, ਉਹਦੇ ਰਾਹੀਂ ਪ੍ਰਾਪਤ ਕੀ ਹੋਣਾ, ਉਹਨੂੰ ਫੋਲੋ ਕਰਕੇ ਸਮਾਜ ਕਿਹੋ ਜਿਹਾ ਬਣੂਗਾ, ਇੱਕ ਸਪੱਟੀ। ਥੈਂਕ ਯੂ ਵੀਰ ਜੀ, ਸਾਡੇ ਨਾਲ ਸਰੋਤੇ ਹੋ ਰਿਹਾ, ਬਸ ਇੱਕ ਗੱਲ ਹੋਰ ਮੈਂ ਕਹਿੰਦਾ ਕਰਦਾ, ਇਹਦਾ ਮੈਨੂੰ ਤਾਂ ਸਿਰਫ ਨਹੀਂ ਲੱਗਦਾ ਜਿਹੜਾ ਕਿ ਮੈਂ ਸੋਚਿਆ ਕਿ ਵੀ ਇਹਨੂੰ ਪੜ੍ਹਨ ਦੇ ਵਿੱਚ ਇਹਨੂੰ ਸਮਝਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਲੇਕਿਨ
ਸਿਰਫ ਉੱਥੇ ਤੱਕ ਕਿ ਜਿੱਥੇ ਤੱਕ ਕਿ ਤੁਹਾਨੂੰ ਇਹ ਐਜ਼ ਅ ਟੂਲ ਕੰਮ ਆਵੇ, ਉਸ ਤੋਂ ਅੱਗੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ 'ਚ ਇਹਨੂੰ ਲਾਗੂ ਨਹੀਂ ਕਰ ਸਕਦੇ ਹੈਗੇ। ਜਦ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਇਹ ਫਿਲੋਸਫੀ ਸਮਝਣ ਲੱਗ ਪੈਂਦੇ ਹੈ ਨਾ, ਔਰ ਤੁਹਾਡਾ ਦਿਮਾਗ ਇੰਨਾ ਕੁ ਯੰਗ ਹੋ ਜਾਵੇ ਕਿ ਵੀ ਉਹ ਇਸ ਚੀਜ਼ ਦਾ ਫਰਕ ਸਮਝਣਾ ਸ਼ੁਰੂ ਕਰ ਦੇਵੇ, ਉਸ ਤੋਂ ਬਾਅਦ ਇਹ ਰਜਨੀਸ਼ ਆਪੇ ਹੀ ਛੁੱਟ ਜਾਂਦਾ। ਨਹੀਂ ਹੋਣਾ ਹੀ ਆ, ਉਹ ਤਾਂ ਉਹ ਚੀਜ਼ ਨੂੰਬਾਰ ਬਾਰ, ਸਾਨੂੰ ਤਾਂ ਇਹ ਹੈ ਅਸੀਂ ਜਦੋਂ ਗੱਲ ਕਹਿੰਦੇ ਹਾਂ ਅਸੀਂ ਇਹ ਗੁਰੂ ਸਾਹਿਬ ਦਾ ਹਵਾਲਾ, ਗੁਰੂ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਦੇ ਕੇ ਗੱਲ ਕਿਉਂ ਨਹੀਂ ਕਰਦੇ, ਕਿਉਂ ਉਹ ਸਾਡੀ ਟਰਮੀਨੋਲੋਜੀ ਨਹੀਂ ਵਰਤ ਬਣ ਰਹੀ? ਹੁਣ ਜਾਂ ਟਕਸਾਲੀ ਗੁਰਬਾਣੀ ਨੂੰ ਵਰਤ ਰਹੇ ਆਪਣੇ ਤਰੀਕੇ ਨਾਲ, ਨਾਨਕ ਸਰੀ ਆਪਣੇ ਤਰੀਕੇ ਨਾਲ, ਜਾਗਰੂਕ ਆਪਣੇ ਤਰੀਕੇ ਨਾਲ, ਹਨਾ, ਉਹ ਜਿਹੜਾ ਸਿਆਣਾ ਬੰਦਾ ਆ ਉਹ ਜਾਂ ਕਾਮਰੇਡਾ ਮਗਰ ਮਾਰਕਸ ਮਗਰ ਤੁਰ ਪਿਆ ਹਨਾ, ਜਾਂ ਰਜਨੀਸ਼ ਮਗਰ ਤੁਰ ਪਿਆ। ਜਿਹੜੀ ਗੱਲ ਹੁੰਦੀ ਰਜਨੀਸ਼ ਨੇ ਇੱਦਾਂ ਕਿਹਾ ਜੀ, ਰਜਨੀਸ਼ ਨੇ ਇੱਦਾਂ ਕਿਹਾ, ਹੁਣ ਜਗਾਦਰੀ ਵਾਲੇ ਨੂੰ ਸੁਣ ਲਓ, ਸੋਢੀ ਨੂੰ ਸੁਣ ਲਓ, ਬਾਬਾ ਨੰਦ ਸਿੰਘ ਕਿਆ ਕਰਦੇ ਸੀ, ਬਾਬਾ ਨੰਦ ਸਿੰਘ ਕਿਆ ਕਰਦੇ ਸੀ, ਅੰਮ੍ਰਿਤ ਵੇਲੇ ਉੱਠੋ ਪਏ, ਗੁਰਬਾਣੀ ਯਾਰ ਕਹਿ ਰਹੀ ਆ। ਤੁਸੀਂ ਇਹ ਕਹਿ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾ ਉਬੜਿਆਈ ਵਿਚਾਰ, ਨਹੀਂ? ਚਲੋ ਥੈਂਕ ਯੂ ਵੀਰ ਜੀ, ਥੈਂਕ ਯੂ। 107 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ, ਹੈਲੋ ਸਰ, ਉਹ ਨਾ ਪਤਾ ਕੀ ਗੱਲ ਸੀ, ਉਦੋਂ ਮੈਂ ਵੀ 16-17 ਸਾਲ ਦਾ ਹੁੰਦਾ ਸੀ, ਅਜੀਤ ਅਖਬਾਰ ਚ ਆਉਂਦਾ ਹੁੰਦਾ ਸੀ ਜੀ, ਇੱਕ ਨਾ ਜੀ ਏਕਮਕਾਰ ਚੋਂ, ਐਂ ਜੇ ਆਉਂਦਾ ਹੁੰਦਾ ਸੀ ਕਰਕੇ, ਏਕਮਕਾਰ ਚੋਂ ਕੇ ਵਿਆਖਿਆ ਜੀ ਕੀਤੀ ਹੁੰਦੀ ਸੀ, ਮੈਂ ਪੜਿਆ ਤਾਂ ਨੀ, ਉਸ ਨੂੰ ਕਹਿ ਰਿਹਾ ਸੀ ਬਾਈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਜੀ, ਉਹਦੀ ਗੱਲ ਹੈ ਜੀ। ਪਤਾ ਹੈ ਮੈਨੂੰ, ਜੇ ਜੇ ਯਾਰ ਟੀਕਾ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਹੋਊਗਾ, ਉਹ ਤਾਂ ਤਰਥੱਲੀ ਮਚਣੀ ਸੀ, ਗੁਰੂ ਗ੍ਰੰਥ ਸਾਹਿਬ ਦੇ ਸਟੀਕ ਦੇ ਕੋਈ ਆਪਣੇ ਆਪ ਚ ਮਹਿਨੇ ਆ, ਹਾਂਜੀ ਹਾਂਜੀ, ਏਦਾਂ ਥੋੜਾ ਇੰਨਾ, ਉਹ ਤਾਂ ਨਾਲੇ ਹੁਣ ਇੱਕ ਇਕੱਲੀ ਜਪ ਜੀ ਦੀ ਕਿਤਾਬ ਏਡੀ ਮੋਟੀ ਬਣ ਗਈ ਤੁਹਾਡੇ ਇੱਥੇ ਨੈਟ ਦੇ ਉੱਤੇ, ਹੁਣ $338 ਦੀ ਆ, ਰੁਪਈਏ ਦੀ ਆਹੋ, ਉਹ ਏਡੀ ਏਡੇ ਵੱਡੇ ਆਕਾਰ ਦੀ ਕਿਤਾਬ ਆ, ਤੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਨੂੰ ਟ੍ਰਾਂਸਲੇਟ ਕੀਤਾ ਗਾ ਫੇਰ, ਆਹੋ ਚਲ ਠੀਕ ਹੈ, ਥੈਂਕ ਯੂ ਥੈਂਕ ਯੂ। ਨਹੀਂ ਉਹ ਉਹ ਕੋਈ ਉਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ ਭਾਈ, ਤੁਹਾਨੂੰ ਆਪ ਸੋਚਣਾ ਪੈਣਾ, ਠੀਕ ਆ, ਤੇ ਨਹੀਂ ਤਾਂ ਫਿਰ ਉਹ ਤਾਂ ਦੀਦਾ ਹੀ ਆ, ਜਿਹੜੀ ਜੋ ਕੁਛ ਉਹ ਕਹਿ ਰਿਹਾ, ਜੋ ਕੁਛ ਉਹ ਦੇ ਰਿਹਾ ਆ, ਠੀਕ ਆ, ਇਹ ਤਾਂ ਵੈਸੇ ਹੀ ਜਿਹੜਾ ਨਾ ਬੰਦਾ ਸਾਈਕੀ ਨੂੰ ਪੜ੍ਹਦਾ ਆ, ਠੀਕ ਆ। ਹੁਣ ਨਰਿੰਦਰ ਸਿੰਘ ਕਪੂਰ ਨੂੰ ਤੁਸੀਂ ਉੱਦਾਂ ਪੜ੍ਹ ਕੇ ਦੇਖ ਲਓ, ਹਾਂਜੀ, ਹੈਨਾ, ਉਹਨੂੰ ਸੋਰੀ ਉਹਨੂੰ ਸੁਣ ਕੇ ਦੇਖ ਲਓ ਬੋਲਦੇ ਨੂੰ, ਹਾਂਜੀ, ਹੈਨਾ, ਕੋਈ ਤੁਹਾਨੂੰ ਲੱਗਦਾ ਥੋੜੀ ਕੋਈ ਇੰਪ੍ਰੈਸਿਵ ਨਹੀਂ ਹੈਗਾ ਉਹ, ਏਦਾਂ ਗੱਲ ਨਹੀਂ ਕਰ ਰਿਹਾ ਕੋਈ ਏਦਾਂ ਜਿਹਦੇ ਤੇ ਤੁਸੀਂ ਇੱਦਾਂ ਕਾਇਲ ਹੋ ਜਾਵੋ ਸੁਣ ਕੇ ਉਹਨੂੰ, ਵੀ ਨਹੀਂ ਯਾਰ ਅੰਦਰ ਹੈ ਇਹਦੇ ਕੁਛ, ਠੀਕ ਹੈ, ਪਰ ਹੁਣ ਗੱਲਾਂ ਲਿਖ ਦਿੱਤੀਆਂ ਹਮਨੇ, ਹਾਂਜੀ, ਕਾਪੀ ਕਰ ਲਈ ਕਿਤਿਓਂ ਜਾਂ ਕੁਛ ਆਪਣੀਆਂ ਕੁਛ ਕਿਸੇ ਦੀ ਸਲਾਹ ਦੇ ਨਾਲ ਕਿਸੇ ਵੀ ਤਰ੍ਹਾਂ ਹੋ ਗਿਆ ਜਾਣੀ। ਹੁਣ ਬਹੁਤ ਸਾਰੇ ਬੰਦੇ ਕਿਤਾਬ ਲਿਖ ਦਿੰਦੇ ਆ, ਹਾਂਜੀ, ਹੈਨਾ, ਇੱਥੇ ਗਿਆਨੀ ਗੁਰਬਚਨ ਸਿੰਘ ਹੁੰਦੇ ਸੀਗੇ, ਉਹਨੇ ਕਿੰਨੀਆਂ ਕਿਤਾਬਾਂ ਲਿਖ ਦਿੱਤੀਆਂ, ਠੀਕ ਹੈ, ਹੈਨਾ, ਪਰ ਸੁਣਨੇ ਨੂੰ ਹਰੇਕ ਸੰਗਤ ਦੇ ਬਹੁਤੇ ਬੰਗਰਜੰਟ ਸੂ ਰੂਪੋਵਾਲੀ ਵਾਲਾ ਹੈ, ਹਾਂਜੀ, ਭਲਕੇ ਉਹਨੂੰ ਕੀ ਪਤਾ ਗ੍ਰੰਥ ਲਿਖ ਦੇਵੇ, ਹੈਨਾ। ਹੁਣ ਧੁੰਦਾ ਇੱਦਾਂ ਧੁੰਦਾ ਬੁਲਾਰਾ ਵਧੀਆ ਸੀ, ਪਰ ਧੁੰਦੇ ਨੂੰ ਕਹੋ ਪਿਆ ਆਰਟੀਕਲ ਲਿਖ ਦੇ, ਉਹ ਨਹੀਂ ਲਿਖਣਾ, ਉਹ ਘੱਗਾ ਲਿਖ ਵਧੀਆ ਲੈਂਦਾ ਹੈ, ਬੋਲਣ ਨੂੰ ਕਿੰਨਾ ਖਰਵਾ ਹੈ, ਅਸਰ ਥੋੜੀ ਪਾ ਰਿਹਾ ਨਹੀਂ, ਹੈਨਾ। ਹੁਣ ਉਹ ਬੰਦਾ ਬੁਲਾਰਾ ਵਧੀਆ ਸੀਗਾ, ਗੱਲਾਂ ਨਿਕਲ ਰਹੀਆਂ ਸੀਗੀਆਂ ਜਿੱਦਾਂ ਬੋਲਦਾ ਸੀ ਕਿਸੇ ਨੇ ਕਿਤਾਬਾਂ ਮਗਰੋਂ, ਉਹਦੇ ਲੈਕਚਰਾਂ ਤੋਂ ਲਿਖੀਆਂ ਕਿਤਾਬਾਂ, ਉਹਨਾਂ ਆਪ ਨਹੀਂ ਲਿਖੀਆਂ, ਮੈਨੂੰ ਨਹੀਂ ਲੱਗਦਾ, ਠੀਕ ਹੈ ਜੀ, ਉਹ ਲੈਕਚਰ ਹੋਏ ਹੋਏ ਉਹਦੇ। 108 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੈਲੀਫੋਰਨੀਆ ਤੋਂ ਬੋਲਦਾ, ਸੁਖਜਿੰਦਰ ਸਿੰਘ ਆ ਮੇਰਾ ਨਾਂ। ਹਾਂਜੀ, ਮੈਂ ਟਰੱਕ ਚਲਾ ਰਿਹਾ ਸੀ, ਥੋੜਾ ਰੇਡੀਓ ਸੁਣਦਾ ਸੀ ਪਿਆ, ਤੇ ਉਹ ਰਜਨੀਸ਼ ਦੀ ਕੋਈ ਗੱਲਬਾਤ ਚੱਲਦੀ ਸੀਗੀ ਬਈ ਰੇਡੀਓ ਤੇ। ਹਾਂਜੀ, ਐਕਚੁਅਲੀ ਨਾ ਬਾਬਾ, ਦੇਰ ਪਹਿਲਾਂ ਮੇਰੀ ਕਿਸੇ ਆਪਣੇ ਖਾਸ ਬੰਦੇ ਨਾਲ ਗੱਲ ਹੋ ਰਹੀ ਸੀਗੀ ਰਜਨੀਸ਼ ਬਾਰੇ, ਤੇ ਥੋੜੀ ਜਿਹੀ ਵਿੱਚ ਮੈਂ ਯਾਨੀ ਕਿ ਉਹ ਸੋਚ ਰੱਖਦਾ ਸੀਗਾ ਟਕਸਾਲੀ ਨਾ, ਤਾਂ ਮੈਂ ਜਿਵੇਂ ਮੇਰੇ ਨਾਲ ਕਹਿ ਲੋ ਵੀ ਹਨਾ ਵੀ ਮੀਲਾ ਕੱਢਣ ਲਈ ਆਪਾਂ ਕਿਸੇ ਦੇ ਨਾਲ ਗੱਲਬਾਤ ਜਦੋਂ ਕਰ ਲਈ ਦੀ ਆ, ਤੇ ਗੱਲ ਚੱਲਦੀ ਚੱਲਦੀ ਰਜਨੀਸ਼ ਤੇ ਆ ਗਈ। ਮੈਂ ਉਹਦੀ ਇੱਕ ਕਿਤਾਬ ਲਈ ਸੀਗੀ, ਰਜਨੀਸ਼ ਦੀ ਕਵਲ ਕੁੰਡਲ ਕੁਛ ਕਰਕੇ ਸੀਗੀ, ਕਾਫੀ ਦੇਰ ਪਹਿਲਾਂ, ਤਾਂ ਮੈਨੂੰ ਕਹਿੰਦਾ ਤੂੰ ਇਹਦੀ ਕਿਤਾਬ ਕੀ ਚੱਕ ਲਈ। ਮੈਂ ਕਿਹਾ ਵੀ ਯਾਰ ਜਿਵੇਂ ਹੁਣ ਮੰਨ ਲਓ ਮੈਂ ਉੱਥੋਂ ਏਅਰਪੋਰਟ ਤੋਂ ਤੁਰਿਆ ਸੀ, ਮੈਂ ਕਿਹਾ ਵੀ ਰਾਹ ਚ ਜਾਂਦੇ ਆ ਵੀ ਬੋਰਿੰਗ ਨਾ ਹੋਵਾਂਗੇ, ਵੀ ਇਹਨੂੰ ਪੜ੍ਹਨ ਚ ਕੀ ਹਰਜ ਆ, ਪੜ੍ਹਨ ਚ ਤਾਂ ਕੋਈ ਹਰਜ ਨਹੀਂ, ਕੋਈ ਕਿਤਾਬ ਲੈ ਲਓ ਟਾਈਮ ਪਾਸ ਲਈ। ਇਹਦੇ ਵਿੱਚ ਯਾਰ ਇਹ ਤਾਂ ਬਹੁਤ ਗੰਦ ਬੋਲਿਆ ਇਹਨੇ, ਤਾਂ ਐ ਸੈਕਸ ਬਾਰੇ ਫਲਾਣਾ ਟਮਕਾਣ ਹੈ, ਇੰਨੀਆਂ ਗੱਲਾਂ। ਮੈਂ ਕਿਹਾ ਯਾਰ ਵੀ ਇਹਦੇ ਵਿੱਚ ਤਾਂ ਇੱਦਾਂ ਆ, ਪਰ ਜੇ ਦੂਸਰੇ ਪਾਸੇ ਆਪਾਂ ਥੋੜਾ ਜਿਹਾ, ਮੈਂ ਉਹਨੂੰ ਇਹ ਕਹਿ ਬੈਠਾ ਵੀ ਜੇ ਦਸਮ ਗ੍ਰੰਥ ਦੇ ਵਿੱਚ ਜਿਹੜੀਆਂ ਕੁਛ ਗੱਲਾਂ ਆਉਂਦੀਆਂ, 406 ਜਾਂ 407 ਚਰਿੱਤਰ ਜਿਹੜੇ ਆਉਂਦੇ ਆ, ਤਾਂ
ਇੱਕ ਪਾਸੇ ਦਾ ਉਹ ਤੁਸੀਂ ਮੰਨਦੇ ਹੋ ਵੀ ਹਾਂ ਜੀ ਉਹ ਸਾਡੇ ਵੀ ਹੈਗੀਆਂ ਬਾਣੀਆਂ ਜਾਂ ਜਿਵੇਂ ਵੀ ਉਹ ਆਪਣਾ ਸਮਝਦੇ ਆ ਲੋਕ, ਦੂਸਰੇ ਪਾਸੇ ਜਿਹੜਾ ਰਜਨੀਸ਼ ਆ ਉਹਨੂੰ ਤੁਸੀਂ ਕਹਿੰਦੇ ਹੋ ਵੀ ਇਹਨੇ ਸੈਕਸ ਬਾਰੇ ਬਹੁਤ ਗਲਤ ਬੋਲਿਆ ਆ। ਮੈਂ ਕਿਹਾ ਜੇ ਦੋਨਾਂ ਦਾ ਕੰਪੈਰੀਜ਼ਨ ਕਰਨਾ ਹੋਵੇ, ਉਹਨੂੰ ਸਮਝਣਾ ਹੋਵੇ, ਚਰਿੱਤਰ ਪਖਿਆਨਿਆਂ ਨੂੰ ਸਮਝਣਾ ਹੋਵੇ, ਉਧਰੋਂ ਇਹਨੂੰ ਰਜਨੀਸ਼ ਨੂੰ ਨਾਲ ਨਾਲ ਤੁਸੀਂ ਕਹਿਣ ਦਿਓ ਵੀ ਇਹ ਮਾੜਾ ਆ, ਇਹਨੇ ਸਮਾਜ ਚ ਗੰਦ ਪਾਇਆ ਆ। ਤੇ ਜੇ ਮੈਂ ਕਿਹਾ ਦੂਸਰੇ ਪਾਸੇ ਉਸ ਚੀਜ਼ ਨੂੰ ਆਪਾਂ ਇੱਕ ਹੱਥ ਚ ਤੇ ਇੱਕ ਹੱਥ ਚ ਇਹਦੀ ਆਪਾਂ ਵਿਆਖਿਆ ਲੈ ਕੇ ਤੁਰੀਏ, ਤੇ ਆਪਾਂ ਨੂੰ ਤਾਂ ਸੇਮ ਲੱਗਣੀ ਆ, ਇੱਕ ਕਾਮਨ ਮੈਨ ਨੂੰ ਤਾਂ ਸੇਮ ਲੱਗਣੀ ਆ, ਬਾਕੀ ਵਿਗਿਆਨੀਆਂ ਗਿਆਨੀਆਂ ਦਾ ਤੇ ਪਤਾ ਨੀ ਵੀ ਉਹਨਾਂ ਦੀ ਕੀ ਸੋਚ ਹੋ ਸਕਦੀ ਆ। ਨਹੀਂ ਕਹਿੰਦਾ ਬਾਈ ਤੇਰਾ ਦਿਮਾਗ ਹਿੱਲ ਗਿਆ ਆ, ਕਹਿੰਦਾ ਤੇਰਾ ਦਿਮਾਗ ਹਿੱਲ ਗਿਆ। ਮੈਂ ਕਿਹਾ ਚੱਲ ਠੀਕ ਆ ਵੀ ਚਲੋ ਮੇਰਾ ਦਿਮਾਗ ਹਿੱਲ ਗਿਆ ਆ, ਪਰ ਮੈਨੂੰ ਮੇਰੇ ਉਸ ਹਿੱਲੇ ਹੋਏ ਦਿਮਾਗ ਚ ਮੈਨੂੰ ਇਹ ਚੀਜ਼ ਸਮਝ ਆ ਰਹੀ ਆ ਵੀ ਇੱਕ ਚੀਜ਼ ਅਸ਼ਲੀਲ ਆ ਤੇ ਉਹਦਾ ਸੇਮ ਹੀ ਜਿਹੜਾ ਆ ਦੂਸਰਾ ਪਾਸਾ ਉਹ ਕਿਸੇ ਆਮ ਕਿਸੇ ਵਿਅਕਤੀ ਨੇ ਲਿਖਿਆ ਆ, ਉਹ ਗਲਤ ਆ। ਮੈਂ ਕਿਹਾ ਹੁਣ ਜਿਹੜੇ ਜੇ ਤੁਸੀਂ ਕੋਈ ਜਾਨਵਰ ਦੇਖੋ, ਸੋਰੀ ਟੂ ਸੇ, ਕੀ ਉਹਨਾਂ ਨੂੰ ਕੋਈ ਦੱਸਣ ਜਾਂਦਾ ਆ ਵੀ ਸੈਕਸ ਕਿਵੇਂ ਕਰਨਾ ਆ? ਮੈਂ ਗੱਲ ਕਰ ਸਕਦਾ ਆ ਵੈਸੇ? ਹਾਂ ਹਾਂ ਕਰ ਸਕਦੀ ਕਰ ਸਕਦੀ। ਵੀ ਜਦੋਂ ਕੋਈ ਜਾਨਵਰ ਆ ਜਾਂ ਕੋਈ ਆਮ ਮਨੁੱਖ ਵੀ ਆ, ਕੀ ਉਹਨੂੰ ਮੇਰਾ ਡੈਡ ਆ ਮੰਨ ਲਓ, ਮੇਰਾ ਵਿਆਹ ਹੋਇਆ ਆ, ਮੈਨੂੰ ਕਿਸੇ ਨੇ ਦੱਸਿਆ ਥੋੜੀ ਸੀਗਾ ਜਿਹੜਾ ਉਹ ਸਾਰੀ ਇੱਕ ਇਸਤਰੀ ਦੇ ਵਿੱਚ ਇੱਕ ਮਰਦ ਦੇ ਵਿੱਚ ਸਾਰੀ ਪ੍ਰਕਿਰਿਆ ਜਿਹੜੀ ਹੁੰਦੀ ਹੈ ਥੋੜੀ। ਉਹ ਤਾਂ ਕਹਾਣੀਆਂ ਜਿਹੜੀਆਂ ਅੰਦਰ ਤੁਹਾਡੇ ਕਾਮਕਤਾ ਪੈਦਾ ਕਰਨ ਲਈ ਜਿੱਦਾਂ ਦੀਆਂ ਕਹਾਣੀਆਂ ਹੁੰਦੀਆਂ ਨਾ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਕਾਮਸੂਤਰਾ ਦੀਆਂ ਕਹਾਣੀਆਂ ਹੁੰਦੀਆਂ, ਠੀਕ ਹੈ, ਉਹੋ ਜਿਹੀਆਂ ਕਹਾਣੀਆਂ ਆ ਉਹ ਬਲਦੇਵ ਰਾਜ ਵਾਲਾ ਕੋਕ ਸ਼ਾਸਤਰ ਪੜੋ। ਨਹੀਂ ਕੋਕ ਸ਼ਾਸਤਰ ਇਹ ਨਹੀਂ ਯਾਰ, ਕੋਕ ਸ਼ਾਸਤਰ ਦੇ ਵਿੱਚ ਸਿੱਖਿਆ ਹੁੰਦੀ ਆ, ਉਹਦੇ ਵਿੱਚ ਜਾਣਕਾਰੀ ਆ, ਉਹਦੇ ਵਿੱਚ ਤਾਂ ਠੀਕ ਹੈ ਜੀ। ਕੋਕ ਸ਼ਾਸਤਰ ਤਾਂ ਉਹਨਾਂ ਦੇ ਕਿਸੇ ਬੰਦੇ ਨੇ ਵਿਦਵਾਨ ਨੇ ਲਿਖੀ ਹੋਊਗੀ ਨਾ, ਠੀਕ ਹੈ ਜੀ, ਉਹਦੇ ਵਿੱਚ ਤਾਂ ਜਾਣੀ ਸੁਭਾਅ ਬਾਰੇ ਲਿਖਿਆ ਆ, ਠੀਕ ਹੈ ਜੀ। ਹੁਣ ਜਿਹੜੀਆਂ ਇਹਨਾਂ ਮੁਲਕਾਂ ਚ ਟੀਨੇਜਰਾਂ ਦੀਆਂ ਬੱਚਿਆਂ ਦੀਆਂ ਬੁੱਕਸ ਹੁੰਦੀਆਂ, ਉਹਦੇ ਵਿੱਚ ਕੁੜੀ ਤਾਂ ਮੁੰਡੇ ਦੇ ਸੁਭਾਅ ਬਾਰੇ ਲਿਖਿਆ ਹੁੰਦਾ, ਹਾਂਜੀ, ਜਦੋਂ ਜਦੋਂ ਇੱਦਾਂ ਇਸ ਉਮਰ ਦੇ ਵਿੱਚ ਇੱਦਾਂ ਲੜਕੀ ਆਹ ਚਾਹੁੰਦੀ ਹੁੰਦੀ ਆ, ਲੜਕਾ ਆਹ ਚਾਹੁੰਦਾ ਹੁੰਦਾ, ਸਰੀਰ ਇੱਦਾਂ ਹੁੰਦਾ ਹੁੰਦਾ, ਠੀਕ ਹੈ। ਹੁਣ ਜਿਹੜੇ ਸੰਬੰਧ ਆ ਬਣਾਉਣੇ, ਉਹਦੇ ਬਾਰੇ ਕਿਤਾਬਾਂ ਮਿਲਦੀਆਂ ਤੁਹਾਨੂੰ ਵੀ ਕਿੱਦਾਂ, ਕਿਉਂ ਜਿਹੜੀ ਅੰਦਰ ਤੁਹਾਡੇ ਜੋਕਸ਼ ਪੈਦਾ ਹੁੰਦਾ, ਫੀਲਿੰਗ ਪੈਦਾ ਹੁੰਦੀ ਆ, ਉਹ ਕਿੱਦਾਂ ਕਿੱਦਾਂ ਕਿਹਨਾਂ ਕਾਰਨਾਂ ਕਰਕੇ ਘਟ ਜਾਂਦੀ, ਕਿੱਦਾਂ ਉਹਨੂੰ ਵਧਾ ਸਕਦੇ ਆ, ਠੀਕ ਹੈ ਜੀ। ਉਹ ਗਿਆਨ ਦੀਆਂ ਗੱਲਾਂ, ਠੀਕ ਆ, ਕਿਸੇ ਨੂੰ ਤਾਂ ਹੋ ਸਕਦੀ ਲੋੜ, ਠੀਕ ਹੈ, ਵੀ ਹੁਣ ਪ੍ਰੈਗਨੈਂਸੀ ਹੋਣੀ ਆ, ਔਰਤਾਂ ਨਾਲ ਜਦੋਂ ਸੰਬੰਧ ਹੋਣੇ, ਕਿੱਦਾਂ ਤੁਸੀਂ ਉਹਨੂੰ ਕੰਟਰੋਲ ਕਰਨਾ ਆ, ਕਿਸੇ ਨੇ ਬੱਚਾ ਲੈਣਾ ਆ, ਉਦੋਂ ਕਿੱਦਾਂ ਦੇ ਹਾਲਾਤ ਹੁੰਦੇ, ਪੀਰੀਅਡ ਦੀ ਹੈ ਉਹ ਸਾਈਕਲ ਹੈ ਕੀ ਆ, ਠੀਕ ਹੈ ਜੀ। ਹੁਣ ਇਹ ਜਾਣਕਾਰੀ ਹੋ ਰਹੀ ਆ, ਹਾਂਜੀ, ਕੀ ਤ੍ਰਿਆ ਚਰਿੱਤਰ ਵਿੱਚ ਕੁਛ ਇੱਦਾਂ ਦੀ ਜਾਣਕਾਰੀ ਆ? ਨਹੀਂ ਨਹੀਂ ਨਾ, ਉਹ ਤੋਂ ਮੈਨੂੰ ਦੇਖ ਕੇ ਇਦਾਂ ਡਰ ਲੱਗਦਾ ਵੀ ਕੀ ਮੈਂ ਸ਼ੇਅਰ ਕਰ ਸਕਦਾ ਇਹਨੂੰ ਫੇਸਬੁੱਕ, ਸ਼ਰਮ ਆਉਂਦੀ ਆ ਯਾਰ, ਠੀਕ ਹੈ। ਤੇ ਉਹਨੂੰ ਤੁਸੀਂ ਉਸ ਬੰਦੇ ਨੂੰ ਲਿਆ ਕੇ ਸਾਡੇ ਸਿਰ ਤੇ ਮੜੀ ਜਾਂਦੇ, ਕਿੱਥੇ ਕਿਸ ਪੱਧਰ ਤੇ ਗੱਲ ਚੱਲਦੀ ਹੁੰਦੀ ਗੁਰੂ ਨਾਨਕ ਪਾਤਸ਼ਾਹ ਦੀ, ਹਨਾ, ਉਹਦੇ ਵਿੱਚ ਲਿਆ ਕੇ ਹਰੇਕ ਕੋਈ ਬੰਦਾ ਚੱਕ ਕੇ, ਠੀਕ ਹੈ, ਕਿਤਾਬਾਂ ਲੈਕਚਰ ਜਿਹੜੇ ਇਧਰੋਂ ਉਧਰੋਂ ਕਰਕੇ ਤੁਸੀਂ ਆਪਣੀ ਪੜ੍ਹ ਲਈ ਆ, ਉਦਾਂ ਕਰ ਲਿਆ ਆ ਤੁਸੀਂ, ਹੁਣ ਕਪੂਰ ਨੂੰ ਅਸੀਂ ਪੜ੍ਹ ਲਈਦਾ, ਹਨਾ, ਰੈਫਰੈਂਸ ਵੀ ਦੇ ਦੇਈਦਾ ਆ, ਪਰ ਅਸੀਂ ਕਦੇ ਰਿਕਮੈਂਡ ਕਰਦੇ ਹਾਂ ਵੀ ਉਹਦੀਆਂ ਗੱਲਾਂ ਸੁਣ ਕੇ ਸਮਾਜ ਬਣ ਜਾਊਗਾ ਇਹੋ ਜਿਹਾ, ਠੀਕ ਹੈ। ਮੈਂ ਹਮੇਸ਼ਾ ਹੁਣ ਕੋਈ ਗੱਲ ਹੋਵੇ ਇੱਥੇ, ਮੈਂ ਦੋ ਵਾਰੀ ਗੱਲ ਕਰ ਦਿੱਤੀ ਆ ਵੀ ਭਾਈ ਕੱਲਾ ਕੱਲੀ ਬੀਬੀ ਨਾ ਮਿਲਣ ਜਾਇਆ ਕਰੋ, ਭੜਕੇ ਨੂੰ ਫਿਰ ਤੁਸੀਂ ਰੌਲਾ ਪਾਉਂਦੇ ਆ ਵੀ ਭਾਈ ਠਰਕੀ ਬਹੁਤ ਆ ਉਹ, ਕੈਲੀਫੋਰਨੀਆ ਦੇ ਨਾਲ ਹੀ, ਜਿੱਥੇ ਕਿ ਜ਼ਿਆਦਾ ਰਜਨੀਸ਼ ਦਾ ਜਿਹੜਾ ਬੋਲਬਾਲਾ ਸੀਗਾ, ਤਕਰੀਬਨ ਜਿਹੜੀ ਇਹ ਓਰੀਗਨ ਸਟੇਟ ਸੀਗੀ ਨਾ, ਇਹ ਸਾਰੀ ਦੀ ਸਾਰੀ ਸਟੇਟ ਨੇ ਸਰੈਂਡਰ ਕਰ ਚੁੱਕੇ ਸੀਗੇ ਰਜਨੀਸ਼ ਦੇ ਕੋਲ। ਔਰ ਇਸ ਜਿੱਦਾਂ ਜਿੱਦਾਂ ਜਿਵੇਂ ਮੈਨੂੰ ਕਿਸੇ ਤੋਂ ਪਤਾ ਲੱਗਿਆ ਵੀ ਜਿਹੜੀ ਇਹ ਸਟੇਟ ਆਲਮੋਸਟ ਰਜਨੀਸ਼ ਖਰੀਦ ਗਿਆ ਸੀਗਾ, ਜਿਹੜੀ ਓਰੀਗਨ ਸਟੇਟ ਸੀਗੀ। ਔਰ ਮੈਂ ਕਿਤੇ ਹੁਣ ਨੈਕਸਟ ਟਾਈਮ ਵੀ ਜਾਵਾਂਗਾ ਨਾ, ਇੱਥੇ ਹਾਈਵੇ ਪੈ ਜਾਂਦਾ 84 ਤੇ, ਉਹਦੇ
ਤੇ ਇੱਕ ਕਿਲਾ ਬਣਿਆ ਹੋਇਆ ਆ, ਸਮੁੰਦਰ ਕਹਿ ਲਓ ਕੋਲੰਬੀਆ ਰਿਵਰ ਆ, ਉਹਦੇ ਕੰਢੇ ਦੇ ਉੱਤੇ ਆਸ਼ਰਮ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਆਸ਼ਰਮ। ਉਹ ਜਿਹੜਾ ਆਸ਼ਰਮ ਆ ਉਹ ਰਜਨੀਸ਼ ਦਾ ਆ ਅਜੇ ਵੀ ਸਟਿਲ, ਅਜੇ ਉੱਥੇ ਉਹ ਅੰਦਰ ਨਹੀਂ ਮੈਂ ਜਾ ਸਕਿਆ ਕਿਉਂਕਿ ਟਰੱਕ ਦੀ ਜੋਬ ਆ ਵੀ ਆਪਾਂ ਉੱਥੇ ਪਾਰਕ ਕਰਕੇ ਜ਼ਿਆਦਾ ਦੇਰ ਤੱਕ ਜਾ ਨਹੀਂ ਸਕਦੇ ਸੀਗੇ। ਸੋ ਇਸ ਇਸ ਦੇ ਬਾਬਕੋ ਇੱਕ ਚੀਜ਼ ਹੋਰ ਵੀ ਪਤਾ ਲੱਗੀ ਵੀ ਇਹਦੀ ਮੌਤ ਕਿੱਦਾਂ ਹੋਈ ਸੀਗੀ, ਉਹ ਵੀ ਇੱਕ ਰਹੱਸੇ ਸੀਗਾ ਵੀ ਕਿਸੇ ਲੇਜ਼ਰ ਟਾਈਪ ਗਨ ਦੇ ਨਾਲ ਜਦੋਂ ਕ੍ਰੋਸ ਕੀਤਾ ਆ ਇਹਨੇ ਕੋਈ ਬਾਰਡਰ ਸਿਕਿਉਰਿਟੀ ਕਿਸੇ ਏਅਰਪੋਰਟ ਤੇ, ਉੱਥੇ ਇਹਨੂੰ ਇਹਨਾਂ ਨੇ ਉਹ ਲੇਜ਼ਰ ਦੇ ਨਾਲ ਇਹਦੇ ਉਹ ਗੁਪਤ ਅੰਗ ਦੇ ਪਿੱਛੇ ਕਰਕੇ ਤੇ ਇਹਨੂੰ ਉਹਨਾਂ ਨੇ ਕਰਿਆ ਜਿੱਦ ਕੇ ਹੌਲੀ ਹੌਲੀ ਕਰਕੇ ਮਰਿਆ ਸੀਗਾ। ਇਹਦੇ ਵਿੱਚ ਰਿਐਲਿਟੀ ਕਿੰਨੀ ਆ ਕਿਉਂਕਿ ਹੁਣ ਬਹੁਤ ਸਮਾਂ ਪੈ ਗਿਆ ਇਸ ਗੱਲ ਨੂੰ ਨਾ। ਸਾਡੇ ਕੋਲ ਅਸੀਂ ਜਿਹੜੀ ਰੇਡੀਓ ਤੇ ਗੱਲ ਕਰਦੇ ਨਾ ਅਸੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀ ਜੋ ਅਸਲ ਵਡਿਆਈ ਆ ਉਹਨੂੰ ਲੈ ਕੇ ਅਸੀਂ ਇੱਥੇ ਗੱਲ ਕਰਦੇ ਹਾਂ। ਕੋਈ ਬੰਦਾ ਸਾਡੀ ਗੱਲ ਸੁਣ ਕੇ ਇਹ ਨਾ ਸਮਝ ਲੈ ਵੀ ਅਸੀਂ ਮਾਰਕਸ ਨੂੰ ਪ੍ਰਮੋਟ ਕਰਨ ਲਈ ਬੈਠੇ ਹਾਂ ਜਾਂ ਰਜਨੀਸ਼ ਨੂੰ ਪ੍ਰਮੋਟ ਕਰਨ ਲਈ ਬੈਠੇ। ਜੇ ਅਸੀਂ ਟਕਸਾਲ ਦੇ ਵਿਰੋਧੀ ਹਾਂ ਇਹਦਾ ਮਤਲਬ ਅਸੀਂ ਕਾਂਗਰਸ ਦੇ ਹੱਕ ਵਿੱਚ ਹਾਂ, ਜੇ ਟਕਸਾਲ ਦੇ ਵਿਰੋਧੀ ਇਹਦਾ ਮਤਲਬ ਅਸੀਂ ਜਿਹੜੀ ਚਮਾਰ ਬਰਾਦਰੀ ਆ ਜਾਂ ਜਿਹੜੇ ਰਾਧਾ ਸਵਾਮੀ ਆ ਜਾਂ ਨਿਰੰਕਾਰੀ ਆ, ਹਰੇਕ ਜਣਾ ਆਪਣੀ ਮਰਜ਼ੀ ਦੇ ਨਾਲ ਉਹਦੇ ਅਰਥ ਕੱਢ ਰਿਹਾ ਹੈ, ਜਿਸ ਕਰਕੇ ਅਸੀਂ ਜਦੋਂ ਬਾਕੀ ਸਾਰਿਆਂ ਨੂੰ ਕਹਿ ਰਹੇ ਹਾਂ ਤੇ ਰਜਨੀਸ਼ ਬਾਰੇ ਕਹਿਣਾ ਵੀ ਜ਼ਰੂਰੀ ਸੀ। ਜਿਸ ਕਰਕੇ ਅੱਜ ਮੈਂ ਇਹ ਪ੍ਰੋਗਰਾਮ ਅਸੀਂ ਪੂਰਾ ਰੱਖਿਆ ਸੀਗਾ। ਮੈਂ ਇੱਕ ਹੁਣ ਵਟਸਐਪ ਤੇ ਵੀਰਾ ਸਾਡੇ ਨਾਲ ਇੱਕ ਸਰੋਤੇ ਆ ਵਟਸਐਪ ਤੇ, ਉਹ ਕੋਈ ਰਜਨੀਸ਼ ਦੇ ਹੱਕ ਚ ਬੋਲਣ ਵਾਲਾ ਨਾ ਹੋਵੇ, ਮੈਂ ਉਹਨਾਂ ਦੀ ਗੱਲ ਸੁਣਨੀ ਚਾਹੁੰਦਾ ਨਾ। ਇੱਕੋ ਹੀ ਗੱਲ ਸੀਗੀ ਕਰ ਸਕਦਾ ਹਾਂ ਹਾਂ ਵੇਟ ਕਰ ਲਓ ਤੁਸੀਂ ਇੱਕ ਸੈਕਿੰਡ ਇੱਕ ਮਿੰਟ ਵੇਟ ਕਰਿਓ। ਹਾਂਜੀ ਵਟਸਐਪ ਤੇ ਤੁਸੀਂ ਆਉਣੇ ਰਹੋ ਜੀ। ਗੱਲ ਮੈਂ ਹੁਣ ਲਾਸਟ ਕਰਦਾ ਵੀ ਜਿਹੜੇ ਬਾਈ ਜੀ ਕਹਿੰਦੇ ਸੀਗੇ ਨਾ ਪਏ ਵੀ ਜਗਦੀਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਆ ਪੂਰੇ ਦਾ ਪੂਰਾ ਟੀਕਾ ਕੀਤਾ ਆ, ਉਹ ਗਲਤ ਆ। ਉਹਨਾਂ ਨੇ ਸਿਰਫ ਜਪਜੀ ਸਾਹਿਬ ਦਾ ਕੀਤਾ ਸੀਗਾ ਔਰ ਉਹ ਕਾਫੀ ਦੇਰ ਥੋੜੇ ਜਿਵੇਂ ਉਹ ਉਦੋਂ ਕੀ ਕਹਿੰਦੇ ਹੁੰਦੇ ਸੀ ਮੈਨੂੰ ਯਾਦ ਨਹੀਂ ਹੋ ਗਏ ਵੀਰੇ ਤੁਸੀਂ ਸੁਣੀ ਨੀ ਉਹਦੇ ਬਾਰੇ ਮੈਨੂੰ ਲੱਗਦਾ 4-5 ਮਿੰਟ ਗੱਲ ਹੋ ਗਈ ਆ। ਭੇਕ ਓਂਕਾਰ ਸਤਨਾਮ ਨਾਂ ਦੀ ਕਿਤਾਬ ਆ ਜਗਬਾਣੀ ਅਖਬਾਰ ਦੇ ਵਿੱਚ ਆਉਂਦੀ ਸੀ ਉਹਨੂੰ, ਉਹ ਵੀਰ ਜਿਹੜਾ ਗੱਲ ਕਰਦਾ ਉਹਨੂੰ ਤਾਂ ਪਤਾ ਹੀ ਨੀ ਨਾ ਕੁਛ ਵੀ ਉਹਨੂੰ, ਨਾ ਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਪਤਾ ਹੈ, ਉਹ ਤਾਂ ਉਦਾਂ ਕਿਤੇ ਜਾਣੀ ਕਿਤੇ ਅਖਬਾਰ ਚ ਆਉਂਦੀ ਹੁੰਦੀ ਸੀ ਜਾਣੀ। ਹੁਣ ਜਾਂ ਤਾਂ ਬੰਦਾ ਇਹ ਕਹੇ ਨਾ ਵੀ ਮੈਂ ਆਸਾ ਰਾਗ ਪੂਰਾ ਦੇਖਿਆ ਉਹਦੇ ਵਿੱਚ ਜਾਂ ਫਲਾਨੇ ਪੇ ਉਹਦੇ ਸਾਥ ਸਾਥ ਦ੍ਰਿੜ ਪੰਨੇ ਦੇ ਤਾਂ ਮੈਂ ਦੇਖੀ ਵਿਆਖਿਆ ਚੱਲਦੀ ਹੈ। ਨਹੀਂ ਨਹੀਂ ਉਹ ਹੋਰ ਕੋਈ ਵਿਆਖਿਆ ਹੋਰ ਉਹਨੇ ਕੋਈ ਕੀਤੀ ਹੋਈ ਨੀਗੀ ਸਵਾਏ ਜਪਜੀ ਸਾਹਿਬ ਤੋਂ, ਔਰ ਉਹ ਕਿਉਂਕਿ ਉਹ ਮਸਕੀਨ ਸਾਹਿਬ ਨੇ ਵੀ ਇੱਕ ਵਾਰੀ ਉਹਨਾਂ ਦੇ ਬਾਰੇ ਕਿਹਾ ਸੀ ਵੀ ਉਹ ਬੰਦੇ ਨੇ ਏਦਾਂ ਵਿਆਖਿਆ ਕੀਤੀ ਜਾਂ ਕਿਵੇਂ ਉਹ ਆਪਦੇ ਮੇਰੇ ਖਿਆਲ ਹੁਣ ਤਾਂ ਕੋਈ ਪਤਾ ਹੀ ਨੀ ਵੀ ਜਿੰਨੇ ਕੁ ਹੈਗੇ ਆ ਬਾਬੇ ਉਹਨਾਂ ਨੇ ਆਪਣੀ ਆਪਣੀ ਕੀਤੀ ਹੋਈ ਵਿਆਖਿਆ ਨਾ, ਕਿਹਨੂੰ ਕਿਹਨੂੰ ਤੁਸੀਂ ਫੜੋਗੇ ਕਿਹਨੂੰ ਕਿਹਨੂੰ ਤੁਸੀਂ ਕੀ ਕਹੋਗੇ ਹਨਾ। ਉਹ ਹੁਣ ਤਾਂ ਢੇਰ ਲੱਗਾ ਪਿਆ ਵਾ ਜਿਵੇਂ ਕਹਿ ਲਓ ਵੀ ਅੱਜ ਕੱਲ ਜੱਟਾਂ ਦੇ ਆਲੂ ਗਲ ਜਾਂਦੇ ਆ, ਏਦਾਂ ਬਾਬਿਆਂ ਦਾ ਹਿਸਾਬ ਕਿਤਾਬ ਜਿਹੜਾ ਹੋਇਆ ਪਿਆ ਜਿਹਨੂੰ ਫੁੱਲ ਦੋਗੇ ਉਹਨੂੰ ਕਹੋਗੇ ਮੈਨੂੰ ਪਤਾ ਤੈਨੂੰ ਕੀ ਪਤਾ, ਬਸ ਇੱਕ ਤੋਂ ਇੱਕ ਮੋਟਾ ਆਲੂ ਦੁਨੀਆਂ ਜੀ। ਤੇ ਉਹ ਚੀਜ਼ ਜਿਹੜੀ ਭਾਈ ਉਹ ਵੀਡੀਓ ਦੋ ਆਈਆਂ ਸੀ ਮੇਰੇ ਕੋਲ ਹਨਾ, ਹਾਲਾਂਕਿ ਮੈਂ ਪਹਿਲਾਂ ਨਹੀਂ ਸੀ ਦੇਖੀ ਆਪਦਾ। ਅੱਛਾ ਜੀ। ਹਾਂ ਮੈਨੂੰ ਉਦਾਂ ਪਤਾ ਸੀ ਜਾਣਾ ਕਿ ਹਰਭਜਨ ਯੋਗੀ ਬਾਰੇ ਵੀ ਮੈਨੂੰ ਪਤਾ ਸੀ ਵੀ ਉਹ ਤੇ ਵੀ ਕਈ ਕੇਸ ਇੱਦਾਂ ਦੇ ਹੋਏ ਸੀ, ਉਹ ਵੀ ਕੁਛ ਇੱਦਾਂ ਦਾ ਹੀ ਲੈ ਕੇ ਜਿਹੜਾ ਆ ਉਹ ਵੀ ਕਹਿੰਦਾ ਸੀ ਵੀ ਜਦੋਂ ਸਿਮਰਨ ਹੁੰਦਾ ਆ ਨਾ ਜਿਹੜੀ ਸੁਰਤ ਆ ਤੁਹਾਡੀ ਉਹ ਉਦੋਂ ਜੁੜਦੀ ਆ ਜਦੋਂ ਤੁਸੀਂ ਕਪਲ ਦੇ ਰੂਪ ਦੇ ਵਿੱਚ ਬਹਿੰਦੇ ਆ। ਠੀਕ ਹੈ। ਇਹ ਅੱਜ ਤੋਂ 30 ਸਾਲ ਪਹਿਲਾਂ 28 ਸਾਲ ਪਹਿਲਾਂ ਮੈਂ ਇਹ ਗੱਲ ਸੁਣੀ ਸੀ ਕਿ ਇਹ ਸਵਾਲ ਵੀ ਅਸੀਂ ਪੁੱਛਿਆ ਸੀ ਵੀ ਜਦੋਂ ਅਖੰਡ ਕੀਰਤਨੀ ਜਥੇ ਵਾਲੇ ਜੱਫੀ ਪਾ ਕੇ ਅੰਮ੍ਰਿਤ ਜਿਹਨੂੰ ਕਹਿੰਦੇ ਨਾ ਵੀ ਨਾਮ ਦ੍ਰਿੜ ਕਰਾਉਣਾ ਆ, ਹਾਂਜੀ, ਇਹ ਜਿਹੜਾ ਜੱਫੀ ਪਾ ਕੇ ਦੋ ਜਣੇ ਇੱਕ ਦੂਜੇ ਨੂੰ ਘੁੱਟ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਇੱਦਾਂ, ਹਾਂਜੀ,
ਨਾਲ ਉਹ ਇੱਕ ਦੂਜੇ ਦੇ ਨਾਲ ਹਿਲਦੇ ਆ ਪੂਰੇ ਕਿਸਰਦੇ ਆ ਪੂਰੇ ਹਨਾ ਵੀ ਉਹ ਆਇਆ ਕਿੱਥੋਂ ਆ ਠੀਕ ਹੈ ਜੀ ਠੀਕ ਆ ਤੇ ਉਹ ਉਹ ਅਸਲ ਚ ਆਇਆ ਹੈਗਾ ਆ ਇਹ ਯੋਗੀ ਕਹਿੰਦਾ ਸੀਗਾ ਵੀ ਤੁਸੀਂ ਜਦੋਂ ਵਾਹਿਗੁਰੂ ਕਹਿਣਾ ਆ ਨਾ ਤੇ ਬੰਦਾ ਤੇ ਔਰਤ ਇੱਕ ਦੂਜੇ ਦੇ ਮੂਹਰੇ ਬੈਠੋ ਗੋਡੇ ਲਾ ਕੇ ਠੀਕ ਹੈ ਜੀ ਠੀਕ ਆ ਤੇ ਦੋਏ ਜਣੇ ਆਪਣੇ ਹੱਥ ਜਿਹੜੇ ਆ ਬੰਦਾ ਔਰਤ ਦੀਆਂ ਛਾਤੀਆਂ ਤੇ ਰੱਖੇ ਤੇ ਔਰਤ ਬੰਦੇ ਦੀਆਂ ਛਾਤੀਆਂ ਤੇ ਰੱਖੇ ਠੀਕ ਹੈ ਜੀ ਠੀਕ ਹੈ ਹੁਣ ਜਦੋਂ ਵਾਹੀ ਕਹਿਣਾ ਏਦਾਂ ਸਾਹ ਬਾਹਰ ਨੂੰ ਕੱਢਣਾ ਆ ਗੁਰੂ ਦੇ ਨਾਲ ਅੰਦਰ ਨੂੰ ਲੈਣਾ ਆ ਤੇ ਹੁਣ ਪਹਿਲਾਂ ਉਹਨੂੰ ਥੋੜਾ ਜਿਹਾ ਧੱਕਾ ਲਾਉਣਾ ਉਹਨੂੰ ਲਾਉਣਾ ਧੱਕਾ ਏਦਾਂ ਮੂਹਰੇ ਬੈਠ ਕੇ ਏਦਾਂ ਇੱਕ ਦੂਜੇ ਦੇ ਨਾਲ ਠੀਕ ਆ ਤੇ ਉਹਦੇ ਫਿਰ ਕਈ ਤਰ੍ਹਾਂ ਦੇ ਆਸਣ ਹੋਰ ਉਹ ਕਹਿੰਦਾ ਆ ਠੀਕ ਆ ਤੇ ਉਹ ਰਜਨੀਸ਼ ਥੋੜਾ ਜਿਹਾ ਅੱਗੇ ਜਾ ਰਿਹਾ ਹੈ ਉਸ ਚੀਜ਼ ਤੋਂ ਠੀਕ ਹੈ ਜੀ ਠੀਕ ਆ ਵੀ ਉਹ ਉਹ ਚੀਜ਼ਾਂ ਨੂੰ ਲੈ ਕੇ ਤੁਸੀਂ ਐਵੇਂ ਗੰਧਲਾ ਨਾ ਕਰੋ ਇਹਨੂੰ ਜੇ ਕੋ ਬੰਦਾ ਉਹਨੂੰ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਜਾਂ ਕਿਸੇ ਧਰਮ ਨੂੰ ਠੀਕ ਆ ਜਿਹੜੀ ਜਿਹੜੀ ਆਪਣੀ ਉਹਦੀ ਸੋਚ ਆ ਜੋ ਆਪ ਕਰਨਾ ਚਾਹੁੰਦਾ ਆ ਹਾਂਜੀ ਹਨਾ ਉਹਦੇ ਲਈ ਵਰਤ ਰਿਹਾ ਆ ਤੇ ਬਹੁਤ ਵੱਡਾ ਧੱਕਾ ਆ ਸਾਡੇ ਲਈ ਇਹ ਇਹ ਬੜੀ ਆਪਣੇ ਆਪ ਚ ਸ਼ਰਮ ਦੀ ਗੱਲ ਆ ਵੀ ਸਾਡੇ ਹੁੰਦਿਆਂ ਕੋਈ ਗੁਰੂ ਨਾਨਕ ਪਾਤਸ਼ਾਹ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਧੱਕਾ ਕਰੇ ਉਹਨਾਂ ਦੇ ਹੁੰਦਿਆਂ ਕੋਈ ਬੰਦਾ ਪੰਜਾਬ ਦੇ ਵਿੱਚ ਆ ਕੇ ਯਾਨੀ ਸਿੱਖਾਂ ਦੇ ਵਿੱਚ ਆ ਕੇ ਹਨਾ ਕਿਸੇ ਹੋਰ ਦੀ ਗੱਲ ਕਰਕੇ ਕਿਸੇ ਹੋਰ ਦੇ ਨਾਂ ਹੇਠ ਗੱਲ ਕਰਕੇ ਉਹ ਕਹੇ ਤੇ ਬੜਾ 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 ਲੋੜਾ ਆ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਜਿਹੜਾ ਆ ਉਹ ਰੱਖਿਆ ਸੀਗਾ ਅਤੇ ਮੈਂ ਚਾਹੁੰਦਾ ਸੀ ਵੀ ਜਿਹੜੇ ਬੰਦੇ ਕੋਈ ਇਹਦੇ ਬਾਰੇ ਗੱਲ ਕਰਨੀ ਚਾਹੁੰਦੇ ਆ ਉਹ ਜ਼ਰੂਰ ਹੁਣ ਬ੍ਰੇਕ ਅਸੀਂ ਲੈਣੀ ਆ ਜੀ ਬ੍ਰੇਕ ਤੋਂ ਪਹਿਲਾਂ ਸਾਡੇ ਨਾਲ ਇੱਕ ਹੋਰ ਸਰੋਤੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਭਾਜੀ ਲਖਵੀਰ ਸਿੰਘ ਬੋਲ ਰਹੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਰਜਨੀਸ਼ ਬਾਰੇ ਕਰਨੀ ਸੀ ਦੋ ਕੁ ਮਿੰਟ ਗੱਲ ਕਰ ਸਕਦੇ ਕਰੋ ਕਰੋ ਜੀ ਕਰੋ ਰਜਨੀਸ਼ ਨੂੰ ਤਾਂ ਅਸੀਂ ਬਾਹਾਂ ਫਲਾ ਕੇ ਲੈਣੇ ਆ ਹਾਂਜੀ ਉਹ ਗੱਲ ਕਰ ਰਹੇ ਸੀਗੇ ਨਾ ਤੁਸੀਂ ਵੀ ਔਰਤ ਦੇ ਮਤਲਬ ਮਰਦ ਬਾਰੇ ਵੀ ਇਹ ਮੈਡੀਟੇਸ਼ਨ ਬਾਰੇ ਮੈਂ ਵੀ ਕਾਫੀ ਪੜ੍ਹਿਆ ਭਾਜੀ ਤੇ ਥੋੜਾ ਜਿਹਾ ਚਿਰ ਪਹਿਲਾਂ ਨਾ ਆਪਣੇ ਕਾਫੀ ਵੀਰ ਜਦੋਂ ਇਹਦੀਆਂ ਕੋਟੇਸ਼ਨਾਂ ਪਾਉਣ ਲੱਗੇ ਆ ਵੀ ਮਤਲਬ ਪੜ੍ਹਦਾ ਮੈਂ ਵੀ ਰਿਹਾ ਕਾਫੀ ਇਹਨੂੰ ਪੜ੍ਹਿਆ ਪਰ ਮੈਂ ਉਦੋਂ ਸੋਚ ਰਹੀ ਇੱਕ ਆਪਣਾ ਫਰੈਂਡ ਆ ਮੇਰਾ ਰਾਜਵਿੰਦਰ ਮੈਂ ਉਹਦੇ ਨਾਲ ਵੀ ਗੱਲ ਕਰਦਾ ਮੈਂ ਕਿਹਾ ਇਹ ਗੁਰੂ ਨਾਨਕ ਦੇ ਫਲਸਫੇ ਤੇ ਜਿਹੜਾ ਆਪਾਂ ਲਹਿਰ ਨੂੰ ਲੈ ਕੇ ਗਾਂਹ ਚੱਲੇ ਆ ਵੀ ਜਿਹੜੀ ਆਪਾਂ ਗੱਲ ਕਰ ਰਹੇ ਨੇ ਉਹਦੇ ਤੇ ਪੂਰਾ ਨੀ ਉਤਰਨਾ ਵੀ ਇਹਦੀਆਂ ਮਤਲਬ ਆਪਦੀ ਫਿਲੋਸਫੀ ਆ ਠੀਕ ਹੈ ਉਹਦੀਆਂ ਇੱਕ ਮਤਲਬ ਇੱਕ ਪਾਤਰ ਬਣਾ ਕੇ ਇਹ ਉਹਦੀਆਂ ਸਟੋਰੀਆਂ ਸੁਣਾਉਂਦਾ ਵਾ ਹਾਸਾ ਮਜ਼ਾਕ ਜਾਂ ਲੋਕਾਂ ਦਾ ਐਂਟਰਟੇਨਮੈਂਟ ਕਹਿ ਲਓ ਜਾਂ ਇਹਨੇ ਜ਼ਿਆਦਾਤਰ ਨਾ ਜਿਹੜੇ ਹਿੰਦੂ ਦੇਵੀ ਦੇਵਤੇ ਆ ਉਹਨਾਂ ਨੂੰ ਕੱਟਿਆ ਵੀ ਆ ਤੇ ਕਾਫੀ ਮਤਲਬ ਜਿਵੇਂ ਕ੍ਰਿਸ਼ਨ ਆ ਰਾਮ ਨੂੰ ਇਹਨਾਂ ਨੇ ਮਤਲਬ ਥੋੜਾ ਜਿਹਾ ਸੀਗਾ ਵੀ ਰਾਮ ਦੀ ਵੀ ਗੱਲ ਕਰੀ ਆ ਵੀ ਉਹਨੂੰ ਕਹਿੰਦਾ ਵੀ ਇਹ ਉਹਦੇ ਤੇ ਵਿਸ਼ਵਾਸ ਨੀ ਕਰਦਾ ਸੀਤਾ ਤੇ ਮਤਲਬ ਕਾਫੀ ਉਹਨਾਂ ਨੂੰ ਕੱਟਦਾ ਰਿਹਾ ਤੇ ਇੱਥੇ ਆਪਣਾ ਹੁਣ ਆ ਜਾਂਦੀ ਹੈ ਗੱਲ ਜਿਵੇਂ ਆਪਾਂ ਕਹਿੰਦੇ ਦੁਸ਼ਮਣ ਦਾ ਦੁਸ਼ਮਣ ਦੋਸਤ ਆਪਣੇ ਵਾਲੇ ਬੰਦਾ ਇੱਕ ਪਿੱਛੇ ਜੇ ਆ ਰਿਹਾ ਸੀ ਆਪਣਾ ਵਿਰੋਧੀ ਉਹ ਕਹਿੰਦੇ ਦੁਸ਼ਮਣ ਦਾ ਦੁਸ਼ਮਣ ਮਤਲਬ ਦੁਸ਼ਮਣ ਹੀ ਉਹ ਚੱਕਰ ਆ ਵੀ ਆਪਣੇ ਵਾਲਿਆਂ ਨੇ ਸੁਣੀਆਂ ਕਾਫੀ ਬੰਦੇ ਤਾਂ ਆਪਣੇ ਸਿੱਖ ਤਾਂ ਪ੍ਰਭਾਵਿਤ ਹੋ ਜਾਂਦੇ ਆ ਵੀ ਹਿੰਦੂਆਂ ਦੀ ਗੱਲ ਕਰਦਾ ਉਹਨਾਂ ਨੂੰ ਕੱਟ ਰਿਹਾ ਪਰ ਮੈਂ ਦੱਸਣਾ ਚਾਹੁੰਦਾ ਭਾਜੀ ਰਜਨੀਸ਼ ਉਹ ਬੰਦਾ ਸੀਗਾ ਵੀ ਜਿਹੜਾ ਭਗਵਤਾ ਨੂੰ ਭਗਵਾਨ ਨੂੰ ਕੱਟਣ ਤੋਂ ਬਾਅਦ ਖੁਦ ਭਗਵਾਨ ਕਹਾਇਆ ਜਿਹਨੇ ਭਗਵਾਨ ਰਜਨੀਸ਼ ਬਣਿਆ ਉਹ ਪਰ ਭਗਵਤਾ ਨੂੰ ਕੱਟਦਾ ਸੀਗਾ ਉਹ ਨਹੀਂ ਨਹੀਂ ਉਹਦੇ ਵਿੱਚ ਵੀ ਨਾ ਉਹਨੇ ਉਹਨੂੰ ਬਹੁਤ ਜਗ੍ਹਾ ਤੇ ਇਹ ਗੱਲ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਰਾਮ ਕ੍ਰਿਸ਼ਨ ਉਹ ਜੋ ਵੀ ਹੋਏ ਆ ਨਾ ਉਹ ਆਪਣੇ ਆਪ ਚ ਉਹ ਆਪਣੇ ਆਪ ਚ ਮਹਾਨ ਲੋਕ ਸੀਗੇ ਪਰ ਪੁਜਾਰੀ ਨੇ ਆਪਣੀ ਦੁਕਾਨ ਦੇ ਲਈ ਉਹਨਾਂ ਨੂੰ ਬਦਨਾਮ ਕੀਤਾ ਹਾਂਜੀ ਹਾਂਜੀ ਭਾਜੀ ਇੱਕ ਮੈਂ ਨਾ ਗੱਲ ਕਰਨੀ ਸੀਗੀ ਇਹਦੀ ਨਾ ਇੱਕ ਆਪਦੀ ਜਿਹੜੀ ਬਾਇਓਗ੍ਰਾਫੀ ਕਹਿ ਲੋ ਵੀ ਇਹਨੇ ਇੱਕ ਲੇਖ ਲਿਖਿਆ ਸੀਗਾ ਹਾਂਜੀ ਤੇ ਇਹਦਾ ਮੈਗਜ਼ੀਨ ਆਉਂਦਾ ਭਾਜੀ ਇੱਕ ਓਸ਼ੋ ਵਰਲਡ ਦੇ ਨਾਂ ਤੇ ਆਉਂਦੀ ਆ ਮੈਗਜ਼ੀਨ ਉਹ 70-80 ਰੁਪਏ ਦੀ ਹੁੰਦੀ ਆ ਮੈਂ ਕਾਫੀ ਪਹਿਲਾਂ ਪੜ੍ਹਦਾ ਰਿਹਾ ਤੇ ਤਕਰੀਬਨ ਜਦੋਂ ਭਾਈ ਸਾਹਿਬ ਨੂੰ ਸੁਣਨ ਲੱਗਿਆ ਉਦੋਂ ਫਿਰ ਇੱਧਰ ਨੂੰ ਮਤਲਬ ਪਤਾ ਲੱਗਿਆ ਵੀ ਅਸਲ ਅਸੀਂ ਕਰਨਾ ਕੀ ਆ ਹੌਲੀ ਹੌਲੀ ਸਟੈਪ ਬਾਈ ਸਟੈਪ ਚਲੋ ਆਪਾਂ ਚੱਲਦੇ ਮੈਂ ਵੀ ਕਿਸੇ ਟਾਈਮ ਇਹ ਕਹਿੰਦਾ ਸੀਗਾ ਵੀ ਉਦੋਂ ਉੱਤੇ ਕੁਛ ਹੈ ਹੀ ਨਹੀਂ ਤੇ ਇਹਨੇ ਨਾ ਇੱਕ ਸਟੋਰੀ ਲਿਖੀ ਭਾਜੀ ਆਪਦੇ ਤੇ ਕਹਿੰਦਾ ਵੀ ਮੈਂ ਇੱਕ ਅਭਿਆਸ ਕਰਦਾ ਸੀਗਾ ਵੀ ਮੈਂ ਆਪਦੇ ਆਪ ਦੇ ਵਿੱਚੋਂ ਨਾ ਬੋਡੀ ਚੋਂ ਆਤਮਾ ਨੂੰ ਬਾਹਰ ਕੱਢਣ ਦਾ ਅਭਿਆਸ ਕਰਦਾ ਹੁੰਦੇ ਕਹਿੰਦਾ ਮੈਂ ਇੱਕ ਦਰਖਤ ਤੇ ਬੈਠਾ ਸੀਗਾ ਕਾਫੀ ਉੱਚੇ ਤੇ ਹਾਂਜੀ ਕਹਿੰਦਾ ਜਦੋਂ ਮੈਂ ਦਰਖਤ ਤੇ ਬੈਠਾ ਬੈਠਾ ਮਤਲਬ ਮੈਨੂੰ ਨੀਂਦ ਆਉਣ ਲੱਗੀ ਤਾਂ ਮੈਂ ਥੱਲੇ ਗਿਰ ਗਿਆ ਤੇ ਮੈਂ ਇਹ ਦੇਖ ਰਿਹਾ ਵੀ ਇੱਕ ਚਾਂਦੀ ਦੀ ਜਿਹੜੀ ਸਿਲਵਰ ਕੋਰਡ ਟਾਈਪ ਮੇਰੀ ਨਾਭੀ ਤੋਂ ਇੱਕ ਜੁੜ ਕੇ ਤਾਰ ਜੁੜੀ ਹੋਈ ਹੈ ਤੇ ਮੇਰੀ ਬੋਡੀ ਥੱਲੇ ਗਿਰੀ ਪਈ ਆ ਤੇ ਕਹਿੰਦਾ ਮੈਂ ਕਾਫੀ ਟਾਈਮ ਕੋਸ਼ਿਸ਼ ਕਰਦਾ ਰਿਹਾ ਵੀ ਮੈਂ ਇਹਦੇ ਵਿੱਚ ਐਂਟਰ ਕਿਵੇਂ ਕਰਾਂ ਵੀ ਮੇਰੇ ਤੋਂ ਐਂਟਰ ਨਹੀਂ ਕਰ ਰਿਹਾ ਸੀਗਾ ਵੀ ਐਂਟਰ ਕਰ ਨਹੀਂ ਪਾ ਰਿਹਾ ਸੀ ਕਹਿੰਦਾ ਵੀ ਇੱਕ ਦੋ ਲੇਡੀਜ਼ ਨਿੰਗੀਆਂ ਤੇ ਉਹ ਪੱਠੇ ਪੁੱਠੇ ਲੈ ਕੇ ਜਾਂ ਲੱਕੜੀਆਂ ਜੰਗਲ ਚੋਂ ਇਕੱਠੇ ਕਰਕੇ ਕੁਛ ਆ ਰਹੀਆਂ ਸੀ ਉਹਨੇ ਲਿਖਿਆ ਵੀ ਮੇਰੇ ਕੋਲ ਦੀ ਲੰਘੀਆਂ ਤਾਂ
ਉਹਨਾਂ ਨੇ ਸੋਚਿਆ ਵੀ ਕੋਈ ਵੀ ਸ਼ਰਾਬ ਪੀ ਕੇ ਸ਼ਰਾਬੀ ਗਿਰਿਆ ਹੋਇਆ ਵੀ ਇਹਨੂੰ ਦੇਖੀਏ ਵੀ ਉੱਠ ਖੜੇ ਜੇ। ਤੇ ਉਹਨਾਂ ਨੇ ਜਦੋਂ ਨਾ ਲੇਡੀਜ਼ ਨੇ ਇਹਨੂੰ ਟੱਚ ਕਰਿਆ ਕਹਿੰਦਾ ਮੈਂ ਇੱਕਦਮ ਐਂਟਰ ਕਰ ਗਿਆ ਤੇ ਉਦੋਂ ਬਾਅਦ ਕਹਿੰਦਾ ਵੀ ਫਿਰ ਇਹ ਆਪਦੀ ਮਤਲਬ ਇੱਕ ਬੁੱਕ ਚ ਲਿਖਦਾ ਤੰਤਰ ਸੂਤਰ ਏਦਾਂ ਦੀ ਇਹਦੀ ਕਿਤਾਬ ਆ ਜੀ ਇੱਕ ਤਾਂਤਰਿਕਾਂ ਦੇ ਉੱਤੇ ਇਹਨੇ ਲਿਖੀ ਸੀ ਕਹਿੰਦਾ ਵੀ ਲੋਕਾਂ ਨੂੰ ਤਾਂਤਰਿਕ ਵਧੀਆ ਨੀ ਲੱਗਦੇ ਸੀਗੇ ਕਿਉਂਕਿ ਉਹ ਕੁਆਰੀਆਂ ਔਰਤਾਂ ਕੋਲੇ ਰੱਖਦੇ ਸੀ ਵੀ ਆਪਣਾ ਜਿਹੜਾ ਇਹ ਇੰਡੀਅਨ ਮੈਂਟੈਲਿਟੀ ਇਹਨਾਂ ਦੇ ਸਮਝ ਨੀ ਲੱਗਦੀਆਂ ਇਹੋ ਜਿਹੀਆਂ ਗੱਲਾਂ ਵੀ ਇਹਨਾਂ ਨੇ ਤਾਂਤਰਿਕਾਂ ਦੇ ਜਿਹੜੇ ਮੱਠ ਸੀਗੇ ਉਹ ਸਾਰੇ ਤੋੜ ਤੋੜ ਦਿੱਤੇ ਪਰ ਕਹਿੰਦਾ ਵੀ ਤਾਂਤਰਿਕ ਤਾਂ ਔਰਤ ਰੱਖਦੇ ਸੀਗੇ ਵੀ ਉਹ ਆਪਦੀਆਂ ਯੋਗ ਸਾਧਨਾਵਾਂ ਕਰਦੇ ਸੀ ਤੇ ਜਦੋਂ ਉਹ ਸਰੀਰ ਚੋਂ ਬਾਹਰ ਨਿਕਲਦੀ ਸੀ ਉਹਨਾਂ ਨੂੰ ਕੁਆਰੀ ਕੰਨਿਆਂ ਦੀ ਲੋੜ ਪੈਂਦੀ ਸੀਗੀ ਵੀ ਸਰੀਰ ਚ ਦੁਬਾਰਾ ਐਂਟਰ ਕਰ ਤੇ ਮਤਲਬ ਇਹਨੇ ਉਹਦੇ ਤੇ ਲਿਖਿਆ। ਦੂਜਾ ਜਿਹੜੀ ਉਹ ਭਾਈ ਸਾਹਿਬ ਆਏ ਸੀ ਪਹਿਲਾਂ ਮਤਲਬ ਕਹਿੰਦੇ ਸੀਗੇ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਨੀ ਲਿਖਿਆ, ਇਹਨਾਂ ਨੇ ਕਬੀਰ ਸਾਹਿਬ ਤੇ ਲਿਖਿਆ, ਪਰ ਉਹ ਜਿਹੜੀ ਇਹ ਗੱਲ ਕਰ ਰਿਹਾ ਕਬੀਰ ਸਾਹਿਬ ਦੀ ਬਾਣੀ ਉਹ ਬਾਣੀ ਚ ਦਰਜ ਨੀ ਹੈ, ਬਹੁਤ ਘੱਟ ਗੱਲ ਕਰ ਰਿਹਾ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਦਰਜ ਆ ਜੀ। ਉਹ ਨਹੀਂ ਨੇ ਉਹ ਰਵਿਦਾਸ ਜੀ ਦੇ ਉੱਤੇ ਕਬੀਰ ਜੀ ਦੇ ਉੱਤੇ ਜੋ ਵੀ ਬੋਲਿਆ ਨਾ ਉਹਨੇ ਆਈਡੀਓਲੋਜੀ ਆਪਣੀ ਦਿੱਤੀ, ਜੋ ਆਪਣੀ ਜੋ ਲੈ ਕੇ ਜਾਣੀ ਚਾਹੁੰਦਾ ਹੈ ਨਾ ਗੱਲ ਜਿੱਥੇ ਨੂੰ ਹਨਾ ਉੱਥੇ ਲੈ ਕੇ, ਇਹਨਾਂ ਨੂੰ ਸਿਰਫ ਪੌੜੀ ਬਣਾ ਰਿਹਾ, ਬਹਾਨਾ ਬਣਾ ਰਿਹਾ, ਨਾ ਵਰਤ ਰਿਹਾ, ਨਾ ਵਰਤ ਰਿਹਾ। ਹਾਂਜੀ, ਫਰੀਦ ਸਾਹਿਬ, ਕਬੀਰ ਸਾਹਿਬ, ਮੀਰਾ ਤੇ ਲਾਉਤਸੇ ਤੇ ਮਤਲਬ ਕਾਫੀ ਚੀਜ਼ਾਂ ਦੇ ਉੱਤੇ ਇਹਨੇ ਸਕਰਾਤ ਦੇ ਉੱਤੇ ਲਿਖੀ ਆ, ਕਾਫੀ ਚੀਜ਼ਾਂ ਦੇ ਉੱਤੇ ਬੰਦਿਆਂ ਤੇ ਲਿਖੀ ਆ। ਠੀਕ ਆ, ਉਹ ਸਟੋਰੀ ਪੜ੍ਹਨ ਨੂੰ ਇੱਕ ਲਾ ਲਓ ਵੀ ਇਹਦਾ ਇੱਕ ਪਾਤਰ ਬਣਾਇਆ ਹੋਇਆ ਆ ਮੁੱਲਾ ਨਸਰੂਦੀਨ, ਉਹਦੇ ਨਾਂ ਦੇ ਉੱਤੇ ਬਹੁਤ ਮਤਲਬ ਸੈਕਸੁਅਲ ਕਹਾਣੀਆਂ ਜਾਂ ਸਟੋਰੀਆਂ ਘੜ ਘੜ ਕੇ ਔਰਤ ਮਰਦ ਦੀਆਂ ਗੱਲਾਂ ਕਰਕੇ ਮਤਲਬ ਕਾਫੀ ਕੁਛ ਸੀਗਾ ਭਾਜੀ। ਪਰ ਮੈਨੂੰ ਇਹ ਲੱਗਦਾ ਸੀਗਾ ਜਿੱਦਣ ਆਪਣੀ ਇਹ ਗੱਲ ਚੱਲੀ ਆ ਨਾ ਸੇਮ, ਮਤਲਬ ਮੈਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਮਿਸ਼ਨਰੀਆਂ ਦਾ ਗਰੁੱਪ ਬਣਾਇਆ ਵਿਚਿੱਤਰੀ ਅਸ਼ਲੀਲ ਕੂੜ ਕਿਤਾਬ ਗ੍ਰੰਥ, ਏਦਾਂ ਕੋਈ ਗਰੁੱਪ ਚ ਮੈਨੂੰ ਕਿਸੇ ਨੇ ਐਡ ਕਰਿਆ ਸੀਗਾ। ਹਾਂਜੀ, ਉਸ ਵਕਤ ਨਾ ਮੈਂ ਦਸਮ ਗ੍ਰੰਥ ਨੂੰ ਮੈਂ ਨਵਾਂ ਨਵਾਂ ਮਤਲਬ ਪੌੜ ਲਈ, ਮੈਨੂੰ ਇਹ ਹੁੰਦਾ ਸੀ ਵੀ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੀਏ, ਮਤਲਬ ਵੀ ਉਹ ਪੜ੍ਹਨੀ ਆ ਵੀ ਕਹਿੰਦੇ ਵੀ ਮਹਿੰਗੀ ਬਾਣੀ ਆ ਕਹਿ ਲਓ ਵੀ ਆਪਾਂ, ਮੈਨੂੰ ਕਾਫੀ ਇੰਟਰਸਟ ਹੁੰਦਾ ਸੀ ਤੇ ਮੈਂ ਉਹਨਾਂ ਨਾਲ, ਉਹਨਾਂ ਨੇ ਮੈਨੂੰ ਗਰੁੱਪ ਚ ਐਡ ਕਰਕੇ ਕੁਛ ਕੁ ਸਵਾਲ ਕਰੇ ਤੇ ਮੈਨੂੰ ਪਤਾ ਨੀ ਸੀ ਦਸਮ ਗ੍ਰੰਥ ਕੀ ਆ ਜੀ। ਮੈਂ ਕਮ ਸੇ ਕਮ 600-700 ਪੰਨਾ ਪੜ੍ਹਤਾ ਜੀ 15-20 ਦਿਨਾਂ ਦੇ ਵਿੱਚ ਵਿੱਚ, ਜਾਣੀ ਲੱਗ ਗਿਆ ਰਿਹਾ ਛੱਡ ਕੇ ਗਾਂਹ ਚਲਿਆ ਗਿਆ ਗਾਂਹ ਚਲਿਆ, ਜਾਣੀ ਕਾਫੀ ਇੰਟਰਸਟ ਨਾਲ ਮੈਂ ਕਾਫੀ ਡੀਪਲੀ ਪੜ੍ਹਿਆ ਉਹਨੂੰ ਤੇ ਮੈਨੂੰ ਲੱਭਿਆ ਨੀ ਕੁਛ। ਚਲੋ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਗਲਤ ਸੀਗਾ, ਇੱਦਾਂ ਹੀ ਜਿੱਦਣ ਤੋਂ ਆਪਣੇ ਬੰਦੇ ਇਹ ਕੋਟੇਸ਼ਨਾਂ ਪਾਉਣ ਲੱਗਿਆ ਮੈਂ ਇਹਨੂੰ ਪੜ੍ਹਨ ਲੱਗਿਆ, ਮੈਂ ਕਿਹਾ ਕੁਛ ਤਾਂ ਵਧੀਆ ਹੋਊਗਾ, ਪਰ ਭਾਜੀ ਉਹ ਚੀਜ਼ ਲੱਭ ਨੀ ਪਾ ਰਹੀ ਜਿਹਦੇ ਨਾਲ ਆਪਾਂ ਇੱਕ ਸਮਾਜ ਦੇ ਵਿੱਚ ਇੱਕ ਵਧੀਆ ਸਮਾਜ ਦੀ ਨੀਂਹ ਰੱਖ ਦੀਏ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਆ। ਉਹ ਜਾਣੀ ਨਾ ਟਾਈਮ ਪਾਸ ਕਰਨ ਲਈ, ਸਵਾਦ ਲੈਣ ਲਈ ਇਦਾਂ ਵਧੀਆ ਆ। ਹਾਂਜੀ 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 ਹਨਾ। ਤੇ ਜਿਹੜੀ ਉਹ ਭਾਜੀ ਗੱਲ ਕਹਿੰਦੇ ਸੀਗੇ, ਭਾਜੀ ਮੈਂ ਜ਼ਿਆਦਾ ਟਾਈਮ ਤਾਂ ਨੀ ਲੈ ਰਿਹਾ। ਨਹੀਂ ਕੋਈ ਨੀ, ਸਾਡੇ ਨਾਲ ਸਰੋਤ ਤੁਸੀਂ ਇਦਾਂ ਕਰੋ ਫੇਰ ਹੋਲਡ ਰੱਖੋ ਮੜ ਜੇ 107 ਦੇ ਸਰੋਤੇ, ਉਹਨਾਂ ਦੀ ਪਹਿਲਾਂ ਗੱਲ ਸੁਣ ਲਈਏ। ਸਵਾਗਤ ਹੈ ਜੀ ਤੁਹਾਡਾ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚਲੋ ਵੀ ਰੱਬ ਕਰਦਾ ਸੀ ਗੱਲ, ਮੈਂ ਤਾਂ ਫੋਨ ਲਾਇਆ, ਮੈਂ ਕਿਹਾ ਜਿਨ੍ਹਾਂ ਨੂੰ ਹੁਣ ਦੁੱਖ ਲੱਗਾ ਉਸਾ ਕਰਕੇ ਹੁਣ ਫੋਨ ਲਾਉਣ ਦਾ ਉੱਥੇ ਪੋਸਟਾਂ ਦੇ ਵਿੱਚ ਪਿੱਟਣ ਡਏ ਆ। ਨਹੀਂ ਨਹੀਂ, ਮੈਂ ਤਾਂ ਉਹੀ, ਮੈਂ ਤਾਂ ਅੱਜ ਟਾਈਮ ਹੀ ਨਾ ਕਰਕੇ ਰੱਖਿਆ ਸੀ ਵੀ ਜਿੰਨੇ 3-4 ਵੀਰ ਆਪਣੇ ਜਿਹੜੇ ਆਪਣੇ ਹੈਗੇ ਆ, ਕਿਉਂਕਿ ਮੈਂ ਨੀ ਚਾਹੁੰਦਾ ਵੀ ਸਾਨੂੰ ਰਲਗੱਡ ਕੋਈ ਰੇਡੀਓ ਵਿਰਸੇ ਨੂੰ ਕੋਈ ਇਦਾਂ ਰਲਗੱਡ ਕਰੀ ਜਾਵੇ। ਸਾਨੂੰ ਪਰਵਾਹ ਨੀ ਟਕਸਾਲੀਆਂ ਦੀ ਚਾਹੇ ਜਥੇਦਾਰਾਂ ਦੀ, ਅਸੀਂ ਤਾਂ ਕਿਸੇ ਨੂੰ ਛਿੱਤਰ ਦੀ ਨੋਕ ਤੇ ਨਾ ਜਾਣੀਏ। ਬਿਲਕੁਲ ਜੀ ਬਿਲਕੁਲ। ਪਰ ਸਾਡੇ ਆਪਣੇ ਲਈ ਮੋਰਲ ਲਈ ਸਾਨੂੰ ਇਹ ਗਵਾਰਾ ਨਹੀਂ ਹੈਗਾ ਵੀ ਗੱਲ, ਕਿਉਂਕਿ ਜਿਸ ਪੱਧਰ ਤੇ ਜਿੱਥੇ ਗੱਲ ਇਸ ਵੇਲੇ ਭਾਈ ਰਣਜੀਤ ਸਿੰਘ ਹੁਣਾਂ ਨੇ ਪਹੁੰਚਾ ਦਿੱਤੀ ਆ ਨਾ ਗੱਲ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਦੀ, ਉਹ ਤਾਂ ਤੁਸੀਂ ਸੁਪਨਾ ਵੀ ਨਹੀਂ ਲੈ ਸਕਦੇ ਕਿਸੇ ਸਕਾਲਰ ਨੂੰ ਜਾਣੀ। ਹੁਣ ਰਜਨੀਸ਼ ਵਰਗਾ ਬੰਦਾ ਕਿੱਥੇ ਖੜ ਜਾਊਗਾ ਉਹਨਾਂ ਗੱਲਾਂ ਦੇ ਉੱਤੇ? ਉਹ ਕੁਝ ਬਣਾ ਰਹੇ ਆ ਨਾ। ਬਿਲਕੁਲ ਜੀ, ਉਹ ਜਿੱਦਾਂ ਕੋਟੇਸ਼ਨਾਂ ਜੀ ਕਰਦੇ ਹੁਣ ਤੁਸੀਂ ਕਿਹਾ ਸੀ ਤਾਂ ਫੋਨ ਲਾ ਲਓ। ਹੁਣ ਮੈਂ ਫੋਟੋ ਵੀ ਭੇਜੀ ਤੁਹਾਨੂੰ, ਹੁਣ ਹਾਏ ਹਾਏ ਮੈਂ ਲੁੱਟ ਗਿਆ ਮਰ ਗਿਆ ਕਹਿੰਦੇ ਆ ਵੀ ਮੈਨੂੰ ਅਨਫ੍ਰੈਂਡ ਕਰਦਾ ਕੋਈ, ਕਹਿੰਦਾ ਵੀ ਅਸੀਂ ਉਹਨਾਂ ਗੱਲ ਕਰਾਂਗੇ। ਹੁਣ ਫੋਨ ਲਾ ਲਓ ਤੇ ਚੱਲ ਬੰਦੇ ਆਪਣੇ ਆ, ਤੁਹਾਡੇ ਕਿਹੜਾ ਗੋਲੀ ਮਾਰਨੀ, ਗੱਲ ਕਰੋ ਦੱਸੋ ਕੀ ਚੰਗਾ ਉਹਦੇ ਵਿੱਚ। ਨਹੀਂ ਨਹੀਂ, ਮੈਨੂੰ ਪਤਾ ਲੱਗੇ ਆਪਣਾ ਸੁਖਜਿੰਦਰ ਲੌਂਗੋਵਾਲਿਆ ਵੀਰ, ਉਹਨੇ ਵਟਸਐਪ ਤੇ ਮੈਸੇਜ ਕੀਤਾ ਸੀ, ਉਹ ਕਹਿੰਦਾ ਵੀ ਮੈਂ ਜੇ ਤੁਸੀਂ ਚਾਹੁੰਦੇ ਆ ਮੈਨੂੰ ਅਨਫ੍ਰੈਂਡ ਕਰ ਦਿਓ, ਹਾਂਜੀ, ਮੈਂ ਅਕ੍ਰਿਤਕਾ ਨਹੀਂ ਹੋ ਸਕਦਾ। ਮੈਂ ਕਿਹਾ ਠੀਕ ਹੈ, ਤੁਸੀਂ ਇੱਥੇ ਸਾਡੇ ਕੋਲ ਕੀ ਕਰਦੇ, ਤੁਸੀਂ ਵਧੀਆ ਆ। ਵਧੀਆ ਬਿਲਕੁਲ। ਨਹੀਂ ਨਹੀਂ, ਸਾਡਾ ਜਿਹੜਾ ਨਾ ਲੋਹਗੜ੍ਹ ਵਾਲਾ ਵਿਦਵਾਨ ਆ, ਹਾਂਜੀ, ਇੱਥੇ ਇੱਥੇ ਮੇਰੇ ਨਾਲ ਹੀ ਪ੍ਰੋਗਰਾਮ ਕਰਦਾ ਹੁੰਦਾ ਸੀ, ਠੀਕ ਆ। ਜਾਣੀ ਨਾ ਉਹਦੀ ਜਿਹੜੀ ਵਿਦਵਤਾ ਆ ਉਹ ਤੇ ਕੋਈ ਸ਼ੱਕ ਨਹੀਂ ਹੈਗਾ ਉਹਦੀ ਨੌਲੇਜ ਦੇ ਉੱਤੇ,
ਇੰਨੀ ਕੁ ਫਾਈਲ ਦੁਨੀਆਂ ਚ ਕੋਈ ਕਿਸੇ ਗੱਲ ਨੂੰ ਕਰ ਲਾ ਉਹਨੂੰ ਝੱਟ ਪਤਾ ਪਏ ਕਿੱਥੇ ਫਾਈਲ ਪਈ ਏਦਾਂ ਮੈਂ ਪ੍ਰੋਗਰਾਮ ਕਰਦਾ ਜਦੋਂ ਕਿਸੇ ਨੇ ਨਾਂ ਲੈਣਾ ਉਹਨੂੰ ਗੂਗਲ ਤੇ ਝੱਟ ਕੱਢ ਕੇ ਸਾਰੀ ਇਨਫੋਰਮੇਸ਼ਨ ਏਦਾਂ ਏਦਾਂ ਕਰ ਦੇਣੀ ਉਂਗਲਾਂ ਤੇ ਠੀਕ ਹੈ ਜੀ ਠੀਕ ਹੈ ਤੇ ਹਰੇਕ ਗੱਲ ਫਿਰ ਦੂਜੀ ਗੱਲ ਆ ਸਮਝ ਦੇ ਪੱਖੋਂ ਉਹ ਬੰਦੇ ਨੇ ਜਦੋਂ ਨਾ ਇੱਥੇ ਧੁੰਦਾ ਜੀ ਦੀ ਪੇਸ਼ੀ ਹੋਣੀ ਸੀ ਹਾਂਜੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਇਹਨਾਂ ਦੇ ਸਾਰੇ ਗਰੁੱਪ ਦੀਆਂ ਬੱਖੀਆਂ ਭੰਨ ਦਿੱਤੀਆਂ ਆਰਟੀਕਲ ਲਿਖ ਲਿਖ ਕੇ ਠੀਕ ਹੈ ਜੀ ਠੀਕ ਹੈ ਉਹਨੂੰ ਪਤਾ ਆ ਸਾਰੀ ਗੱਲ ਤਾਂ ਦਸਮ ਗ੍ਰੰਥ ਦੇ ਉੱਤੇ ਸਭ ਤੋਂ ਪਹਿਲਾ ਚਰਿੱਤਰ ਉਹਨੇ ਪੜਿਆ ਸੀ ਇੱਥੇ ਠੀਕ ਹੈ ਜੀ ਚਰਿੱਤਰ ਪੜ੍ਹਨਾ ਉਹਨੇ ਇੰਡੀਆ ਗਿਆ ਸੀ ਉੱਥੋਂ ਫੋਨ ਗੁਰਪ੍ਰੀਤ ਆਇਆ ਸੀ ਕੈਲੀਫੋਰਨੀਆ ਵਾਲਾ ਹਾਂਜੀ ਇਹਨੇ ਬਹੁਤ ਗੰਦਾ ਚਰਿੱਤਰ ਸੀ ਜਾਣੀ ਉਹ ਪੜ੍ਹ ਕੇ ਸੁਣਾਇਆ ਇੱਦਾਂ ਠੀਕ ਹੈ ਪਰ ਹੁਣ ਜੁੱਤੀਆਂ ਚੱਟਣ ਲੱਗ ਪਿਆ ਜਾ ਕੇ ਟਕਸਾਲੀਆਂ ਦੀਆਂ ਹੁਣ ਗੱਲ ਗਿਆਨੀਆਂ ਦੀ ਥੋੜਾ ਅਸੀਂ ਗਿਆਨੀ ਨੂੰ ਕੀ ਕਰਨਾ ਮੈਂ ਕਹਿੰਦਾ ਸਾਨੂੰ ਸਾਨੂੰ ਇੰਨੇ ਸਾਲਾਂ ਚ ਜਾਣੀ ਇੰਨੀ ਵਾਰ ਤੋੜਿਆ ਗਿਆ ਠੀਕ ਹੈ ਸਾਨੂੰ ਕੋਈ ਦੱਸੇ ਵੀ ਅਸੀਂ ਉਦਾਂ ਦੀ ਥਾਂ ਤੇ ਕਿਹਦੇ ਕੋਲ ਬਹਿ ਗਿਆ ਕਿਹਦੇ ਨਾਲ ਸਮਝੌਤਾ ਕਰ ਲਿਆ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਬਿਲਕੁਲ ਠੀਕ ਹੈ ਫਿਰ ਅਸੀਂ ਗਿਆਨ ਗਿਆਨ ਥੋੜੀ ਸਾਨੂੰ ਚਾਹੀਦਾ ਸਾਨੂੰ ਤਾਂ ਜੇ ਰਜਨੀਸ਼ ਖੁਦ ਆ ਜਾਏ ਅੱਜ ਮੈਂ ਕਹਿੰਦਾ ਸਿੱਖ ਵਿੱਚ ਤਾਂ ਇੰਨੀ ਹਿੰਮਤ ਹੋਣੀ ਚਾਹੀਦੀ ਆ ਜੇ ਨਾ ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਕੋਈ ਉਹਦੀ ਸਾਰੀ ਤਾਕਤ ਇਕੱਠੀ ਕਰਕੇ ਜਿਹਨੂੰ ਰੱਬ ਕਹਿੰਦੇ ਆ ਕੋਈ ਇਦਾਂ ਦੀ ਤਾਕਤ ਆ ਕੇ ਸਾਹਮਣੇ ਖੜ ਜਾ ਤੁਹਾਡੇ ਹਨਾ ਉਹ ਕਹੇ ਵੀ ਮੰਗ ਕੀ ਕਰ ਮੈਂ ਤੇਰੇ ਲਈ ਕੀ ਕਰਾਂ ਜਾਣ ਹਨਾ ਤੁਹਾਡੇ ਅੰਦਰ ਕੋਨਫੀਡੈਂਸ ਹੋਵੇ ਇੰਨਾ ਇੰਨੀ ਸੰਤੁਸ਼ਟੀ ਹੋਵੇ ਆਪਣੇ ਆਪ ਦੇ ਵਿੱਚ ਤੁਸੀਂ ਕਹੋ ਵੀ ਜਾ ਕੰਮ ਕਰ ਜਾ ਕੇ ਆਪਣਾ ਮੈਨੂੰ ਮੈਨੂੰ ਪਤਾ ਹੈ ਕੀ ਕਰਨਾ ਮੈਂ ਬਿਲਕੁਲ ਏਦਾਂ ਥੋੜੀ ਤੁਸੀਂ ਕਲਾਮ ਹੋਊਗੀ ਹਨਾ ਹਾਂਜੀ ਉਹੀ ਗੱਲ ਬਾਈ ਜਿਹੜਾ ਬੰਦਾ ਹੁਣ ਰੇਡੀਓ ਬਿਰਸੇ ਤੋਂ ਇੰਨੀਆਂ ਗੱਲਾਂ ਹੋਣ ਦੀਆਂ ਦੇ ਬਾਵਜੂਦ ਤੁਹਾਨੂੰ ਕਿ ਹੋਰ ਦੀਆਂ ਕੰਡੀਸ਼ਨਾਂ ਲੈ ਗਏ ਤੇ ਹੁਣ ਤੁਹਾਨੂੰ ਕਿਹਾ ਤੁਸੀਂ ਗੱਲ ਵੀ ਕਰ ਲਓ ਮੇਰਾ ਵੀ ਗੁਆਂਢੀ ਇਹ ਕਹੇਗਾ ਉਹ ਚਾਨੀ ਆ ਹਰਵਿੰਦਰ ਚਾਨੀ ਆ ਉਹ ਵੀ ਲੱਗਾ ਸੀ ਉਹਨੂੰ ਫੋਨ ਕਰ ਲੈਣ ਤਾਂ ਮੁੰਡੇ ਹੈਗੇ ਚਲੋ ਪਤਾ ਨੀ ਨਵੇਂ ਨਵੇਂ ਆ ਤੇ ਫੋਨ ਕਰਕੇ ਦੱਸ ਲੈਣ ਨਾਲੇ ਪਤਾ ਲੱਗ ਜੂ ਸਾਨੂੰ ਵੀ ਕੀ ਚੰਗਾ ਮਾੜਿਆ ਅਸੀਂ ਬਿਲਕੁਲ ਅਸੀਂ ਤਾਂ ਇਹ ਸੁਣਨਾ ਚਾਹੁੰਦੇ ਹਾਂ ਵੀ ਸਾਨੂੰ ਇਹ ਦੱਸੋ ਚੰਗਾ ਕੀ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਅਸੀਂ ਅਸੀਂ ਉਹਦੇ ਚ ਨੁਕਸ ਨਹੀਂ ਕੱਢਣਾ ਸਾਡਾ ਕੰਮ ਨਹੀਂ ਹੈਗਾ ਉਹ ਤੁਸੀਂ ਉਸ ਪਤਨੀ ਬਾਰੇ ਸੋਚ ਕੇ ਦੇਖੋ ਜਿਹੜੀ ਵਿਆਹੀ ਹੋਈ ਔਰਤ ਨੂੰ ਜਾਂ ਵਿਆਹੇ ਹੋਏ ਮਰਦ ਨੂੰ ਜੇ ਵਿਆਹੀ ਹੋਈ ਔਰਤ ਨੂੰ ਕੋਈ ਬੰਦਾ ਕਹਿੰਦਾ ਵੀ ਚੱਲ ਮੇਰੇ ਨਾਲ ਨਾਈਟ ਕਲੱਬ ਚੱਲ ਜੀ ਠੀਕ ਹੈ ਹੁਣ ਚਾਹੀਦਾ ਤਾਂ ਉਹਨੂੰ ਇਹ ਕਹਿਣਾ ਆ ਵੀ ਦੇਖ ਤੂੰ ਸੋਹਣਾ ਆ ਵਧੀਆ ਆ ਬੰਦਾ ਹਨਾ ਪਰ ਮੈਂ ਵਿਆਹੀ ਹੋਈ ਆ ਮੇਰਾ ਪਤੀ ਆ ਘਰੇ ਹਾਂਜੀ ਮੈਂ ਜਾਊਂਗੀ ਤਾਂ ਪਤੀ ਨਾਲ ਜਾਊਂਗੀ ਹਾਂਜੀ ਇਹ ਕਹਿਣ ਦੀ ਬਜਾਏ ਉਹ ਉਹਨੂੰ ਉਹ ਕਹੇ ਵੀ ਤੇਰੇ ਕੋਲ ਟੁੱਟੀ ਹੋ ਜਾਈ ਤਾਂ ਕਾਰ ਆ ਮੈਂ ਤੇਰੇ ਨਾਲ ਕਰਦੀ ਉਹਨੂੰ ਉਹਨੂੰ ਤੁਸੀਂ ਪਤੀ ਵਰਤਾ ਕਹੋਗੇ ਜਾਣੀ ਬਾਅਦ ਚ ਉਹ ਜਾ ਕੇ ਇੰਨਾ ਕਾਰ ਲਿਆ ਨਹੀਂ ਨਹੀਂ ਉਹ ਤਾਂ ਲੈ ਆਵੇ ਪਰ ਬਾਕੀਆਂ ਤੇ ਸਾਨ ਲਾਵੇ ਤੇ ਲੈ ਮੈਨੂੰ ਕਹਿੰਦਾ ਸੀ ਨਾਈਟ ਕਲੱਬ ਚੱਲ ਮੈਂ ਕਿਹਾ ਕੰਮ ਕਰ ਜਾ ਕੇ ਆਪਣਾ ਲਖਵੀਰ ਸਿੰਘ ਜੀ ਹਾਂਜੀ ਭਾਜੀ ਮੈਂ ਕਿਹਾ ਇੱਕ ਨਾ ਭਾਜੀ ਇਹਨਾਂ ਦੀ ਮੈਂ ਜਿਹੜੇ ਇਹ ਦਮਾਲਾ ਸਜਾਉਂਦੇ ਆਪਣੇ ਸਿੰਘ ਵੈਸੇ ਅੱਜ ਕੱਲ ਮੈਂ ਵੀ ਸਜਾਉਣ ਲੱਗ ਗਿਆ ਜੀ ਗੋਲ ਥੋੜਾ ਜਿਹਾ ਸੌਖਾ ਰਹਿੰਦਾ ਵਾ ਜਿਵੇਂ ਕਹਿ ਲੋ ਲਪੇਟਣਾ ਹੀ ਹੁੰਦਾ ਕੱਪੜਾ ਤੇ ਪਰ ਜੇ ਕਿਤੇ ਇਹ ਨਾ ਹੋਵੇ ਭਾਜੀ ਵੀ ਹੁਣ ਹਰਨੇਕ ਸਿੰਘ ਨੇ ਕਹਿਤਾ ਵੀ ਓਸ਼ੋ ਗਲਤ ਤੇ ਟਕਸਾਲੀ ਉਹਦੇ ਹੱਕ ਚ ਭੁਗਤ ਜਾਣ ਉਹਦੇ ਲਈ ਮੈਂ ਇੱਕ ਵੀਡੀਓ ਸ਼ੇਅਰ ਕਰੂੰਗਾ ਉਹ ਪੜ੍ਹ ਲਿਓ ਭਾਈ ਸੁਣ ਲਿਓ ਉਹ ਵੀਡੀਓ ਨੂੰ ਚੰਗੀ ਤਰ੍ਹਾਂ ਉਹਦਾ ਲੇਖ ਵੀ ਆ ਉਹ ਕਹਿੰਦਾ ਵੀ ਮੈਨੂੰ ਨਾ ਜਦੋਂ ਮੈਂ ਗਿਆ ਵਾਂ ਪੜ੍ਹਾਈ ਕਰਨ ਲੱਗਿਆ ਤੇ ਮੈਨੂੰ ਸਕੂਲ ਦੇ ਮਤਲਬ ਸਮੇਂ ਦੇ ਵਿੱਚ ਨਾ ਇਹ ਕਿਹਾ ਜਾਂਦਾ ਸੀ ਵੀ ਤੂੰ ਟੋਪੀ ਪਹਿਨ ਕੇ ਆਇਆ ਕਰ ਕਹਿੰਦਾ ਵੀ ਮੈਂ ਕਹਿੰਦਾ ਸੀਗਾ ਵੀ ਟੋਪੀ ਕਿਉਂ ਕਾਰਨ ਕਹਿੰਦਾ ਵੀ ਮੈਂ ਸ਼ੁਰੂ ਤੋਂ ਹੀ ਕੁਐਸਚਨ ਕਰਦਾ ਆਇਆ ਵਾਂ ਤੇ ਵੀ ਮੈਨੂੰ ਨੀ ਸਮਝ ਲੱਗ ਰਹੀ ਵੀ ਟੋਪੀ ਕਿਉਂ ਪਾਉਣੀ ਆ ਤੇ ਫਿਰ ਉਹ ਉਦੋਂ ਉਦਾਹਰਨ ਦਿੰਦਾ ਕਹਿੰਦਾ ਵੀ ਦੇਖ ਲਓ ਤੁਸੀਂ ਵੀ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਗੋਲ ਗੋਲ ਦਮਾਲੇ ਬਣਾਏ ਸੀਗੇ ਇਹਨਾਂ ਨੇ ਗੋਲ ਦਮਾਲਾ ਕੱਸ ਕੇ ਬੰਨ ਲੈਂਦੇ ਸੀ ਕਹਿੰਦਾ ਵੀ ਤਾਂ ਕਿ ਇਹ ਬਸ ਲੜਨ ਮਰਨ ਦੇ ਜੀ ਬਣੇ ਆ ਤੇ ਜਿੱਧਰ ਨੂੰ ਜਾਣ ਵੀ ਧੂੜਾਂ ਪੱਟਦੇ ਜਾਣ ਤੇ ਕਹਿੰਦਾ ਵੀ ਪੂਰਾ ਦਿਮਾਗ ਇਹਨਾਂ ਦਾ ਬੰਨਿਆ ਜਾਵੇ ਵੀ ਹੋਰ ਕੋਈ ਗੱਲ ਸੋਚਣ ਲਈ ਨਾ ਰਹੇ ਵੀ ਟੈਟ ਕਰਕੇ ਬੰਨ ਲਓ ਕਹਿੰਦੇ ਵੀ ਉਹ ਤੋਂ ਹੀ ਨਿਕਲ ਕੇ ਮਤਲਬ ਟੋਪੀ ਤੋਂ ਹੀ ਮਤਲਬ ਵਿਸਤਾਰ ਹੋਇਆ ਹੋਇਆ ਕਾਫੀ ਕੁਛ ਉਹਨੇ ਲਿਖਿਆ
ਤੇ ਮੈਂ ਐਂਡ ਚ ਗੱਲ ਕਹਿਣੀ ਸੀ ਭਾਜੀ, ਜਿਹੜਾ ਸਿੱਖੀ ਦਾ ਜਿਹੜਾ ਆਪਣਾ ਕੋਨਸੈਪਟ ਆ ਨਾ ਭਾਈ ਸਾਹਿਬ ਵੀ ਦੱਸਦੇ ਵੀ ਸਵਾਲ ਜਵਾਬ ਆ ਗੁਰਬਾਣੀ ਚ, ਇੱਕ ਲੈ ਚ ਨੀ ਆਪਾਂ ਪੜ੍ਹ ਸਕਦੇ ਗੁਰਬਾਣੀ ਨੂੰ, ਵੀ ਗੁਰੂ ਸਾਹਿਬ ਹੀ ਬੋਲ ਰਿਹਾ ਕਿਤੇ ਕੋਈ ਹੋਰ ਵੀ ਬੋਲ ਰਿਹਾ ਵਾ। ਉਹ ਨਹੀਂ ਨਹੀਂ ਉਹ ਤਾਂ ਤੁਹਾਨੂੰ ਤੁਹਾਨੂੰ ਗੱਲ ਜੀ ਜਿਹੜੀ ਨਾ ਦੇਖੋ, ਜੇ ਤੁਹਾਡੇ ਕੋਲ ਕੋਮਨ ਸੈਂਸ ਹੈਗੀ ਆ ਤੇ ਗੱਲ ਇੱਕ ਓਂਕਾਰ ਦੇ ਵਿੱਚ ਪੂਰੀ ਹੋ ਗਈ ਆ, ਕੰਪਲੀਟ ਆ ਬਸ। ਲਾਸਟ ਵੀਕ ਨੀ ਸੀ ਸਟੇਟਸ ਕਹਿੰਦੇ ਇੱਕ ਓਂਕਾਰ ਤੇ ਸਤਿ ਗੁਰ ਪ੍ਰਸਾਦ ਬਸ, ਸੁਰ ਐਂਡ ਸ਼ੁਰੂ ਤੇ ਐਂਡ ਸਾਰਾ ਇਕੱਠਾ ਵੱਜਿਆ ਗਿਆ। ਓਂਕਾਰ ਸਤਨਾਮ ਬੁੱਕ ਆ ਨਾ, ਉਹਦੇ ਵਿੱਚ ਕਹਿੰਦਾ ਆ, ਕਹਿੰਦਾ ਵੀ ਜਿਹੜਾ ਤਿੰਨ ਦਿਨ ਦੇ ਲਈ ਇਹ ਕਹਿੰਦੇ ਆ ਨਾ ਵੀ ਡੁਬਕੀ ਮਾਰੀ ਤੇ ਨਿਕਲੇ ਨੀ, ਉਹ ਡੁਬਕੀ ਆ ਜਿਹੜੀ ਉਹ ਪਰਮਾਤਮਾ ਦੇ ਨਾਲ ਗੱਲਬਾਤ ਚੱਲ ਰਹੀ ਸੀ ਵੀ ਹੁਣ ਦੇਣਾ ਕੀ ਹੈਗਾ ਪਾਤਸ਼ਾਹ। ਇਹ ਉਹਦੇ ਚ ਲਿਖਿਆ ਹੋਇਆ, ਪੜ੍ਹ ਲੈਣ ਜਿਹੜੇ ਵੀਰ ਕਹਿੰਦੇ ਨਾ ਪੜ੍ਹਿਆ ਭਾਜੀ ਮੈਨੂੰ। ਦੇਖੋ ਇੱਕ ਗੱਲ ਜ਼ਰੂਰ ਆ, ਜਿਹੜਾ ਨਾ ਵਿਚਾਰਾਂ ਦਾ ਸੰਗ੍ਰਹਿ ਆ ਸਾਡੇ, ਅਲੱਗ ਅਲੱਗ ਪੁਆਇੰਟ ਬਣੇ ਹੋਏ, ਜਿੱਦਾਂ ਤੁਹਾਡੇ ਲਈ ਮੇਰੇ ਅੰਦਰ ਦਿਲ ਚ ਜਗ੍ਹਾ ਬਣੀ ਆ। ਮੇਰਾ ਪਿੱਛੇ ਜੇ ਰਿਸ਼ਤੇਦਾਰ ਸੀਗਾ ਉਹ ਤੁਹਾਨੂੰ ਕੁਛ ਕਹਿਣ ਲੱਗਿਆ, ਮੈਨੂੰ ਰੋਕਤਾ, ਮੈਂ ਕਿਹਾ ਰੁਕ ਜਾ, ਕਹਿੰਦਾ ਭਾਈ ਸਾਹਿਬ ਸਹੀ ਹੈ ਇਹ ਨੀ ਸਹੀ ਹੈਗੇ, ਜੇ ਤੂੰ ਵਧੀਆ ਕਰਨਾ ਚਾਹੁੰਦਾ ਤੂੰ ਉਹਨਾਂ ਨਾਲ ਖੜ ਕੇ ਨਹੀਂ ਕਰ। ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਜੋ ਸੋਚਦੇ ਹੋ ਵੀ ਮੈਂ ਤੁਹਾਨੂੰ ਚੇਂਜ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਮੈਨੂੰ ਇਹ ਐਡਵਾਈਸ ਨਾ ਦਿਓ ਵੀ ਕੌਣ ਸਹੀ ਆ ਤੇ ਕਿਵੇਂ ਤੂੰ ਸਹੀ ਕਰ ਸਕਦਾ। ਕੱਲ ਨੂੰ ਤੁਸੀਂ ਭਾਈ ਸਾਹਿਬ ਨੂੰ ਵੀ ਕਹੋਗੇ, ਪਰਸੋਂ ਨੂੰ ਮੇਰੇ ਭਰਾ ਨੂੰ ਕਹੋਗੇ, ਤਾਏ ਨੂੰ, ਚਾਚੇ ਨੂੰ, ਡੈਡੀ ਨੂੰ, ਕਿਸੇ ਨੂੰ ਵੀ ਕਹਿ ਸਕਦੇ ਵੀ ਮੈਨੂੰ ਆਪਦੇ ਮਗਰ ਨਾ ਚਲਾਓ। ਮੈਂ ਗੱਲ ਕਹਿਣੀ ਚਾਹੁੰਦਾ ਭਾਜੀ, ਆਪਣੇ ਨਾ ਦਿਲ ਚ ਹੁੰਦਾ ਵਾ ਵੀ ਆਪਾਂ ਕਿਸੇ ਲਈ ਕੋਈ ਮੈਂਟੈਲਿਟੀ ਇੱਕ ਬਣਾ ਕੇ ਰੱਖਿਆ, ਵਿਚਾਰਾਂ ਦਾ ਸੰਗ੍ਰਹਿ ਕਰ ਲਿਆ, ਜਦੋਂ ਉਹ ਟੁੱਟਦਾ ਨਾ ਦਰਦ ਆਉਂਦਾ, ਪਰ ਜੇ ਤੁਹਾਡੇ ਕੋਲ ਵਿਵੇਕ ਹੈਗੀ ਆ ਨਾ ਕਸਵੱਟੀ ਆ, ਫਿਰ ਉਹ ਟੁੱਟ ਜਾਣਾ ਚਾਹੀਦਾ। ਹੁਣ ਆਪਣੇ ਜਿਹੜੇ ਵੀਰ ਤੜਫਦੇ ਹੋਣਗੇ ਉਹਨਾਂ ਤੋਂ ਤੋੜ ਨਹੀਂ ਹੋ ਰਿਹਾ, ਕਿਉਂਕਿ ਵਿਵੇਕ ਲਾ ਨਹੀਂ ਪਾ ਰਹੇ, ਤਾਂ ਉਹਨਾਂ ਦੀ ਪ੍ਰੋਬਲਮ ਆ, ਪ੍ਰੋਬਲਮ ਹਰਨੇਕ ਸਿੰਘ ਦੀ ਨਹੀਂ ਹੈਗੀ ਇਹ। ਨਹੀਂ ਨਹੀਂ ਉਹ ਤਾਂ ਹੁਣ ਅਗਲੇ ਦੀ ਵੀ ਹੈਗੀ ਨਾ, ਜੇ ਉਹ ਸਾਡੀਆਂ ਗੱਲਾਂ ਦੇ ਆਪਣੇ ਗਲਤ ਅਰਥ ਕੱਢ ਕੇ ਆਪਣੇ ਨਾਲ ਜੋੜ ਗਏ, ਜੇ ਉਹਨਾਂ ਨੂੰ ਇਹ ਲੱਗਿਆ ਵੀ ਜਿੱਦਾਂ ਰਜਨੀਸ਼ ਗੱਲ ਕਰਦਾ ਉਦਾਂ ਰੇਡੀਓ ਵਾਲੇ ਕਰਦੇ ਆ, ਇਹ ਭੁਲੇਖਾ ਆ ਭਾਈ ਉਹਨਾਂ ਦਾ, ਠੀਕ ਹੈ। ਅਸੀਂ ਕਿਸੇ ਸੈਲੀਬ੍ਰਿਟੀ ਨੂੰ ਫੋਲੋ ਨਹੀਂ ਕਰਦੇ, ਅਸੀਂ ਨਹੀਂ ਬਣਨਾ ਚਾਹੁੰਦੇ ਕਿਸੇ ਵਰਗਾ, ਠੀਕ ਹੈ, ਅਸੀਂ ਤਾਂ ਜਿੱਦਾਂ ਦੇ ਹੈਗੇ ਆ ਆਪਣੇ, ਹਰਨੇਕ ਤਾਂ ਹਰਨੇਕ ਵਰਗਾ ਹੀ ਆ ਬਸ। ਯਾ ਮੈਨੂੰ ਵੀ ਭਾਜੀ ਕੁਛ ਨਾ ਕੁਛ ਵਧੀਆ ਲੱਗਦੇ, ਮੈਂ ਕਈ ਵਾਰ ਵਟਸਐਪ ਤੇ ਉਹਦੀ ਫੋਟੋ ਵੀ ਲਾਉਣਾ, ਉਹਦੀਆਂ ਅੱਖਾਂ ਬੜੀਆਂ ਉਹ ਮਤਲਬ ਵੱਡੀਆਂ ਜੀ ਵਾਲੀਆਂ, ਇੱਕ ਦੋ ਫੋਟੋਆਂ ਲਾਈਕ ਆ ਠੀਕ ਆ, ਪਰ ਤੁਸੀਂ ਉਹਨੂੰ ਗੁਰੂ ਨਾਨਕ ਦੇ ਘਰੇ ਲਿਆ ਕੇ ਨੀ ਉਸ ਬੂਟੇ ਨੂੰ ਲਾ ਸਕਦੇ, ਉਹ ਸਾਰਾ ਕੁਝ ਨਿਸਤੋ ਨਬੂਤ ਕਰ ਦੂਗਾ। ਨਹੀਂ ਨਹੀਂ ਤਾਂ ਇੱਥੇ ਤਾਂ ਜੀ ਬਹੁਤ ਕੰਪਲੀਟ ਇੱਕ ਪਿਕਚਰ ਜਿਹੜੀ ਆ ਨਾ ਉਹ ਚਿੱਤਰੀ ਆ ਗੁਰੂ ਪਾਤਸ਼ਾਹ ਨੇ, ਠੀਕ ਆ। ਹਾਂਜੀ ਭਾਜੀ ਲਾਸਟ ਗੱਲ ਇੱਕ, ਉਹ ਨਾ ਆਪਣਾ ਇੱਕ ਜਿਹੜਾ ਕਹਿੰਦੇ ਵੀ ਜਦੋਂ ਸੰਨਿਆਸ ਲੈਣਾ ਨਾ ਉਹ ਮੱਥੇ ਦੇ ਨਾਲ ਇੱਕ ਟੱਚ ਕਰਦਾ ਸੀਗਾ, ਟੱਚ ਦਿੰਦਾ ਸੀਗਾ, ਤੇ ਗਲ ਦੇ ਵਿੱਚ ਉਹ ਆਪਦੀ ਉਹ ਲੋਗੋ ਵਾਲੀ ਫੋਟੋ ਪਵਾਉਂਦਾ ਸੀਗਾ, ਤੇ ਉਹ ਜਿਹੜਾ ਟੱਚ ਦਿੰਦੇ ਉਹਦੇ ਨਾਲ ਕਹਿੰਦਾ ਸੀਗਾ ਵੀ ਮੈਂ ਐਨਰਜੀ ਆ ਜਿਹੜੀ ਤੁਹਾਡੇ ਚ ਡਿਵਰਟ ਕਰਤੀ, ਤੇ ਹੁਣ ਜਿਹੜੀ ਐਨਰਜੀ ਡਿਵਰਟ ਕਰਾਉਣ ਜ਼ਿਆਦਾਤਰ ਗੋਰੇ ਆਏ ਆ ਜਿਹਨਾਂ ਦਾ ਕੋਈ ਮਤਲਬ ਜੀਵਨ ਨੀ, ਡਰੱਗੀ ਨੇ, ਤੇ ਮਤਲਬ ਉਸ ਹਿਸਾਬ ਦਾ ਮਤਲਬ ਸਿਸਟਮ ਸੀਗਾ ਜੀ। ਠੀਕ ਹੈ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਸੰਭੋਗ ਤੋਂ ਸੰਬੰਧੀ ਤੱਕ ਆ ਉਹ ਵੀ ਮੇਰੇ ਕੋਲ ਪਈ ਆ, ਪਰ ਮੈਂ ਪੜ੍ਹੀ ਨੀ ਹੋ ਜਾਣੀ, ਕਿਉਂਕਿ ਮੈਨੂੰ ਉਹਦੀ ਥਿਊਰੀ ਦਾ ਪਤਾ ਸੀ, ਮੈਂ ਰੱਖੀ ਸੀ ਰੈਫਰੈਂਸ ਲਈ ਆਪਣੀ ਲਈ। ਠੀਕ ਹੈ ਜੀ, ਇੱਕ ਓਂਕਾਰ ਸਤਨਾਮ ਮੈਂ ਉਹਦੀ ਪੂਰੀ ਪੜ੍ਹੀ ਆ। ਠੀਕ ਹੈ ਜੀ, ਠੀਕ ਆ, ਬਾਕੀ ਮੈਨੂੰ ਲੱਗਦਾ 12-13 ਕਿਤਾਬਾਂ ਸ਼ਾਇਦ ਮੇਰੇ ਕੋਲ ਹੋਣੀਆਂ ਆਉਂਦੀਆਂ। ਠੀਕ ਹੈ ਜੀ, ਹਾਂਜੀ, ਮੋਸਟਲੀ ਯੂਟਿਊਬ ਤੇ ਵੀ ਉਹਦੀਆਂ ਵੀਡੀਓ ਜਿਹੜੀਆਂ ਹੈਗੀਆਂ ਨੇ, ਉਹ ਆਪ ਤਾਂ ਉਹਨੇ ਕਿਤਾਬਾਂ ਤਾਂ ਕੋਈ ਲਿਖੀ ਨੀ, ਉਹ ਟ੍ਰਾਂਸਲੇਟ ਹੀ ਜਾਨੀ ਕਿ ਲੋਕਾਂ ਨੇ ਹੀ ਕਰੀਆਂ ਬਾਅਦ ਚ ਉਹਦੀਆਂ ਆਡੀਓ ਵੀਡੀਓ ਤੋਂ ਦੇ ਕੇ। ਹਾਂਜੀ, ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਭਾਜੀ, ਅਪਗ੍ਰੇਡ ਜਿਹੜੇ ਆਪਣੇ ਹੈਗੇ ਨਾ, ਇਹ ਗੱਲ ਤਾਂ ਤੁਹਾਡੀ ਲੈ ਲੈਂਦੇ ਆ ਹੁਣ, ਜਿਵੇਂ ਤੁਸੀਂ ਇੱਥੇ ਕਹਿੰਦੇ ਹੋ ਨਾ ਵੀ ਜਿਵੇਂ ਉਹਨਾਂ ਦੀ ਭਾਸ਼ਾ ਜੀ ਟਕਸਾਲੀਆਂ ਨੂੰ ਜਵਾਬ ਦੇਣਾ ਚਾਹੀਦਾ ਹਨਾ, ਪਰ ਜਿਸ ਹਿਸਾਬ ਨਾਲ ਤੁਸੀਂ ਹੁਣ ਇੱਥੇ ਰੇਡੀਓ ਤੇ ਤੁਹਾਨੂੰ ਗਾਲਾਂ ਵੀ ਤੁਹਾਨੂੰ ਹੀ ਆਉਂਦੀਆਂ ਹਨਾ, ਤੇ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਜਵਾਬ ਦੇਤਾ ਉਹੀ ਭਾਸ਼ਾ ਦੇ, ਪਰ ਹੁਣ ਮੈਨੂੰ ਤਾਂ ਕੋਈ ਗਾਲ ਨੀ ਆਈ, ਪਰ ਮੈਂ ਹੁਣ ਮੈਂ ਉਹਨਾਂ ਨੂੰ ਗਾਲਾਂ ਦੇ ਰੂਪ ਚ ਜਵਾਬ ਦੇਣਾ ਮੰਨ ਲਓ ਟਕਸਾਲੀਆਂ ਨੂੰ, ਤੇ ਮੈਨੂੰ ਉਹ ਫੀਲਿੰਗ ਨੀ ਆ ਸਕਦੀ, ਹਾਂ ਮੈਂ ਉਹ ਮੇਰੀਆਂ ਗਾਲਾਂ ਬਣ ਜਾਣੀਆਂ ਜੋ ਮੈਨੂੰ ਲੱਗਦਾ ਜੀ। ਜੇ ਮੈਂ ਹੁਣ ਮੰਨ ਲਓ ਕੋਈ ਟਕਸਾਲੀ ਆ ਉਹਨੇ ਕੁਛ ਤੁਹਾਡੇ ਬਾਰੇ ਲਿਖਿਆ, ਜੋ ਤੁਸੀਂ ਬੋਲੋਗੇ ਉਹ ਰਿਟਰਨ ਚ ਤੁਹਾਡੀ ਫੀਲਿੰਗ ਹੋਰ ਹੋਣੀ ਆ, ਜੋ ਮੈਂ ਉਹਨੂੰ ਗਾਲਾਂ ਕੱਢੂੰਗਾ ਉਹ ਹੋਰ ਹੋਣੀ ਆ। ਤੇ ਸਾਡੇ ਮੈਂ ਅਪਗ੍ਰੇਡ ਫੇਸਬੁੱਕ ਤੇ ਵੀ ਦੇਖਦਾ ਹੁੰਦਾ ਜੀ, ਇਹ ਵੈਸੇ ਥੋੜਾ ਜਿਹਾ ਆਊਟ ਆਫ ਟਰੈਕ ਤੇ ਕਈ ਬੰਦੇ ਹੈਗੇ ਆ ਜਿਹੜੇ ਜਾਂਦੇ ਆ ਉਹ ਨਹੀਂ ਚੁਟਕਲਿਆਂ ਨੂੰ ਲੈ ਕੇ। ਨਹੀਂ ਨਹੀਂ ਵੀਰਾ, ਉਹ ਮਸਲਾ ਨਹੀਂ ਹੈਗਾ, ਨਾ ਤਾਂ ਕੋਈ ਅਪਗ੍ਰੇਡ ਇਦਾਂ ਆਪਣੇ ਆਪ ਚ ਅਜੇ ਕੋਈ ਇਦਾਂ ਦਾ ਪਰਿਵਾਰ ਆ, ਨਾ ਕੋਈ ਸੰਸਥਾ ਆ ਆਪਣੀ, ਅਸੀਂ ਉਹ ਇੱਦਾਂ ਨਾ ਗਿਣੋ ਕਿਸੇ ਨੂੰ ਵੀ ਤੁਸੀਂ, ਅਸੀਂ ਕੋਈ ਇੱਦਾਂ ਦੀ ਮੈਂਬਰਸ਼ਿਪ ਨਹੀਂ ਕੀਤੀ, ਉਹ ਕੋਈ ਇੱਦਾਂ ਦੀ ਜਗ੍ਹਾ ਨਹੀਂ ਕਿਤੇ ਕੀਤੀ ਉਹ। ਠੀਕ ਹੈ, ਬੰਦੇ ਠੀਕ ਆ, ਰੇਡੀਓ ਸੁਣਦੇ ਆ, ਲੱਗੇ ਉਹ ਆਪਣਾ ਕਰਨ ਦੇ ਉਹਨਾਂ ਨੂੰ, ਆਪਾਂ ਇੱਦਾਂ ਇਹ ਨਾ ਅਜੇ ਕਰੀਏ। ਉਹ ਤਾਂ ਉਹ ਅਪਗ੍ਰੇਡ ਨਾ ਵੀ ਜਿਹੜਾ ਉਹਨਾਂ ਨੇ ਰੌਲਾ ਪਾਇਆ ਸੀਗਾ, ਠੀਕ ਹੈ,
ਭਿੰਦੇ ਨੇ ਸ਼ਬਦ ਵਰਤਿਆ ਸੀਗਾ, ਉਹਨਾਂ ਨੇ ਰੌਲਾ ਪਾਤਾ ਤੇ ਬੰਦੇ ਹਾਸੇ ਦੇ ਮਜ਼ਾਕ ਦੇ ਨਾਲ ਉਹਦਾ ਉਹਦੀ ਨਾਂ ਰੱਖ ਲਿਆ। ਜਾਣੀ ਕੁਛ ਇੱਦਾਂ ਨੀ, ਅਸੀਂ ਨੀ ਸਾਡੇ ਵੱਲੋਂ ਨੀ ਕੋਈ, ਅਸੀਂ ਕਿਸੇ ਨੂੰ ਕੋਈ ਇੱਦਾਂ ਜੋੜਿਆ ਨੀ ਹੈਗਾ, ਕਿਸੇ ਨੂੰ ਕੋਈ ਇੱਦਾਂ ਦੀ ਰਿਕਮੈਂਡੇਸ਼ਨ ਨੀ ਕੀਤੀ, ਉਹ ਕੋਈ ਅਥਾਰਿਟੀ ਨੀ ਹੈਗੀ ਇੱਦਾਂ ਦੀ। ਠੀਕ ਹੈ, ਅਸੀਂ ਚਾਰ ਪੰਜ ਜਣੇ ਜਿੰਨੇ ਪੰਜ ਸੱਤ ਬੰਦੇ ਰੇਡੀਓ ਤੇ ਬੋਲਦੇ ਹਾਂ, ਅਸੀਂ ਆਪੇ ਹੀ ਆ। ਜਾਣੀ ਉਹਦੇ ਵਿੱਚ ਵੀ ਇੱਦਾਂ ਨੀ ਹੈਗਾ, ਕੋਈ ਕੋਈ ਇੱਕ ਦੂਜੇ ਦੇ ਉੱਤੇ ਅਥਾਰਿਟੀ ਨੀ ਬਣ ਕੇ ਬੈਠਾ ਹੈ। ਠੀਕ ਹੈ, ਥੈਂਕ ਯੂ, ਥੈਂਕ ਯੂ ਵੀਰੇ। ਤੇ ਆਸਟ੍ਰੇਲੀਆ ਤੋਂ ਕਾਲ ਆ ਜੀ ਇੱਕ, ਠੀਕ ਹੈ ਜੀ, ਉਹ ਲੈ ਲਈ ਆਪਾਂ। ਮੈਲਬਰਨ ਤੋਂ, ਹਾਂਜੀ ਵੀਰ ਜੀ। ਹਾਂਜੀ ਵੀਰ ਜੀ, ਗੁਰਫਤਿਹ ਜੀ। ਹਾਂ ਗੁਰਫਤਿਹ ਜੀ, ਗੁਰਪ੍ਰੀਤ ਸਿੰਘ ਬੋਲਦਾ ਜੀ ਮੈਲਬਰਨ ਤੋਂ। ਹਾਂਜੀ, ਵਿਸ਼ਾ ਸੁਣਦੇ ਪਏ ਹਾਂ ਭਾਜੀ। ਮੈਨੂੰ ਇਹ ਲੱਗਦਾ ਵੀ ਜਿਹੜੇ ਬੰਦੇ ਰਜਨੀਸ਼ ਦੇ ਹੱਕ ਚ ਬੋਲਦੇ ਆ ਨਾ ਜੀ, ਉਹਨਾਂ ਦੇ ਹਾਲਾਤ ਸਿਮਿਲਰ ਟੂ ਓਦਾਂ ਦੀ ਹੈ ਵੀ ਜਿਵੇਂ ਬਟਵਾਰਾ ਹੋਣ ਵੇਲੇ ਗਾਂਧੀ ਨੀ ਸੀ ਗੱਲ ਸਿੱਖਾਂ ਨੂੰ ਵੀ ਤੁਸੀਂ ਤਾਂ ਆਪਣਾ ਅਲੱਗ ਦੇਸ਼ ਲੈ ਹੀ ਲੈਣਾ, ਹਨਾ, ਤੁਹਾਡੇ ਕੋਲ ਤਲਵਾਰ ਹੈਗੀ ਆ। ਓਦਾਂ ਹੀ ਰਜਨੀਸ਼ ਨੇ ਭਾਜੀ ਇੱਕ ਦੋ ਵੀਡੀਓ ਕੱਢੀਆਂ ਸਿੱਖਾਂ ਦੇ ਹੱਕ ਚ, ਇਹ ਉਸੇ ਦੋ ਤਿੰਨ ਵੀਡੀਓ ਤੋਂ ਲੈ ਕੇ ਇਹਨਾਂ ਨੇ ਆਪਣਾ ਵਿਊ ਬਣਾ ਲਿਆ ਵੀ ਉਹ ਬੰਦਾ ਹੀ ਬਹੁਤ ਵਧੀਆ ਸੀ, ਸਿੱਖਾਂ ਦੇ ਹੱਕ ਚ ਬੋਲਦਾ ਸੀ। ਹੁਣ ਇੱਕ ਵੀਡੀਓ ਮੈਂ ਸੁਣੀ ਸੀਗੀ ਜਿਹਦੇ ਚ ਇਹ ਕਹਿ ਰਿਹਾ ਸੀਗਾ ਵੀ ਬਾਕੀ ਤਾਂ ਦੇਖੋ ਜੀ ਇੰਡੀਅਨ ਤਾਂ ਜਿਹੜੇ ਨੇ ਕਾਵਡ ਨੇ, ਪਰ ਜਿਹੜੀ ਸਿੱਖ ਕੌਮ ਆ ਬੜੀ ਬਰੇਵ ਕੌਮ ਹੈ। ਉਹ ਵੀਡੀਓ, ਪਰ ਉਹ ਵੀਡੀਓ ਦੇ ਵਿੱਚ ਉਹ ਇਹ ਵੀ ਕਹਿ ਰਿਹਾ ਵੀ ਉਹ ਇਹਨਾਂ ਦੀ ਰਾਖੀ ਲਈ ਬਣੀ ਆ, ਉਹ ਵੀਡੀਓ ਉਹ ਲੈਣ ਕੱਟਤੀ ਇਹਨਾਂ ਨੇ ਉਹ ਨਹੀਂ ਤੁਸੀਂ ਕੱਟ ਵੱਟ ਕਰਕੇ ਕਦੇ ਵੀ ਜਦੋਂ ਨਾ ਵੀਰਾ ਤੁਸੀਂ ਆਪਣੀ ਜਿਹੜੀ ਪ੍ਰਸ਼ੰਸਾ ਆ ਤੁਹਾਡੀ ਉਹਨੂੰ ਸੁਣਨਾ ਜਿਹੜਾ ਆ ਉਹ ਬਹੁਤ ਲਿਆਕਤ ਦਾ ਕੰਮ ਆ। ਠੀਕ ਆ, ਜਾਣੀ ਦੇਖੋ ਮਨੋਵਿਗਿਆਨਕ ਕਹਿੰਦੇ ਆ ਕਿ ਦੁਨੀਆਂ ਚ ਨਾ ਬਿਊਟੀ ਨੂੰ ਸੁੰਦਰਤਾ ਨੂੰ ਬਹੁਤ ਸਲਾਹਿਆ ਗਿਆ। ਠੀਕ ਆ, ਪਰ ਜਿਹੜਾ ਨਾ ਦੁਨੀਆਂ ਦਾ ਸਭ ਤੋਂ ਸੋਹਣਾ ਮਨੁੱਖ ਹੋਊਗਾ, ਮਤਲਬ ਜਿਹੜੀ ਸਭ ਤੋਂ ਸੋਹਣੀ ਔਰਤ ਹੋਊਗੀ, ਉਹਦੀ ਵੀ ਜੇ ਤੁਸੀਂ ਪ੍ਰਸ਼ੰਸਾ ਕਰਨੀ ਸੋਹਣੇ ਤੋਂ ਸੋਹਣੇ ਦੀ, ਉਹਦੀ ਬਿਊਟੀ ਦੀ, ਉਹਦੀ ਸ਼ਕਲ ਦੀ, ਉਹਦੇ ਨੈਣ ਨਕਸ਼ਾਂ ਦੀ, ਰੰਗ ਰੂਪ ਦੀ ਕਰਨ ਦੀ ਬਜਾਏ ਜਦੋਂ ਉਹਦੀ ਅਕਲ ਦੀ ਪ੍ਰਸ਼ੰਸਾ ਕਰੂੰਗੇ ਉਹਨੂੰ ਚੰਗਾ ਲੱਗੂਗਾ। ਠੀਕ ਆ, ਹੁਣ ਜਦੋਂ ਅਕਲ ਆ ਤੁਹਾਡੇ ਕੋਲ ਉਦੋਂ ਕੋਈ ਪ੍ਰਸ਼ੰਸਾ ਕਰੂਗਾ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਇਹ ਪ੍ਰਸ਼ੰਸਾ ਕਰ ਰਿਹਾ ਜਾਂ ਚਾਪਲੂਸੀ ਕਰ ਰਿਹਾ। ਬਹੁਤ ਬਰੀਕ ਫਰਕ ਆ। ਕਪੂਰ ਨੇ ਇੱਕ ਜਗ੍ਹਾ ਕਿਹਾ ਆ, ਉਹ ਕਹਿੰਦਾ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਣੀ ਚਾਹੀਦੀ ਵੀ ਤੁਹਾਡੇ ਮੂੰਹ ਤੇ ਤੁਹਾਡੀ ਪ੍ਰਸ਼ੰਸਾ ਕਰ ਜਾਏ। ਉਹ ਹੱਕ ਜਿਹੜਾ ਆ ਤੁਸੀਂ ਕਿਹਨੂੰ ਦੇਣਾ ਆ ਤੁਹਾਡੀ ਮਰਜ਼ੀ ਆ ਉਹ। ਹੁਣ ਸਾਡੀ ਕੌਮ ਦਾ ਕੀ ਆ, ਕੋਈ ਵੀ ਬੰਦਾ ਆ ਕੇ ਕੋਈ ਗੱਲਾਂ, ਜਿਹੜਾ ਇਤਿਹਾਸ ਨਾਲ ਖਿਲਵਾੜ ਹੋਇਆ ਸਾਡੇ ਨਾਲ ਪਤਾ ਕਾਤੇ ਹੋਇਆ। ਹਾਂਜੀ, ਜਦੋਂ ਉਹਨਾਂ ਨੇ ਗੁਰੂ ਸਾਹਿਬ ਦੀ ਪ੍ਰਸ਼ੰਸਾ ਕੀਤੀ ਆ, ਹਾਂਜੀ, ਸਭ ਤੋਂ ਹਜ਼ਮ ਨਹੀਂ ਹੋਈ, ਸਾਨੂੰ ਲੱਗਿਆ ਪਿੱਲਾ ਹੈ, ਬਸ ਅੱਖਾਂ ਬੰਦ ਕਰ, ਐਡੀ ਵੱਡੀ ਗੱਲ ਕਹਿ ਗਿਆ। ਹੁਣ ਇਹਨੂੰ ਗਲਤ ਕਿੱਦਾਂ ਕਹਿ ਦਈਏ ਅਸੀਂ? ਉਹਨੇ ਦੁਸ਼ਟ ਦਮਨ ਨਾਲ ਜੋੜ ਦਿੱਤਾ, 10 ਜਨ ਭਗਤੀ ਕਰਵਾ ਦਿੱਤੀ, ਸਾਰੀ ਦੁਨੀਆਂ ਦਾ ਭ੍ਰਮਣ ਕਰਵਾ ਦਿੱਤਾ। ਹੁਣ ਗੁਰੂ ਨਾਨਕ ਦੇਵ ਜੀ ਨੇ ਬਾਲੇ ਵਾਲੀ ਜਨਮ ਸਾਹਿਬ ਖਿੱਚ ਕੀ ਹੋਇਆ, ਉਹਨਾਂ ਤੋਂ ਉਹ ਕੰਮ ਕਰਵਾ ਰਿਹਾ ਹੈ ਲੇਖਕ, ਜਿਹੜੇ ਹੋਏ ਨੀ, ਹਿੰਦੂ ਦੇਵਤਿਆਂ ਨੇ ਵੀ ਨਹੀਂ ਕੀਤੇ। ਜਾਣੀ ਕਹਿੰਦੇ ਤਾਂ ਹੈਗੇ ਜੀ, ਤੁਸੀਂ ਉਹ ਕਹਿਣਗੇ ਵੀ ਹਨੂਮਾਨ ਭਾਰ ਚੱਕ ਲਿਆ, ਤੁਸੀਂ ਕਹੋਗੇ ਹੱਥ ਲਾ ਕੇ ਪੱਥਰ ਰੋਕ ਦਿੱਤਾ ਸੀਗਾ। ਉਹਨੇ ਪੱਥਰਾਂ ਕੋ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਬਾਲੇ ਵਾਲੀ ਜਨਮ ਸਾਖੀ ਤਾਂ ਜੀ ਏਦਾਂ ਉਡਾ ਕੇ ਹੀ ਉਡਾਖ ਰੱਖਿਆ ਉਹਨੇ ਨਾ। ਠੀਕ ਹੈ ਜੀ, ਕਿੰਨੇ ਕਿੰਨੇ ਦਿਨ ਉਹ ਕਿੰਨੇ ਕਿੰਨੇ ਮੀਲ, ਜਾਣੀ ਕਿੰਨੇ 100 ਮੀਲਾਂ ਤੱਕ ਏਦਾਂ ਸਮੁੰਦਰ ਤੇ ਤੁਰੇ ਜਾਂਦੇ ਆ। ਠੀਕ ਹੈ ਜੀ, ਗੁਰੂ ਨਾਨਕ ਦੇਵ ਜੀ, ਹਾਂਜੀ, ਫਿਰ ਮਰਦਾਨਾ ਪੁੱਛਦਾ ਵੀ ਅਸੀਂ ਏਦਾਂ ਅਸੀਂ ਕਿੱਥੇ ਕਿਹੜਾ ਆਇਲੈਂਡ ਆ, ਕਿੱਦਾਂ ਕਿੱਥੇ ਤੁਰੇ ਜਾਂਦੇ ਆ। ਹਾਂਜੀ, ਉਹ ਕੱਛੂ ਆ ਉੱਤੇ ਤੁਰੇ ਹੋ ਆ ਜਾਣੀ। ਠੀਕ ਹੈ ਜੀ, ਦੱਸੋ ਜੀ, ਜਿਹੜੇ ਹਿੰਦੂਆਂ ਦੇ ਕੱਛ ਅਵਤਾਰ ਆ, ਮੱਛ ਅਵਤਾਰ ਆ, ਮੱਛੀ ਤੇ ਤੁਰੇ ਜਾਂਦੇ ਆ ਜਣੀ, ਉਹ ਤਾਂ ਐਡਾ ਵੱਡਾ ਕੱਛੂ ਆ। ਨਹੀਂ ਜੀ, ਮੈਂ ਨਾ ਨੈਟਫਲਿਕਸ ਤੇ ਇੱਕ ਸੀਰੀਅਲ ਦੇਖਿਆ ਸੀ ਭਾਜੀ, ਉਹ ਇਸੇ ਵਿਸ਼ੇ ਦੇ ਸੀਗਾ, ਇਹਦੇ ਰਜਨੀਸ਼ ਦੇ ਉੱਪਰ ਹੀ ਸੀਗਾ ਭਾਜੀ। ਉਹਨਾਂ ਨੇ ਉਹਦੇ ਚ ਦਿਖਾਇਆ ਵੀ ਕਿਵੇਂ ਇੱਕ ਇਹ ਆਮ ਬੰਦਾ ਜਿਹਨੇ ਬੰਬੇ ਸ਼ਹਿਰ ਦੇ ਵਿੱਚ ਇੱਕ ਰੂਮ ਕਿਰਾਏ ਤੇ ਲੈ ਕੇ ਆਪਣਾ, ਮੈਂ ਸਿੱਧੀ ਗੱਲ ਕਹੂੰਗਾ ਜੀ, ਆਪਣਾ ਧੰਦਾ ਸ਼ੁਰੂ ਕੀਤਾ ਜਾਂ ਆਪਣਾ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਦੇ ਵਿੱਚ ਕਿਵੇਂ ਇਹਨੇ ਵੱਡੀ ਲੈਂਡ ਲਿੱਤੀ ਅਮੈਰੀਕਾ ਚ, ਕਿਵੇਂ ਇਹ ਮਤਲਬ ਆਮ ਬੰਦੇ ਤੋਂ ਭਗਵਾਨ ਬਣਿਆ ਜੀ, ਉਹ ਸਾਰੀ ਚੀਜ਼ਾਂ ਉੱਥੇ ਨੇ ਜਿਹੜੇ ਜਿਹੜੇ ਬਾਹਰੀ ਇਹਦੀ ਪ੍ਰਸ਼ੰਸਾ ਕਰਦੇ ਨੇ, ਪਲੀਜ਼ ਖੋਲ ਕੇ ਦੇਖ ਲੈਣ ਭਾਜੀ, ਅਗਲਾ ਨੇ ਰੇਟਿੰਗ ਵੀ ਉੱਥੇ ਇਹ ਲਿਖੀ ਹੋਈ ਆ ਵੀ ਆਮ ਬੰਦਾ ਦੇਖ ਹੋ ਨੀ ਸਕਦਾ। ਨਹੀਂ ਨਹੀਂ, ਕੋਈ ਸ਼ੱਕ ਨਹੀਂ, ਕਿਵੇਂ ਕਰ ਸਕਦੇ ਨੇ ਜੀ, ਮਤਲਬ ਦਿਮਾਗੋ ਖਾਲੀ ਲੱਗਦੇ ਨੇ ਜੀ ਲੋਕ। ਨਹੀਂ ਨਹੀਂ,
ਕੋਈ ਸ਼ੱਕ ਨੀ ਵੀਰੇ। ਚਲੋ ਵੀਰੇ ਸਾਡੇ ਨਾਲ ਦੋ ਸਰੋਤੇ ਹੋ ਰਿਹਾ ਤੇ ਅਸੀਂ ਉਹਨੂੰ ਲੈ ਕੇ ਫਿਰ ਬ੍ਰੇਕ ਲੈ ਹੋਣੀ ਹੈ ਸਾਡੇ ਤੋਂ। ਜੀ ਵੀਰ ਜੀ, ਜੀ ਵੀਰ ਜੀ, ਥੈਂਕ ਯੂ, ਥੈਂਕ ਯੂ ਜੀ। 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਵਾਹਿਗੁਰੂ ਖਾਲਸਾ ਜੀ, ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ। ਮੈਂ ਬਹੁਤਾ ਰਜਨੀਸ਼ ਨੂੰ ਪੜਿਆ ਨੀ, ਦੱਸਦਾ ਪੜ੍ਹ ਲਾ ਦਿਆਂਗ ਦਾ ਹੁਣ ਤਾਂ ਨੈਟਫਲਿਕਸ ਤੇ ਵੀ ਹੈਗਾ। ਫਿਰ ਨੀ ਤੇਰੀ ਗੱਲ ਬਣਨੀ, ਮੈਂ ਸੀਗਾ ਜੇ ਲੈਂਡਲਾਈਨ ਤੋਂ ਕਰਦਾ ਤਾਂ ਨਾਲ ਦੀ ਨਾਲ ਵੀਡੀਓ ਲਾ ਲਾ। ਮੈਂ ਭਾਵਨਾ ਸਮਝਦਾ ਤੁਹਾਡੇ ਕਹਿਣ ਤੋਂ, ਤੁਹਾਡੀ ਮੈਨੂੰ ਭਾਵਨਾ ਸਮਝ ਆ ਗਈ ਕੀ ਹੋਊਗਾ ਵਿੱਚ ਉਹਦੇ, ਉਹੀ ਗੱਲ ਮੈਂ ਗੱਲ ਕਰਦਾ। ਚਲ ਗੱਲ ਆਉਣ ਬਾਅਦ ਚ ਕਰੂੰਗਾ, ਪਹਿਲਾਂ ਤੁਹਾਡੀ ਨਿਬੇੜ ਲਾ। ਇੱਕ ਸਟੈਂਡ ਅਪ ਕਮੇਡੀਅਨ ਸੀਗਾ, ਲੈਕਚਰ ਲੋਕਾਂ ਚ ਖੜ ਕੇ ਏਦਾਂ ਪਬਲਿਕ ਚ ਕਰਦਾ ਸੀਗਾ, ਕਮੇਡੀ ਕਰਦਾ ਸੀ। ਕਹਿੰਦਾ ਵੀ ਸਾਡਾ, ਕਹਿੰਦਾ ਸੱਤ ਜਨਮਾਂ ਤੱਕ ਵਿਆਹ ਦੀ ਤਾਂ ਸਾਡੇ ਮੰਗਦੇ ਆ ਕਿਉਂਕਿ ਸਾਡਾ ਪਿਆਰ ਇੱਕ ਜਨਮ ਚ ਮੁੱਕਦਾ ਨੀ ਘਰ ਵਾਲੀ ਨਾਲ, ਤੇ ਸੱਤ ਜਨਮ ਲੈਣੇ ਪੈਂਦੇ ਆ। ਗੋਰਿਆਂ ਦਾ ਏਦਾਂ ਹੁੰਦਾ ਵੀ ਇੱਕ ਜਨਮ ਚ ਦੋ ਦੋ ਘਰ ਵਾਲੀਆਂ ਬਦਲਣੀਆਂ ਪੈ ਜਾਂਦੀਆਂ, ਪਿਆਰ ਇੰਨਾ ਹੁੰਦਾ ਵਿੱਚ ਇਹਨਾਂ ਦਾ। ਤੇ ਕਹਿੰਦਾ ਜੇ ਤੁਸੀਂ ਅਗਲੇ ਜਨਮ ਚ ਨਵੀਂ ਘਰ ਵਾਲੀ ਚਾਹੁੰਦੇ ਹੋ ਤਾਂ ਇਸ ਜਨਮ ਚ ਪਿਆਰ ਜ਼ਿਆਦਾ ਕਰੋ ਘਰ ਵਾਲੀ, ਤਾਂ ਕਿ ਅਗਲੇ ਜਨਮ ਚ ਨਵੀਂ ਮਿਲੇ ਤੁਹਾਨੂੰ। ਨਾਲੇ ਕਹਿੰਦਾ ਜਿਹੜਾ ਬੰਦਾ ਕਹਿੰਦਾ ਅੱਜ ਤੋਂ ਘਰ ਵਾਲੀ ਨੂੰ ਜ਼ਿਆਦਾ ਪਿਆਰ ਕਰਨਾ ਸ਼ੁਰੂ ਕਰੇ, ਸਮਝ ਲਓ ਸਾਲੇ ਦੇ ਮਨ ਚ ਖੋਟ ਹੈ। ਕਹਿੰਦਾ ਉਹ ਗੱਲ ਹੈ ਜੇ ਹੁਣ ਤੁਹਾਡੀ ਕਿਤਾਬ ਪੜ੍ਹੀ ਤਾਂ ਅਗਲੇ ਨੇ ਕਹਿੰਦਾ ਇਹਦੇ ਮਨ ਚ ਖੋਟ ਹੈ, ਹੋਰ ਹੀ ਕੋਈ ਭਾਵ ਹੈ। ਫੇਸਬੁੱਕ ਤੇ ਕਿਤੇ ਦੇਖ ਲਈ ਦੀਆਂ, ਜਿਹੜੀ ਲੋਜੀਕਲ ਲੱਗਦੀਆਂ ਗੱਲਾਂ ਉਹ ਦੇਖਣ ਨੂੰ ਤੁਹਾਨੂੰ ਇੰਪ੍ਰੈਸ ਕਰਦੀ ਜਿੱਦਾਂ ਕਪੂਰ ਦੀਆਂ ਹੁੰਦੀਆਂ ਹੈਗੀਆਂ। ਪਰ ਮੈਂ ਇਹ ਦੇਖ ਲਿਆ ਜਿੱਦਾਂ ਤੁਸੀਂ ਸਾਰਾ ਆਲ ਓਵਰ ਬੰਦੇ ਵੀ ਦੱਸ ਰਹੇ ਆ ਵੀ ਉਹਦੀ ਮਤਲਬ ਕੋਟੇਸ਼ਨਾਂ ਤੋਂ ਇਲਾਵਾ ਜ਼ਿੰਦਗੀ ਕਿੱਦਾਂ ਦੀ ਸੀ ਉਹਦੀ, ਤੇ ਮਨੋਤਾਂ ਕਿਹੋ ਜਿਹੀਆਂ ਸੀਗੀਆਂ। ਕੋਟੇਸ਼ਨਾਂ ਲੋਜੀਕਲ ਹੈ ਤੇ ਜਿਹੜੀਆਂ ਮਨੋਤਾਂ ਉਹ ਅਨਲੋਜੀਕਲ ਆ ਸਾਰੀਆਂ ਦੀ ਸਾਰੀਆਂ। ਉਹ ਮੈਨੂੰ ਤਾਂ ਇਹ ਆਉਂਦਾ ਸੀਗਾ ਵੀ ਜੇ ਸੌਖੇ ਸ਼ਬਦਾਂ ਦੀ ਕਿਸੇ ਨੂੰ ਦੱਸਣਾ ਹੋਵੇ ਤਾਂ ਉਹ ਹਿੰਦੂਆਂ ਦਾ ਜਾਂ ਗੋਰਿਆਂ ਦਾ ਪੰਥ ਪ੍ਰੀਤ ਸੀਗਾ ਮੇਰੇ ਹਿਸਾਬ ਨਾਲ। ਹੁਣ ਪੰਥ ਪ੍ਰੀਤ ਨੂੰ ਲੋਜੀਕਲ ਬੰਦੇ ਪਸੰਦ ਕਰਦੇ ਸੀ ਪਹਿਲਾਂ, ਵੀ ਪੰਥ ਪ੍ਰੀਤ ਗੱਲ ਕਰਦਾ ਤਰਕ ਦੇ ਨਾਲ ਪੂਰੇ ਬਾਬਿਆਂ ਦੀ। ਹਾਂ, ਕਿਉਂਕਿ ਸਾਰਿਆਂ ਨੂੰ ਪੰਥ ਪ੍ਰੀਤ ਦਾ ਕੰਮ ਹੁੰਦਾ ਸੀ ਬਾਬਿਆਂ ਦੇ ਤਵੇ ਲਾਉਣੇ, ਤੇ ਬਾਬਿਆਂ ਦੇ ਤਵੇ ਤਰਕ ਦੇ ਤਰਕ ਤੋਂ ਬਿਨਾਂ ਲੱਗ ਹੀ ਨੀ ਸਕਦੇ ਕਿਸੇ ਵੀ ਹਿਸਾਬ ਨਾਲ। ਜਦੋਂ ਬਾਬੇ ਦੀ ਗੱਪ ਕੱਟਣੀ ਹੈ ਕਿਸੇ ਦੀ ਤਾਂ ਤਰਕ ਦੇਣਾ ਪੈਣਾ ਤੁਹਾਨੂੰ ਉਹਦੇ ਵਾਸਤੇ। ਗੱਪ ਦੇ ਬਰਾਬਰ ਗੱਪ ਥੋੜੀ ਸਿੱਟ ਸਕਦੇ ਆ ਤੁਸੀਂ ਕਿਸੇ ਦੀ, ਤੁਸੀਂ ਇਹ ਥੋੜੀ ਕਹਿ ਸਕਦੇ ਆ ਵੀ ਜੇ ਬਾਬੇ ਦੀ ਕਾਰ ਕੀੜੀ ਬਣ ਗਈ ਤੁਸੀਂ ਇਹ ਕੌਮੀ ਨੇ, ਕੀੜੀ ਨੀ ਭਰਿੰਡ ਤਾਂ ਬਣ ਸਕਦੀ, ਕੀੜੀ ਨੀ ਬਣ ਸਕਦੀ, ਇੱਦਾਂ ਇੱਦਾਂ ਥੋੜੀ ਹੋ ਸਕਦਾ ਤੁਸੀਂ ਦੋ ਵੀ ਨਹੀਂ। ਉਹ ਤਾਂ ਫਿਰ ਗੱਲ ਬੰਨੀ ਨੀ, ਤਾਂ ਤੁਹਾਡੀ ਦੋਹਾਂ ਦੀ ਗੱਪ ਹੋ ਗਈ। ਉੱਥੇ ਕਹਿਣਾ ਪੈਣਾ ਵੀ ਨਹੀਂ, ਕਿਸੇ ਵੀ ਕੀਮਤ ਤੇ ਕਿਸੇ ਵੀ ਤਾਕਤ ਰਾਹੀਂ ਕਾਰ ਕੀੜੀ ਨੀ ਬਣ ਸਕਦੀ, ਉਹ ਤਰਕ ਹੈ ਤੁਹਾਡਾ ਆਪਣਾ। ਉਦੋਂ ਬੰਦੇ ਜਿੱਦਾਂ ਸਾਡੇ ਵਰਗੇ ਸੀਗੇ, ਜਿੱਦਾਂ ਹੁਣ ਜਿਹੜੇ ਤੁਸੀਂ ਦੱਸਦੇ, ਮੈਨੂੰ ਨੀ ਪਤਾ ਕਿਹੜੇ ਜਿਹੜੇ ਵੀਰ ਆ ਇੱਦਾਂ ਓਸ਼ੋ ਦੇ ਨਾਲ ਲਾ ਕੇ ਦੁਖੀ ਹੋਏ ਖੜੇ ਆ ਇੱਦਾਂ, ਪਰ ਉਦੋਂ ਜਿੱਦਾਂ ਸਾਨੂੰ ਸੀਗਾ, ਹੁਣ ਵੀ ਜਿਹੜੇ ਪੰਥ ਪ੍ਰੀਤ ਦੇ ਚਾਹੁਣ ਵਾਲੇ ਬੰਦੇ ਸੀਗੇ, ਅਸੀਂ ਵੀ ਜਦੋਂ ਨਾਲ ਜੁੜੇ ਇਸੇ ਕਰਕੇ ਜੁੜੇ ਸੀਗੇ ਵੀ ਪੜ੍ਹੇ ਲਿਖੇ ਸੀਗੇ ਤੇ ਤਰਕ ਨੂੰ ਦਿਮਾਗ ਅਪੀਲ ਸਾਡੀ ਕਰਦਾ ਸੀ ਨਾ ਇੱਦਾਂ, ਤੇ ਹੋਰ ਪ੍ਰਚਾਰਕ ਹੈ ਨੀ ਸੀ ਫੀਲਡ ਚ ਕੋਈ ਉਹਦੇ ਬਰਾਬਰ ਦਾ ਵੱਡਾ, ਤੇ ਉਹਦੇ ਤਰਕ ਜਿਹੜੇ ਆ ਸਾਨੂੰ ਅਪੀਲ ਕਰਦੇ ਸੀ ਇੱਦਾਂ ਵੀ ਹਾਂ ਯਾਰ ਘੱਟੋ ਘੱਟ ਕੁਛ ਸਟੈਂਡਰਡ ਦੀ ਗੱਲ ਤਾਂ ਹੈ, ਬਾਬਿਆਂ ਦੀ ਗੱਪਾਂ ਦੇ ਮੁਕਾਬਲੇ ਪੰਥ ਪ੍ਰੀਤ ਦੀਆਂ ਗੱਲਾਂ ਬਹੁਤ ਸਟੈਂਡਰਡ ਦੀਆਂ ਲੱਗਦੀਆਂ ਸੀ ਅਸੀਂ ਇੱਦਾਂ। ਪਰ ਜਦੋਂ ਗਾਹਾਂ ਚੱਲ ਕੇ ਉਹਦੀ ਜੇ ਪੂਰੇ ਪੰਥ ਪ੍ਰੀਤ ਦੀ ਰਿਸਰਚ ਕਰਨੀ ਹੋਵੇ ਤੁਸੀਂ ਇੱਦਾਂ ਜਾ ਕੇ, ਤਾਂ ਤੁਹਾਨੂੰ ਨਿਕਲੂਗਾ ਉਹੀ ਕੁਛ ਹੀ, ਮਤਲਬ ਐਂਡ ਆਫ ਦਾ ਡੇ ਜੋ ਬਾਬੇ ਭਾਲਦੇ ਉਹੀ ਪੰਥ ਪ੍ਰੀਤ ਭਾਲਦਾ। ਬਸ ਐਗਜੈਕਟਲੀ ਰਜਨੀਸ਼ ਦੇ ਵਿੱਚੋਂ ਜੋ ਪੁਜਾਰੀ ਸੀ ਨਾ ਅਖੀਰ ਤੇ ਉਹੀ ਨਿਕਲਦਾ, ਉਹ ਜੰਮਣ ਮਰਨ ਦੀ ਗੱਲ ਵੀ ਕਰ ਗਿਆ, ਜਿੱਦਾਂ ਜੋ ਭੋਗਣ ਲਈ ਉਹ ਮੰਦਿਰ ਦੇ ਵਿੱਚ ਬੈਠਾ ਆ ਉਹ ਭੋਗਣ ਲਈ ਇਹ ਕਰ ਰਿਹਾ ਆ, ਜਿੱਦਾਂ ਪੁਜਾਰੀ ਲੋਕਾਂ ਨੂੰ ਆਪਣੇ ਲਈ ਵਰਤਣਾ ਚਾਹੁੰਦਾ ਇੱਦਾਂ ਹੀ ਆਪਣੇ ਲਈ ਵਰਤ ਗਿਆ। ਜਿਵੇਂ ਉਹਨੇ ਠੱਪਾ ਲਾਇਆ, ਉਵੇਂ ਨੇ ਆਪ ਦੇ ਲੋਕਟ ਪਵਾ ਕੇ ਕੱਪੜੇ ਇੱਕੋ ਰੰਗ ਦੇ ਪਵਾ ਕੇ ਠੱਪਾ ਲਾਇਆ, ਹਰ ਚੀਜ਼ ਉਵੇਂ ਐਗਜੈਕਟ ਉਵੇਂ ਕੀਤੀ। ਪੁਜਾਰੀ ਕਿਤੇ ਘੱਟ ਸਿਆਣਾ ਥੋੜੋ ਯਾਰ, ਤੁਸੀਂ ਸ਼ਾਸਤਰਾਂ ਨੂੰ ਵੇਦਾਂ ਨੂੰ ਪੜ੍ਹ ਕੇ ਤਾਂ ਦੇਖੋ। ਠੀਕ ਹੈ ਜੀ, ਬਜਿੰਦਰ ਸਿੰਘ ਜਿਹੜੇ ਬੰਦੇ ਪਿੱਟਦੇ ਆ ਨਾ ਵੀ ਜਿਹੜੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਚ ਆ ਇਹ ਪਹਿਲਾਂ ਸ਼ਾਸਤਰਾਂ ਚ ਲਿਖੀਆਂ ਹੋਈਆਂ ਆ, ਉਹ ਸੱਚੇ ਆ, ਉਹ ਠੀਕ ਹੈ ਜੀ, ਉਹ ਸੱਚੇ ਆ। ਹੁਣ ਲੱਖ ਆਕਾਸ਼ਾਂ ਆਕਾਸ਼ ਲੱਖ ਪਤਾਲਾਂ ਪਤਾਲ, ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਹੀ, ਇਹ ਉਹਨਾਂ ਚ ਲਿਖੀਆਂ ਗੱਲਾਂ। ਠੀਕ ਹੈ ਜੀ, ਠੀਕ ਆ, ਉਹ ਤਾਂ ਤੁਸੀਂ ਤੁਸੀਂ ਦਿਮਾਗ ਪੱਖੋਂ ਨੀ ਉਹਦਾ ਮੁਕਾਬਲਾ ਕਰ ਸਕਦੇ। ਤੁਸੀਂ ਦੇਖੋ ਤਾਂ ਸਹੀ ਯਾਰ, ਬਿਨਾਂ ਕਿਸੇ ਤਾਕਤ ਦੇ ਏਡਾ ਢਾਂਚਾ ਖੜਾ ਕਰਕੇ
ਹਜ਼ਾਰਾਂ ਸਾਲ ਸਮਾਜ ਤੇ ਰਾਜ ਕਰਕੇ ਬੈਠਾ ਉਹ, ਅਖੀਰ ਨੂੰ ਏਡਾ ਵੱਡਾ ਦੇਸ਼ ਬਣਾਉਣ ਚ ਕਾਮਯਾਬ ਹੋ ਗਿਆ, ਦਿਮਾਗੀ ਥੋੜਾ ਥੋੜਾ ਹੋਊਗਾ ਕਿਤੇ, ਬਿਲਕੁਲ ਹਥਿਆਰ ਚੱਕੇ। ਹਾਂ ਨਹੀਂ ਬਿਲਕੁਲ, ਉਹ ਤਾਂ ਤੁਹਾਨੂੰ ਇਸ ਗੱਲ ਨੂੰ ਸਮਝਣਾ ਪੈਣਾ ਵੀ ਤੁਸੀਂ ਕਿਸੇ ਪਰਸਨੈਲਿਟੀ ਦੇ ਇੱਕ ਪੱਖ ਨੂੰ ਦੇਖ ਕੇ, ਸਾਡੀ ਕੌਮ ਨਾਲ ਧੋਖਾ ਹੁਣ ਤੱਕ ਹੋਇਆ ਹੀ ਸਿੱਧਾ, ਆਪਣੇ ਆਪ ਨਾਲ ਵੀ ਬੰਦਾ ਦੇਖ ਲਿਆ। ਅਸੀਂ ਹਮੇਸ਼ਾ ਹੀ ਜਿੱਦਾਂ ਕੇਜਰੀਵਾਲ ਦੀ ਸਾਰੀਆਂ ਧਾਰਨਾ ਪਹਿਲਾਂ ਦੇ ਕੇ ਪ੍ਰੋਗਰਾਮ ਸ਼ੁਰੂ ਕੀਤਾ, ਜਦੋਂ ਅਸੀਂ ਉਹਨਾਂ ਸਾਰਿਆਂ ਦੇ ਇੱਕ ਪੱਖ ਨੂੰ ਦੇਖ ਕੇ ਇੰਨੇ ਜ਼ਿਆਦਾ ਪ੍ਰਭਾਵਿਤ ਹੋ ਗਏ ਕਿ ਅਸੀਂ ਪੂਰੇ ਨੂੰ ਸਮਝ ਹੀ ਨਹੀਂ ਸਕੇ, ਜਿਹਨੂੰ ਸਮੁੱਚਤਾ ਕਹਿੰਦੇ ਹਾਂ ਅਸੀਂ ਜੀ। ਤੇ ਸਮੁੱਚਤਾ ਤੋਂ ਬਗੈਰ ਬੰਦਾ ਕਿਸੇ ਕੰਮ ਦਾ ਨੀਗਾ। ਤੁਸੀਂ ਕਿਸੇ ਬੰਦੇ ਦੇ ਵਿੱਚ ਹਜ਼ਾਰਾਂ ਗੁਣ ਹੋ ਸਕਦੇ ਆ, ਰੇਂਜ ਰੋਵਰ ਕਿੰਨੀ ਮਰਜ਼ੀ ਮਹਾਨ ਹੋ ਸਕਦੀ ਜਿਹੜੀ ਤੁਸੀਂ ਗੱਲ ਕਰਦੇ ਸੀ ਉਹਦੇ ਵਿੱਚ, ਪਰ ਜੇ ਤੁਹਾਡੇ ਸਮੁੱਚਤਾ ਚ ਫਿੱਟ ਨੀ ਨਾ ਆਉਂਦੀ ਜੀ, ਤੁਹਾਡੀ ਕੋਈ ਕੀਮਤ ਨੀ ਤੁਹਾਡੇ ਵਾਸਤੇ। ਨਹੀਂ ਨਹੀਂ, ਨਾਲੇ ਪੰਜਾਬੀਆਂ ਦੀ ਨਾ ਵੀਰਾ ਜਿਹੜੀ ਸਭ ਤੋਂ ਵੱਡੀ ਕਮਜ਼ੋਰੀ ਆ ਉਹ ਇਹ ਰਹੀ ਆ ਕਿ ਅਸੀਂ ਹਮੇਸ਼ਾ ਉਡੀਕਦੇ ਆ ਤੇ ਵਕਤ ਬਦਲ ਜਾਵੇ ਪਹਿਲਾਂ, ਹਾਂਜੀ ਫਿਰ ਅਸੀਂ ਬਦਲੀਏ, ਸੇਫਟੀ ਆ, ਸੇਫਟੀ ਆ। ਜਦ ਕਿ ਜਿਹੜਾ ਸੰਸਾਰ ਆ ਨਾ, ਜਿਹੜਾ ਜ਼ਮਾਨਾ ਆ, ਜਿਹੜਾ ਸਮਾਜ ਆ, ਕੁਦਰਤ ਆ, ਉਹਦੀ ਅਪੀਲ ਇਹ ਆ ਕਿ ਵਕਤ ਦੇ ਬਦਲਣ ਤੋਂ ਪਹਿਲਾਂ ਬਦਲੋ, ਫੇਰ ਆ ਤੁਸੀਂ ਬੰਦੇ, ਫੇਰ ਨਾਨਕ ਆ, ਫੇਰ ਕਬੀਰ ਆ ਤੁਸੀਂ। ਹੁਣ ਜਿਹੜੇ ਵਕਤ ਮਗਰ ਬਦਲਣ ਤੋਂ ਬਾਅਦ ਚ ਬਦਲਦੇ ਆ ਉਹਨਾਂ ਦੀ ਗਿਣਤੀ ਹੁੰਦੀ ਆ, ਉਹਨਾਂ ਦਾ ਨਾਂ ਨੀ ਹੁੰਦਾ ਕਿਤੇ। ਹੁਣ ਤੁਸੀਂ ਚਾਹੁੰਦੇ ਆ ਨਾ ਹੋਵੇ ਸਾਡਾ, ਆਏ ਹਾਏ ਫੇਰ ਫੇਰ ਥੋੜੋ ਫੇਰ ਪਹਿਲਾਂ ਬਦਲੋ ਭਾਈ। ਨਹੀਂ ਨਹੀਂ ਬਿਲਕੁਲ, ਮੈਨੂੰ ਤਾਂ ਮੈਂ ਤਾਂ ਇਸ ਸਿਧਾਂਤ ਨੂੰ ਵੀ ਨਹੀਂ ਮੰਨਦਾ ਕਿ ਕੋਈ ਇਹ ਦੱਸੇ ਵੀ ਖੁਸ਼ ਹੋਣ ਦਾ ਕੋਈ ਫਾਰਮੂਲਾ ਹੁੰਦਾ ਏਦਾਂ। ਜੇ ਕੋਈ ਬੰਦਾ ਅਜੇ ਫਾਰਮੂਲੇ ਵੰਡ ਰਿਹਾ ਹੈ ਨਾ ਏਦਾਂ ਇਹਨਾਂ ਚੀਜ਼ਾਂ ਦੇ, ਕਿਉਂਕਿ ਫਾਰਮੂਲੇ ਓਬਜੈਕਟ ਤੇ ਹੋ ਸਕਦੇ ਆ, ਕਿਸੇ ਚੀਜ਼ ਦਾ ਫਾਰਮੂਲਾ, ਕਿਸੇ ਚੀਜ਼ ਨੂੰ ਬਣਾਉਣ ਦਾ ਫਾਰਮੂਲਾ ਹੋ ਸਕਦਾ ਏਦਾਂ, ਕਾਰ ਨੂੰ ਬਣਾਉਣ ਦਾ ਫਾਰਮੂਲਾ ਹੋ ਸਕਦਾ, ਇੰਜਨ ਨੂੰ ਬਣਾਉਣ ਦਾ ਫਾਰਮੂਲਾ ਹੋ ਸਕਦਾ, ਹਰੇਕ ਕਿਸੇ ਚੀਜ਼ ਨੂੰ ਬਣਾਉਣ ਦਾ ਫਾਰਮੂਲਾ ਹੋ ਸਕਦਾ। ਇਮੋਸ਼ਨਸ ਦੇ ਕੋਈ ਫਾਰਮੂਲੇ ਥੋੜੀ ਹੁੰਦੇ, ਕੋਈ ਬੰਦਾ ਕਹੇ ਵੀ ਫਲਾਨਾ ਇਮੋਸ਼ਨ ਤੂੰ ਕ੍ਰੀਏਟ ਕਰਨਾ ਫਲਾਨਾ ਫਾਰਮੂਲਾ ਲਾ ਲਾ ਏਦਾਂ ਕਰਕੇ। ਜਿਹੜਾ ਵੀ ਬੰਦਾ ਇਹੋ ਜਿਹੇ ਫਾਰਮੂਲੇ ਦਿੰਦਾ ਜਿੱਦਾਂ ਓਸ਼ੋ ਦੀਆਂ, ਉਹ ਇਸ ਗੱਲ ਦੇ ਲਈ ਬੜਾ ਮਸ਼ਹੂਰ ਰਿਹਾ ਇਹਨਾਂ ਕੰਮਾਂ ਦੇ ਲਈ, ਉਹ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਨੂੰ ਵੀ ਸਾਡੇ ਪ੍ਰਚਾਰਕ ਉਦੋਂ ਹੀ ਫੇਲ ਹੋਏ ਆ ਜਦੋਂ ਉਹਨਾਂ ਨੇ ਉਹਨਾਂ ਨੂੰ ਫਾਰਮੂਲਾ ਬਣਾ ਕੇ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਏਦਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਲਾਨਾ ਫਾਰਮੂਲਾ ਦਿੱਤਾ ਤੁਹਾਨੂੰ ਖੁਸ਼ ਹੋਣ ਦੇ ਲਈ, ਜਿਹੜੀਆਂ ਵਿਧੀਆਂ ਅਖੰਡ ਕੀਰਤਨੀਆਂ ਨੇ, ਜੋਗੀ ਦੀਆਂ ਗੱਲਾਂ ਤੁਸੀਂ ਦੱਸ ਕੇ ਹਟੇ ਹੋ ਜਿਹੜੀਆਂ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਬਾਣੀ ਦੀ ਵਰਤੋਂ ਕਰਕੇ ਉਹਦੇ ਚ ਫਾਰਮੂਲੇ ਬਣਾ ਲਏ ਏਦਾਂ, ਵੀ ਵਾਹੇ ਕਹੋ ਅੰਦਰ, ਗੁਰੂ ਕਹੋ ਬਾਹਰ, ਏਦਾਂ ਫਾਰਮੂਲਿਆਂ ਰਾਹੀਂ ਥੋੜੀ ਏਦਾਂ ਪ੍ਰਾਪਤ ਕੀਤਾ ਜਾ ਸਕਦਾ। ਜਿਹੜਾ ਬੰਦਾ ਏਦਾਂ ਕਹਿੰਦਾ ਉਹ ਦੁਨੀਆਂ ਦਾ ਸਭ ਤੋਂ ਵੱਡਾ ਝੂਠ ਬੋਲ ਰਿਹਾ ਏਦਾਂ ਆਪਣੇ ਆਪ ਦੇ ਵਿੱਚ, ਉਹ ਤੇ ਉਹ ਗੱਲ ਜਿਹੜੀ ਹੈਗੀ ਸਾਰਿਆਂ ਤੇ ਲੱਗਦੀ ਆ। ਕੋਈ ਬੰਦਾ ਜਿਹੜਾ ਹੈਗਾ ਸਮੁੱਚਤਾ ਨੂੰ ਜਿੰਨਾ ਚਿਕਰ ਅਸੀਂ ਨਹੀਂ ਦੇਖ ਸਕਾਂਗੇ ਉਨਾ ਚਿਕਰ ਤਾਂ ਫਿਰ ਏਦਾਂ ਹੀ ਹੋਊਗਾ। ਜਿੱਦਾਂ ਪੰਥਪ੍ਰੀਤ ਨੂੰ ਕਹਿਣ ਵੇਲੇ ਪੰਥਪ੍ਰੀਤ ਦੇ ਬੰਦਿਆਂ ਦਿਲ ਟੁੱਟ ਗਿਆ ਸੀਗਾ, ਓਸ਼ੋ ਨੂੰ ਕਹਾਂਗੇ ਓਸ਼ੋ ਦੇ ਦਿਲ ਬੰਦਿਆਂ ਦਾ, ਜਦੋਂ ਕੇਜਰੀਵਾਲ ਨੂੰ ਕਿਹਾ ਸੀਗਾ ਮੈਂ ਤਾਂ ਹੈਰਾਨ ਹੈ, ਗੁਰਬਖਸ਼ ਸਿੰਘ ਨੂੰ ਕਹਿਣ ਲੱਗੇ ਵੀ ਜਾਗਰੂਕਾਂ ਦੇ ਕਈਆਂ ਦੇ ਦਿਲ ਟੁੱਟ ਗਏ ਸੀ ਏਦਾਂ, ਜਿੱਥੇ ਕੋਈ ਗੱਲ ਲੋਜਿਕ ਨਾਲ ਨਹੀਂ ਕਰਦਾ। ਮੈਂ ਕਹਿੰਦਾ ਸਾਡੀ ਸਭ ਤੋਂ ਵੱਧ ਕੁੱਤੇ ਖਣੀ ਜਿਹੜੀ ਸਾਡੇ ਵਿਰੁੱਧ ਸਭ ਤੋਂ ਵੱਧ ਤਬਾਹੀ ਉਦੋਂ ਹੀ ਆਈ ਸੀ ਗੁਰਬਖਸ਼ ਸਿੰਘ, 19 ਤਾਂ ਕਦੇ ਵੀ ਨਹੀਂ ਹੋਈ ਸਾਡੇ ਨਾਲ, ਆਪਣੇ ਆਪ ਦੇ ਵਿੱਚ ਬੜੀ ਵੱਡੀ ਪਰਸਨੈਲਿਟੀ ਹੈ ਇੱਕ। ਗੁਰਬਖਸ਼ ਸਿੰਘ ਵੇਲੇ ਵੀ ਆਹ ਹਾਲ ਸੀਗਾ, ਮਤਲਬ ਸਾਡੇ ਪੰਜਾਬੀਆਂ ਦੀ ਕਮਜ਼ੋਰੀ ਆ ਹਮੇਸ਼ਾ ਇਸ ਗੱਲ ਦੇ ਲਈ, ਜਿਹਦੇ ਨਾਲ ਤੁਸੀਂ ਇੱਕ ਵਾਰੀ ਦਿਲ ਲਾ ਲਿਆ ਤੁਸੀਂ ਸਮਝ ਨੀ ਪਾਉਂਦੇ ਸਮੁੱਚਤਾ ਨੂੰ ਕਦੇ ਵੀ ਆਪਣੇ ਆਪ ਦੇ ਵਿੱਚ। ਜੇ ਪੁੱਛੋ ਦਿਲ ਕਿਹਦੇ ਕਿਹਦੇ ਨਾਲ ਲਾਉਣੇ ਨੀ, ਬਿਲਕੁਲ ਬੰਦੇ ਜਿਹੜੇ ਅਸਲ ਦੇ ਵਿੱਚ ਆਪਣੇ ਆਪ ਦੇ ਵਿੱਚ ਜਿਹਨਾਂ ਨੂੰ ਕੋਨਫੀਡੈਂਸ ਨੀ ਗਾ ਨਾ ਆਪਣੇ ਆਪ ਦੇ ਉੱਤੇ, ਉਹਨਾਂ ਦਾ ਹਾਲ ਹੁੰਦਾ ਤੇ ਸਾਡੀ ਕੌਮ ਸਭ ਤੋਂ ਪਹਿਲੇ ਨੰਬਰ ਤੇ ਹੋਊਗੀ ਜਿਹਨਾਂ ਨੂੰ ਆਪਣੇ ਆਪ ਦੇ ਪੂਰਾ ਭਰੋਸਾ ਨੀ। ਜਾਣੀ ਕਿੰਨੀ ਸ਼ਰਮ ਦੀ ਗੱਲ ਆ ਵੀ ਮਾਝੀ ਢਪਾਲੀ ਵਰਗੇ ਕੌਮ ਦੇ ਵਿਦਵਾਨ ਕਹਾਉਣੇ ਵਾਲੇ ਲੱਖੇ ਸਿਧਾਣੇ ਮਗਰ ਤੁਰ ਪਏ। ਉਹ ਫਰੀਦਕੋਟ ਬੰਦੇ ਦਾ ਕਤਲ ਹੋਇਆ ਉੱਥੇ ਜਾ ਕੇ ਲਾਪੇ ਧਰਨੇ ਲਾਉਣ ਪਏ, ਕੋੜੀ ਉਹ ਸਾਰਾ ਕੁਝ ਸੱਚ ਸਾਹਮਣੇ ਆ ਗਿਆ, ਹੁਣ ਕਿੱਥੇ ਕਿੱਥੇ ਨੱਕ ਡੁੱਬੋਗੇ ਤੁਸੀਂ? ਨਹੀਂ ਨਹੀਂ ਬਿਲਕੁਲ, ਉਹਨਾਂ ਦੀਆਂ ਮਤਲਬ ਇੰਨੀਆਂ ਸਟੇਟਮੈਂਟਾਂ ਉਹਨਾਂ ਦੀਆਂ ਗਲਤ ਹੁੰਦੀਆਂ ਆ ਰਹੀਆਂ ਪਿਛਲੇ ਸਮੇਂ ਤੋਂ, ਕਦੇ ਉਹਨਾਂ ਨੂੰ ਇਸ ਗੱਲ ਤੇ ਸ਼ਰਮ ਨਹੀਂ ਆਈ ਵੀ ਮੈਂ ਡਿਜ਼ਰਵ ਨਹੀਂ ਕਰਦਾ ਅੱਗੇ ਲੱਗ ਕੇ ਤੁਰਨਾ ਕੌਮ ਦੇ ਦਿੱਤਾ। ਜੇ ਮੇਰੇ ਚ ਇੰਨੀ ਕੈਪੇਬਿਲਿਟੀ ਹੈ ਨੀ, ਦੇਖੋ ਕਿਸੇ ਦਾ ਕਲੈਵਰ ਹੋਣਾ ਜਾਂ ਕਿਸੇ ਦਾ ਨਾ ਹੋਣਾ ਉਹ ਆਪਣੇ ਆਪ ਦੇ ਵਿੱਚ ਕੋਈ ਇਹਦਾ ਚੰਗੇ ਮਾੜੇ ਦਾ ਪੈਮਾਨਾ ਨਹੀਂ ਹੁੰਦਾ ਹੈਗਾ। ਜੇ ਕੋਈ ਕਲੈਵਰ ਨਹੀਂ ਗਾ ਤਾਂ ਉਹਦੇ ਵਾਸਤੇ ਹੋਰ ਕੰਮ ਹੈਗੇ ਦੁਨੀਆਂ ਤੇ ਕਰਨ ਵਾਸਤੇ, ਉਹ ਕਰੇ। ਜ਼ਰੂਰੀ ਥੋੜੀ ਹੈ ਤੁਸੀਂ ਅੱਗੇ ਹੀ ਲੱਗਣਾ ਕੌਮ ਦੇ ਹਮੇਸ਼ਾ ਏਦਾਂ, ਜਿਹੜਾ ਜਿੱਥੇ ਫਿੱਟ ਹੋ ਸਕਦੇ ਹੋ, ਜਿਹੜਾ ਪੁਰਜਾ ਤੁਸੀਂ ਕੁਦਰਤ ਨੇ ਤੁਹਾਨੂੰ ਬਣਾਇਆ ਉੱਥੇ ਫਿੱਟ ਹੋ ਜਾ ਕੇ ਜ਼ਰੂਰੀ ਥੋੜੀ ਹੈ ਮੂਹਰੇ ਜਾ ਕੇ ਬਹਿਣਾ ਸਾਰੇ ਨਾਲ ਏਦਾਂ ਜਾ ਕੇ ਅਸੀਂ ਏਦਾਂ, ਜਿੱਥੇ ਕਿਤੇ ਸਟਿੱਪਣੀ ਬਣ ਕੇ ਹੋ ਸਕਦਾ ਲੋੜ ਹੋਵੇ ਥੋੜੀ ਉੱਥੇ ਬੈਠੇ ਰਹੋ ਚੁੱਪ ਕਰਕੇ ਏਦਾਂ। ਪਰ ਸਾਡੇ ਜਿੱਦਣ ਬੰਦੇ ਨੇ ਆਪਣੀ ਪਰਸਨੈਲਿਟੀ ਨੂੰ ਦੇਖ ਕੇ ਉਹਦੇ ਮੁਤਾਬਕ ਐਕਟ ਕਰਨਾ ਆ ਗਿਆ ਨਾ, ਆਪਣੇ ਆਪ ਹੀ ਵਿਕਾਸ ਹੋ ਜਾਂਦਾ ਸਮਾਜ ਦਾ। ਫਿਲਹਾਲ ਸਭ ਤੋਂ ਆਈਡੈਂਟੀਫਿਕੇਸ਼ਨ ਜਿਹੜੀ ਹੈ ਨਾ, ਦੇਖੋ ਬਲਜਿੰਦਰ ਦੋ ਗੱਲਾਂ ਹੈ, ਇੱਕ ਹੁੰਦਾ ਰਾਜ ਕਰਨਾ,
ਇੱਕ ਹੁੰਦਾ ਹਕੂਮਤ ਕਰਨਾ ਠੀਕ ਹੈ ਹੁਣ ਅਸੀਂ ਸਾਡੇ ਅਸੀਂ ਨਾ ਇਮੋਸ਼ਨਲੀ ਹਾਂਜੀ ਡੀਲ ਕਰਦੇ ਹਾਂ ਹਾਂਜੀ ਰਾਜ ਤਾਂ ਕਰ ਲੈਂਦੇ ਹਾਂ ਹਾਂਜੀ ਠੀਕ ਹੈ ਹੁਣ ਦਿਲ ਤੇ ਜਿਹੜਾ ਬੰਦਾ ਸੋਹਣਾ ਲੱਗਦਾ ਤੁਹਾਨੂੰ ਕਹਿੰਦੇ ਨੀ ਭਾਈ ਦਿਲਾਂ ਤੇ ਰਾਜ ਕਰਦਾ ਬਈ ਕਰਦਾ ਹਨਾ ਪਰ ਉਹ ਜਿਹੜਾ ਦਿਲਾਂ ਤੇ ਰਾਜ ਕਰ ਰਿਹਾ ਕੀ ਹਕੂਮਤ ਕਰ ਲਊਗਾ ਉਹ ਨਾ ਉਹਨਾਂ ਦੀ ਦਿਲਚਸਪੀ ਵੀ ਨੀ ਹੁੰਦੀ ਨਹੀਂ ਠੀਕ ਹੈ ਬਸ ਅਸੀਂ ਅਸੀਂ ਵੱਧ ਤੋਂ ਵੱਧ ਇੰਨੇ ਯੁੱਗ ਗਈ ਹਾਂ ਅਸੀਂ ਹਕੂਮਤ ਦੀ ਕਾਬਲੀਅਤ ਨਹੀਂ ਆਈ ਸਾਡੇ ਚ ਅਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਸਾਡਾ ਜਿਹੜਾ ਜ਼ੋਰ ਆ ਨਾ ਜਿਹੜੀਆਂ ਵਡਿਆਈਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਾਡੇ ਤੇ ਆਈਆਂ ਆ ਉਹਨਾਂ ਨੂੰ ਪੜ੍ਹ ਕੇ ਦੇਖੋ ਠੀਕ ਹੈ ਜੀ ਇਤਿਹਾਸ ਨੇ ਉਹ ਦੱਸੀਆਂ ਜਿਹੜੀਆਂ ਰਾਜ ਕਰਨੇ ਵਾਲੀਆਂ ਵੀ ਕਣਕ ਵੰਡਦਾ ਸੀ ਗਰੀਬਾਂ ਚ ਜਾਂਦਾ ਸੀ ਮਤਲਬ ਕਿਸ ਤਰ੍ਹਾਂ ਹਮਦਰਦੀ ਗੁਰਦੁਆਰੇ ਜਿਹੜੀ ਹਕੂਮਤ ਆ ਹਕੂਮਤ ਆ ਜਿਹੜੀ ਹੁਣ ਇਹਨਾਂ ਦੇਸ਼ਾਂ ਨੇ ਜਿਹੜਾ ਸਿਸਟਮ ਬਣਾਇਆ ਆ ਉਹਨੂੰ ਤੋੜ ਕੇ ਦਿਖਾ ਲਏ ਕੋਈ ਇਹ ਸੀ ਕਾਬਲੀਅਤ ਹਨਾ ਹੁਣ ਨੈਪੋਲੀਅਨ ਨੇ ਉਸ ਵੇਲੇ ਕਹਿੰਦੇ ਫਰਾਂਸ ਚ ਕ੍ਰਾਂਤੀ ਆਈ ਲੋਕਾਂ ਨੇ ਐਨ ਖੜੇ ਹੋ ਕੇ ਜਾਣੀ ਹਨੇਰੀ ਲਿਆ ਦਿੱਤੀ ਏਦਾਂ ਠੀਕ ਹੈ ਉਹਦੇ ਚ ਇੰਨੀ ਕਾਬਲੀਅਤ ਸੀ ਆਈ ਹੋਈ ਕ੍ਰਾਂਤੀ ਤੋਂ ਬਾਅਦ ਫਿਰ ਡਿਕਟੇਟਰ ਬਣ ਕੇ ਬਹਿ ਗਿਆ ਇਹ ਹੁੰਦੀ ਹਕੂਮਤ ਕਰਨ ਦੀ ਕਾਬਲੀਅਤ ਠੀਕ ਹੁਣ ਸਾਨੂੰ ਉਹ ਜਗਾਉਣੀ ਪੈਣੀ ਆ ਸਾਡੇ ਅੰਦਰ ਆਵੇ ਤੇ ਅਸੀਂ ਅਸੀਂ ਮੈਨੇਜ ਕਿੱਦਾਂ ਕਰ ਸਕਦੇ ਹਾਂ ਜਦੋਂ ਉਹ ਆਉਣੀ ਆ ਫਿਰ ਤੁਸੀਂ ਆਈਡੈਂਟੀਫਾਈ ਕਰਨ ਲੱਗਣਾ ਆ ਮਸ਼ੀਨਾਂ ਜਿਹੜੇ ਐਸਟ ਆ ਤੁਹਾਡੇ ਠੀਕ ਹੈ ਜਿਹੜੇ ਤੁਹਾਡੇ ਹਿਊਮਨ ਬੀਂਗ ਹੈ ਜਿਹੜੇ ਮੈਨ ਪਾਵਰ ਆ ਤੁਹਾਡੀ ਹਾਂਜੀ ਹਨਾ ਵੀ ਕਿਹਨੇ ਕਿੱਥੇ ਫਿੱਟ ਹੋਣਾ ਕਿਹਨੇ ਕੀ ਕਰਨਾ ਕਿਹੜਾ ਕਿਹਦੇ ਯੋਗ ਆ ਫਿਰ ਉਹਨਾਂ ਤੁਸੀਂ ਦੇਖੋ ਤੁਸੀਂ ਭਰੋਸਾ ਕਰ ਰਹੇ ਆ ਇਹ ਤੁਹਾਡੀ ਸਮੱਸਿਆ ਆਇਆ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਭਰੋਸਾ ਕੀਤਾ ਸੀ ਉਹ ਮੇਰਾ ਭਰੋਸਾ ਤੋੜ ਗਿਆ ਆ ਨਹੀਂ 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 ਹੁਣ ਗੱਡੀ ਚਲਾਉਣੀ ਆ ਤੁਸੀਂ ਡਰਾਈਵਰ ਦੀ ਜ਼ਿੰਮੇਵਾਰੀ ਆ ਉਹ ਕਹੇ ਮੈਂ ਤਾਂ ਕਾਰ ਤੇ ਭਰੋਸਾ ਕਰਕੇ 170 ਤੇ ਲੈ ਕੇ ਜਾਂਦਾ ਸੀ ਵੀ ਬ੍ਰੇਕ ਲੱਗ ਜਾਣੀ ਆ ਮੈਂ ਬ੍ਰੇਕ ਵਾਰੀ ਉਲਟੇ ਗਈ ਇਹ ਮੇਰਾ ਭਰੋਸਾ ਤੋੜਿਆ ਅਦਾਲਤ ਸੁਣਦੀ ਹੈ ਤੁਸੀਂ ਇੰਚਾਰਜ ਹੋ ਤੁਹਾਡੀ ਰਿਸਪੋਨਸੀਬਿਲਟੀ ਤੁਸੀਂ ਤੁਹਾਨੂੰ ਪਤਾ ਵੀ ਮੋਰੇ ਮੋੜ ਆ 75 ਦਾ ਲਿਖਿਆ ਮੈਂ 70 ਤੇ ਲੈ ਆਵਾਂ ਸਪੀਡ ਨੂੰ ਹੁਣ ਬਸ ਉਹ ਨਹੀਂ ਨਹੀਂ ਹੋਇਆ ਸਤੋਂ ਭਾਈ ਸਾਡਾ ਤਾਂ ਇੱਕ ਗੱਲ ਹੈਗੀ ਆ ਭਾਈ ਸੋਰੀ ਵੀਰੇ ਜਿਵੇਂ ਲਾਸਟ ਵਿੱਚ ਗੱਲ ਕੀਤੀ ਸੀ ਨਾ ਮੈਨੇਜਮੈਂਟ ਦੀ ਵੀ ਰਾਜਕਾਂ ਦੀ ਮੁੱਢਲੀ ਸ਼ਰਤ ਹੈ ਕਿਸਮ ਦੀ ਜਿਹੜੀ ਮੈਨੇਜਮੈਂਟ ਆ ਵੀ ਹੁਣ ਬ੍ਰਿਟਿਸ਼ ਨੇ 200 ਸਾਲ ਰਾਜ ਕੀਤਾ ਆਪਣੇ ਤੇ ਦੁਨੀਆਂ ਤੇ ਰਾਜ ਕੀਤਾ ਤੇ ਮਤਲਬ ਅੱਜ ਵੀ ਹੁਣ ਵੀ ਹੁਣ ਚਲੋ ਥੋੜਾ ਫਰਕ ਪੈ ਗਿਆ ਕਿਉਂਕਿ ਦੁਨੀਆਂ ਨਾਲ ਰਲ ਰਹੀ ਆ ਵੀ ਦੁਨੀਆਂ ਦੀ ਕੋਈ ਇਹੋ ਜਿਹੀ ਇੰਟਰਨੈਸ਼ਨਲ ਕੰਪਨੀ ਨੀ ਕੋਈ ਇਹੋ ਜਿਹਾ ਦੇਸ਼ ਨੀ ਜਿਹਦੀ ਮੈਨੇਜਮੈਂਟ ਚ ਬ੍ਰਿਟਿਸ਼ ਬੰਦਾ ਨਹੀਂ ਬੈਠਾ ਅੱਜ ਦੀ ਘੜੀ ਵੀ ਦੇਖ ਲੋ ਬੰਦੇ ਦੇ ਖੂਨ ਚ ਮੈਨੇਜਮੈਂਟ ਆ ਜ਼ਰੂਰੀ ਆ ਉਹ ਤਾਂ ਹਨਾ ਬਿਲਕੁਲ ਠੀਕ ਹੈ ਜੀ ਬ੍ਰੇਕ ਤੋਂ ਬਾਅਦ ਆਪਾਂ ਕਰ ਲਾਂਗੇ ਗੱਲ ਹੋਰ ਜੇ ਕਿਸੇ ਨੇ ਕਰਨੀ ਤਾਂ ਉਹਨਾਂ ਚਿਰ ਆਓ ਲੇਟ ਹੋ ਗਏ ਅਸੀਂ ਉਦਾਂ ਪਰ ਕੋਈ ਗੱਲ ਨਹੀਂ 2 ਘੰਟੇ ਵੀ ਅਸੀਂ ਬੋਲਿਆ 2 ਘੰਟੇ ਹਾਂਜੀ ਹਨਾ ਤਾਂ ਜਿਹਨੇ ਸੁਣਨਾ ਆ ਜਦੋਂ ਸਾਨੂੰ ਪ੍ਰੋਬਲਮ ਇਹੀ ਹੁੰਦੀ ਆ ਵੀ ਉਹ 1.5 ਘੰਟੇ ਦਾ ਇੱਦਾਂ ਇੱਕ ਕਲਿੱਪ ਬਣ ਜਾਵੇ ਹਾਂਜੀ ਤੇ ਜੇ ਅਸੀਂ 2 ਘੰਟੇ ਬੋਲ ਸਕਦੇ ਹਾਂ ਤਾਂ ਸੁਣਨੇ ਵਾਲੇ ਸੁਣ ਨਹੀਂ ਸਕਦੇ ਸੁਣਨਾ ਹੀ ਪੈਣਾ ਨਹੀਂ ਸੁਣਨਾ ਤਾਂ ਨਾ ਸੁਣਿਆ ਤਾਂ ਵੀ ਕੋਈ ਅਸੀਂ ਤਾਂ ਕਰਤਾ ਹੁਣ ਚੰਗਾ